रेडियो चन परदेसी दे माण मत्ते श्रोतियों स्वागत करदे आं तुहाडा रेडियो चन परदेसी दी पंजाबी सत दे विच। मैं हां तुहाडा दोस्त ते होस्ट सरवण सिंह टमाणा अमेरिका दी ठंडी सिटी शिकागो तों, ते मेरे साथ दे रहे ने उगे पत्रकार ते ब्रॉडकास्ट तपदी सिटी एन अग वर्गी सिटी जिन्हों कहंदे आ आपां गुरु साहिब सिद्धार्थ तों। पता नहीं कित्थों हो गई इह, ना तां गुरुआं दा जुड़िया होया पर रौला कुछ हो रहा है। गल साहब सत श्री अकाल जी, की हाल चाल ने तुहाडे? सत श्री अकाल तुहाडा जी, गल साडी ठीक है। मैं तां साडे पिंड दा गुरु सर सुधार है, उंज तां सुधार है पर क्योंकि गुरु हरगोबिंद पातशाह छेवे गुरु साडे, ओह इत्थे लगभग छे महीने उन्होंने आसन लाई रखे ने, छे महीने इत्थे ठहरे ਇਥੋਂ ਦੇ ਜੰਗਲਾਂ ਦੇ ਵਿੱਚ। ਉਦੋਂ ਇਹ ਪਿੰਡ ਦੇ ਬਾਹਰ ਜੰਗਲ ਸੀ ਤੇ ਛੋਟਾ ਜਿਹਾ ਪਿੰਡ ਸੀ, ਪਿੰਡ ਬੜਾ ਪੁਰਾਣਾ ਬਸਿਆ ਹੋਇਆ। ਸੋ ਇਹ ਉਦੋਂ ਤੋਂ ਹੀ ਕਿਉਂਕਿ ਜਿਹੜੇ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੁੜੇ ਹੋਏ ਨੇ ਜਾਂ ਉਹਨਾਂ ਦੀ ਚਰਨ ਛੋਹ ਪ੍ਰਾਪਤ ਜਿਹੜੀ ਧਰਤੀ ਆ, ਉਹਦਾ ਸਾਰਿਆਂ ਦੇ ਨਾਂ ਨਾਲ ਤੁਸੀਂ ਦੇਖੋਗੇ ਵੀ ਗੁਰੂ ਸਰ ਜੁੜਿਆ ਹੋਇਆ। ਤੇ ਇਸੇ ਕਰਕੇ ਸਾਡੇ ਨਗਰ ਦੇ ਨਾਂ ਨਾਲ ਵੀ ਗੁਰੂ ਸਰ ਸੁਧਾਰ ਜੁੜਿਆ ਹੋਇਆ, ਤੇ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਬੜਾ। ਪਰ ਤੁਹਾਡਾ ਜੀ, ਕੱਕੀਆਂ ਹਵਾਵਾਂ ਨੇ ਸਾਡੇ ਪਿੰਡੇ ਮੂੰਹ ਦਿੱਤੇ ਨੇ, ਤੇ ਜਿਹੜੀ ਲੋ ਬਦਲਾ ਤਪਦੀ ਲੋ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜੀ ਅੱਗੇ ਮਈ ਦੇ ਅੱਧ ਤੋਂ ਬਾਅਦ ਤੇ ਜੂਨ ਦਾ ਮਹੀਨਾ ਸਾਰਾ ਤੇ ਜੁਲਾਈ ਚ ਆ ਕੇ ਫਿਰ ਜਿਹੜਾ ਪਸੀਨੇ ਵਾਲੀ ਗਰਮੀ ਜਿਹੜੀ ਗੁਰਚ ਕਰ ਦਿੰਦੀ ਸੀ ਬੰਦਿਆਂ ਨੂੰ, ਉਹ ਜਿਹਨੂੰ ਕਹਿੰਦੇ ਜਿਹੜਾ ਵੀ ਭਰ ਦੋ ਤਪਿਆ ਸਾਹ ਜਿਹੜਾ ਜੱਟ ਹੈ ਉਹ ਸਾਧ ਹੋ ਜਾਂਦਾ ਸਤਾਇਆ ਹੋਇਆ ਉਹ। ਹਾਂ, ਸੋ ਉਹ ਅਜੇ ਦਿਨ ਆਉਣੇ ਆ, ਪਰ ਸਾਡੀ ਜੀਭ ਹੁਣੇ ਬਾਹਰ ਆਈ ਪਈ ਹੈ ਜੀ। ਤੁਹਾਡੀ ਤਾਂ ਆਉਣੀ ਹੈ, ਪਰ ਤੁਸੀਂ ਤਾਂ ਗਰਮੀ ਚ ਹਿਲੇ ਹੋਏ ਹੋ ਮੈਨੂੰ ਪਤਾ, ਸਵੇਰ ਦੇ ਭੱਜੇ ਫਿਰਦੇ ਹੋ, ਕਦੇ ਪਾਣੀ ਦੀ ਮੋਟਰ ਚਲਾਉਂਦੇ ਹੋ, ਕਦੇ ਕੁਛ ਕਰਦੇ ਹੋ, ਪਰ ਇੱਕ ਗੱਲ ਦੱਸਿਓ, ਜੇ ਵੱਡੇ ਵੱਡੇ ਧਨਾੜ ਨੇ ਜਿਹੜੇ ਉਹਨਾਂ ਦੇ ਘਰਾਂ ਦੀਆਂ ਬੱਤੀਆਂ ਗੁੱਲ ਹੋ ਜਾਣ, ਕਿਸੇ ਵੀ ਹਾਲਤ ਚ ਨਾ ਆਵੇ ਲਾਈਟ, ਉਹਨਾਂ ਦਾ ਕੀ ਬਣੂਗਾ? ਉਹਨਾਂ ਕੋਲ ਜੀ ਵੱਡੇ ਵੱਡੇ ਸਾਇਲੈਂਟ ਜਿਹੜੇ ਉਹਨਾਂ ਨੂੰ ਉੱਠ ਕੇ ਸੋਚ ਵੀ ਨਹੀਂ ਦੱਬਣੀ ਪੈਂਦੀ ਸਾਡੇ ਘੁਮਾਤਰਾਂ ਨੂੰ, ਉਹਨਾਂ ਦੇ ਤਾਂ ਆਪੇ ਹੀ ਚੱਲ ਪੈਂਦੇ ਨੇ ਜੀ। ਕਹਿੰਦੇ ਸੀ ਵੀ ਬਾਬੇ ਨਾਨਕ ਦੀਆਂ ਕਹਿੰਦੇ ਵੀ ਬਾਬੇ ਨਾਨਕ ਦੀਆਂ ਚੱਕੀਆਂ ਜਿਹੜੇ ਆਪੇ ਚੱਲਦੀਆਂ ਸੀਗੀਆਂ, ਇਹਨਾਂ ਦੀਆਂ ਚੱਕੀਆਂ ਤਾਂ ਜੀ ਆਪੇ ਹੀ ਚੱਲਦੀਆਂ ਨੇ। ਕਿਉਂਕਿ ਦੇਖੋ ਆਮ ਬੰਦਾ ਤਾਂ ਆਪਦੀ ਗੱਡੀ ਮੋਟਰ ਚ ਤੇਲ ਪਾਉਣ ਲਈ ਵੀ ਇਸ ਵੇਲੇ ਸੌ ਵਾਰੀ ਸੋਚਦਾ, ਕਿਉਂਕਿ ਜਿੱਥੇ ਜਾ ਕੇ ਖੜੇ ਕਰਤਾ ਸਾਨੂੰ 30-35 ਰੁਪਏ ਲੀਟਰ ਤੇਲ ਦੇਣ ਵਾਲੀ ਸਰਕਾਰ ਨੇ ਅੱਜ 130-135 ਨੂੰ ਹੱਥ ਲਾਉਣ ਦੀ ਤਿਆਰੀ ਕਰ ਲਈ ਆ, ਤੇ ਆਮ ਬੰਦਾ ਤਾਂ ਗੱਡੀ ਵੱਲ ਝਾਕਣ ਲੱਗਿਆ ਵੀ ਚਾਬੀ ਨੀ ਕੱਢਦਾ ਜੇਬ ਤੋਂ ਵੀ ਸੈਲਫ ਮਾਰੀ ਤੇ 100 ਦਾ ਸੂਟਾ ਵੱਜ ਜਾਣਾ। ਸੋ ਇਸ ਕਰਕੇ ਉਹ ਤਾਂ ਉਹਦੇ ਤੋਂ ਵੀ ਗੁਰੇਜ਼ ਕਰਦਾ, ਜਨਰੇਟਰ ਚਲਾਉਣਾ ਤਾਂ ਬਹੁਤ ਗਾਹ ਦੀ ਗੱਲ ਆ। ਪਰ ਜਿਹੜੇ ਵੱਡੇ ਘਰਾਂ ਦੇ ਲੋਕ ਨੇ ਉਹਨਾਂ ਦੇ ਤਾਂ ਸਾਇਲੈਂਟ ਜਨਰੇਟਰ ਨੇ, ਖੜਕਾ ਵੀ ਬਾਹਲਾ ਕਰਦੇ। ਸਾਡੇ ਵਰਗਾ ਤਾਂ ਜੇ ਕਿਤੇ ਲੈ ਰਹੀ ਆਵੇ ਜਨਰੇਟਰ ਤੇ ਆਲੇ ਦੁਆਲੇ ਦੇ 10 ਘਰਾਂ ਨੂੰ ਵੀ ਵਰਤਾ ਪਾ ਦਿੰਦਾ, ਉਹ ਗਾਲਾਂ ਉਹ ਗੁੱਗੜੀਆਂ ਕੱਢਦੇ ਨੇ, ਉਹਨਾਂ ਜੇ ਮਤਲਬ ਉਹਨੂੰ ਕਹਿ ਲਓ ਬਿਜਲੀ ਦਾ ਉਹਨੂੰ ਆਨੰਦ ਨੀ ਆਉਂਦਾ ਜਿੰਨਾ ਗੁਆਂਢੀਆਂ ਦੀਆਂ ਗਾਲਾਂ ਖਾ ਕੇ ਆਉਂਦਾ। ਤੇ ਇਸ ਕਰਕੇ ਇਸ ਵੇਲੇ ਚਲੋ ਮੈਂ ਇਹ ਕਹਿ ਸਕਦਾ ਵੀ ਇਕੱਲੇ ਪੰਜਾਬ ਦਾ ਨੀ, ਕਈ ਹੋਰ ਸੂਬਿਆਂ ਦੇ ਵਿੱਚ ਵੀ ਬਲੈਕਆਊਟ ਹੋਣ ਵਰਗੀ ਸਿਚੁਏਸ਼ਨ ਹੋਈ ਪਈ ਆ। ਕੇਂਦਰ ਦੀ ਸਰਕਾਰ ਜਿਵੇਂ ਮੈਂ ਕੱਲ ਤੁਹਾਨੂੰ ਦੱਸਿਆ ਸੀ ਵੀ ਝੂਠ ਦੇ ਪਲੰਦੇ ਇੰਨੇ ਕੁ ਛੱਡਦੀ ਆ, ਕੋਲਾ ਮੰਤਰੀ ਵਾਰ ਵਾਰ ਕਹੀ ਗਿਆ ਵੀ ਸਾਡੇ ਕੋਲ ਕੋਲੇ ਦਾ ਕੋਈ ਸੰਕਟ ਨੀ, ਸਾਡੇ ਕੋਲ ਤਾਂ ਲਹਿਰਾਂ ਬਹਿਰਾਂ ਨੇ, ਪਰ ਹਾਲਤ ਜੋ ਹੋਈ ਹੋਈ ਆ ਉਹ ਕੱਲੇ ਪੰਜਾਬ ਦੀ ਨੀ, ਪੰਜਾਬ ਤੋਂ ਬਾਹਰ ਵੀ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੀਆਂ ਚਿਮਨੀਆਂ ਚੋਂ ਧੂੰਆਂ ਨਿਕਲਣਾ ਬੰਦ ਹੋ ਚੱਲਿਆ, ਬਹੁਤੇ ਥਾਵਾਂ ਦੇ ਉੱਤੇ ਬਲੈਕਆਊਟ ਵਰਗੀ ਸਿਚੁਏਸ਼ਨ ਆ, ਤੇ ਪੰਜਾਬ ਦਾ ਸੰਕਟ ਜਿਹੜਾ ਉਹ ਹੁਣ ਇੰਨਾ ਕੁ ਬੇਕਾਬੂ ਹੋ ਚੱਲਿਆ ਵੀ ਅੱਜ ਸੀਸਲਾ ਫਾਰਮ ਵਾਲਾ ਬਾਬਾ ਵੀ ਬੋਲਿਆ, ਉਹ ਵੀ ਕਹਿੰਦਾ ਵੀ ਸਰਹੱਦੀ ਸੂਬੇ ਨੂੰ ਸਾਂਭਣ ਦੀ ਯੋਗਤਾ ਇਹ ਕੇਜਰੀਵਾਲ ਤੇ ਭਗਵੰਤ ਮਾਨ ਚ ਹੈ ਨੀ, ਕਹਿੰਦਾ ਇਹਨਾਂ ਨੇ ਹੋਰ ਤਾਂ ਕੀ ਕਰਨਾ ਸੀ,
ਪਹਿਲਾਂ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰਨ ਵਾਲਿਆਂ ਤੋਂ 24 ਘੰਟੇ ਬਿਜਲੀ ਧੱਕੀ ਦੇ ਹੋਣੀ ਸੀ, ਮੁਫ਼ਤ ਬਿਜਲੀ ਧੱਕੀ ਦੇ ਹੋਣੀ ਸੀ, ਇਹਨਾਂ ਤੋਂ ਤਾਂ ਪੈਸੇ ਵਾਲੀ ਵੀ ਨੀ ਦੇ ਹੋ ਰਹੀ ਤੇ ਹੁਣ ਤਾਂ ਲੋਕ ਵੀ ਸੱਚੀ ਮੁੱਚੀ ਥੋੜਾ ਜਿਹੀ ਹਾਲਤ ਇੱਥੇ ਪਹੁੰਚ ਗਈ। ਜਿਵੇਂ ਕਹਿੰਦੇ ਹੁੰਦੇ ਨਾ ਵੀ ਤੁਸੀਂ ਕਿਸੇ ਨੂੰ ਸ਼ੈਲੀ ਇੱਲਾ ਦਿਓ ਵੀ ਉਹਨੂੰ ਫਿਰ ਜਿਵੇਂ ਤੁਸੀਂ ਦੇਖਿਆ ਹੋਣਾ ਨਾ ਜਿਹੜਾ ਹਿਟਲਰ ਸੀ ਉਹ ਕਹਿੰਦਾ ਵੀ ਬੰਦੇ ਦੀ ਜ਼ਿੰਦਗੀ ਇੰਨੀ ਕੁ ਤੰਗ ਕਰ ਦਿਓ ਵੀ ਉਹਨੂੰ ਸਾਹ ਲੈਣਾ ਵੀ ਵਿਕਾਸ ਵਰਗੂ ਦੱਸਣ ਲੱਗ ਜਾਵੇ ਵੀ ਸਾਹ ਲੈਣਾ ਵੀ ਜਿਉਂਦੇ ਰਹਿਣਾ ਵੀ ਇਹ ਇੱਕ ਵਿਕਾਸ ਆ। ਤੇ ਹੁਣ ਭਾਰਤ ਦੇ ਵਿੱਚ ਵੀ ਹਾਲਤ ਇਹੋ ਜਿਹੀ ਆ ਤੇ ਪੰਜਾਬ ਚ ਵੀ ਜਿਉਂਦੇ ਰਹਿਣ ਲਈ ਤੁਹਾਨੂੰ ਸਾਹ ਲੈਣਾ ਜਿਹੜਾ ਉਹ ਵੀ ਮੁੱਲਦਾ ਹੀ ਪੈਂਦਾ ਵਾ। ਇਸ ਕਰਕੇ ਜਿਹੜਾ ਆਉਣ ਵਾਲੇ ਦਿਨਾਂ ਚ ਕੈਪਟਨ ਸਾਹਿਬ ਕਹਿੰਦੇ ਵੀ ਜਦੋਂ ਝੋਨੇ ਦੀ ਲਵਾਈ ਸ਼ੁਰੂ ਹੋਣੀ ਆ ਤੇ ਬਿਜਲੀ ਦੀ ਮੰਗ ਹੋਰ ਸਿਖਰਾਂ ਤੇ ਜਾਣੀ ਆ ਤੇ ਉਦੋਂ ਫਿਰ ਘਰਾਂ ਵਾਲੀ ਬਿਜਲੀ ਦਾ ਕੀ ਬਣੂਗਾ। ਜੇ ਘਰਾਂ ਨੂੰ ਬਿਜਲੀ ਦਓਗੇ ਤਾਂ ਖੇਤਾਂ ਚ ਬਿਜਲੀ ਨੀ ਮਿਲਣੀ ਤੇ ਜੇ ਖੇਤਾਂ ਚ ਬਿਜਲੀ ਨਾ ਮਿਲੀ ਤਾਂ ਫਿਰ ਜੱਟ ਡੰਡਾ ਦੁੱਖ ਦੇਣਗੇ ਉਹ ਆ ਕੇ ਗਰੀਡਾਂ ਦੇ ਉੱਤੇ ਬਹਿ ਜਾਣਗੇ। ਕੱਲ ਇੱਕ ਦੋ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਮਿਲੀਆਂ ਨੇ ਤੁਹਾਡਾ ਜੀ ਤੇ ਕਿਸਾਨਾਂ ਨੇ ਕਿਉਂਕਿ ਜਦੋਂ ਹੁਣ ਨਹਿਰੀ ਪਾਣੀ ਦੀਆਂ ਵੀ ਬੰਦੀਆਂ ਸ਼ੁਰੂ ਹੋ ਗਈਆਂ ਉਹ ਵੀ ਮਿਲ ਰਿਹਾ ਕਈ ਥਾਵਾਂ ਦੇ ਉੱਤੇ ਜਿਹੜੇ ਨਹਿਰੀ ਗੇਟ ਨੇ ਉਹਨਾਂ ਦੀ ਮੁਰੰਮਤ ਮੁਕੰਮਲ ਹੋਣ ਦੇ ਬਾਵਜੂਦ ਪਾਣੀ ਚਾਲੂ ਨਹੀਂ ਹੋ ਸਕਿਆ ਜਿਹਦੇ ਕਰਕੇ ਜਿਹੜੀਆਂ ਸਬਜ਼ੀਆਂ ਹਰਾ ਚਾਰਾ ਤੇ ਹੋਰ ਜਿਹੜੀਆਂ ਕਈ ਫਸਲਾਂ ਨੇ ਉਹਨਾਂ ਨੂੰ ਇਸ ਵੇਲੇ ਸੋਕੇ ਦੀ ਮਾਰ ਝੱਲਣੀ ਪੈ ਰਹੀ ਆ ਕਿਉਂਕਿ ਉੱਤੋਂ ਤਪਦੀ ਗਰਮੀ ਅੱਗੇ ਇਹਨਾਂ ਦਿਨਾਂ ਚ ਇੰਨੀ ਗਰਮੀ ਨਹੀਂ ਹੁੰਦੀ ਇਸ ਕਰਕੇ ਜੇ ਹਫ਼ਤੇ ਚ ਅੱਧਾ ਪਾਣੀ ਵੀ ਲੱਗ ਜਾਂਦਾ ਸੀ ਤੇ ਕੰਮ ਚੱਲ ਜਾਂਦਾ ਪਰ ਹੁਣ ਸਬਜ਼ੀਆਂ ਲਗਭਗ ਜਦੋਂ ਇੱਕ ਦਿਨ ਛੱਡ ਕੇ ਤਾਂ ਪਾਣੀ ਲਾਉਣਾ ਹੀ ਪਏਗਾ ਤੁਹਾਨੂੰ ਜੇ ਰੋਜ਼ ਲਾ ਦਿਓ ਤਾਂ ਜ਼ਿਆਦਾ ਬਿਹਤਰ ਫਿਰ ਤਾਂ ਤੁਹਾਨੂੰ ਹਰੀਆਂ ਭਰੀਆਂ ਨਿਕਲਣਗੀਆਂ ਨਹੀਂ ਤਾਂ ਜੇ ਤੁਸੀਂ ਸ਼ਾਮ ਨੂੰ ਪਾਣੀ ਲਾਇਆ ਤਾਂ ਅਗਲੇ ਦਿਨ ਦੁਪਹਿਰ ਤੱਕ ਤੁਹਾਨੂੰ ਉਹ ਮੜਜੀ ਤਹਿਕ ਦੀ ਦਿੰਦੀ ਆ ਤੇ ਦੁਪਹਿਰੇ ਉਹਨਾਂ ਨੂੰ ਫਿਰ ਮੁਰਝਾ ਜਾਂਦੀ ਆ ਤੇ ਸ਼ਾਮ ਨੂੰ ਉਹ ਫਿਰ ਪਾਣੀ ਮੰਗਦੀ ਆ। ਪਰ ਇਸ ਕਰਕੇ ਉਹ ਕਿਸਾਨਾਂ ਨੇ ਕੱਲ ਕਈ ਥਾਵਾਂ ਦੇ ਉੱਤੇ ਗਰਿੱਡ ਘੇਰ ਕੇ ਉਹ ਜਿਹੜੀ ਘਰਾਂ ਨੂੰ ਚੱਲਦੀ ਬਿਜਲੀ ਸੀ ਉਹ ਵੀ ਬੰਦ ਕਰਾਤੀ ਤੇ ਜਿਹੜੇ ਅਫਸਰਾਂ ਦੇ ਦਫ਼ਤਰਾਂ ਦੀ ਲਾਈਟ ਵੀ ਬੰਦ ਕਰਾਤੀ ਕਈ ਥਾਵਾਂ ਦੇ ਉੱਤੇ ਗਰਿੱਡਾਂ ਦੇ ਉੱਤੇ। ਉਹਦੇ ਕਰਕੇ ਸਥਿਤੀ ਜਿਹੜੀ ਆ ਉਹ ਨਾਜ਼ੁਕ ਬਣਦੀ ਜਾ ਰਹੀ ਆ ਦਿਨੋਂ ਦਿਨ ਤੇ ਇਹ ਵਰਤਮਾਨ ਦੀ ਸਰਕਾਰ ਦਾ ਇੱਕ ਕਿਸਮ ਦਾ ਪਹਿਲਾ ਇਮਤਿਹਾਨ ਜਿਹੜਾ ਉਹ ਇੱਥੇ ਸ਼ੁਰੂ ਹੋ ਜਾਣਾ। ਪਹਿਲਾਂ ਤਾਂ ਲੱਗਦਾ ਸੀ ਕਿ ਸ਼ਾਇਦ ਕਣਕ ਦੀ ਖਰੀਦ ਵਾਲੇ ਸਵਾਲ ਤੇ ਹੀ ਇਹਨਾਂ ਦਾ ਪਟਾਕਾ ਪੈ ਜਾਊਗਾ ਪਰ ਕੁਦਰਤੀ ਜਿਹੜੀ ਆ ਰੂਸ ਤੇ ਯੂਕਰੇਨ ਦੀ ਜੰਗ ਹੈ ਉਹਨੇ ਇਹਨਾਂ ਨੂੰ ਰਾਹਤ ਦੇਤੀ ਕਿਉਂਕਿ ਕਣਕ ਦੀ ਮੰਗ ਜਿਹੜੀ ਆ ਉਹ ਅੰਤਰਰਾਸ਼ਟਰੀ ਮੰਡੀ ਚ ਜ਼ਿਆਦਾ ਵਾ ਉਹਦੇ ਕਰਕੇ ਇਹਨਾਂ ਨੂੰ ਇੱਕ ਹੀ ਦਿੱਕਤ ਬਹੁਤੀ ਆਈ ਨੀ। ਸਰਕਾਰ ਨੇ ਜਿਹੜੀ ਸਰਕਾਰੀ ਖਰੀਦ ਸੀ ਉਹਦਾ ਵੀ ਟੀਚਾ ਪਹਿਲਾਂ ਨਾਲੋਂ ਜ਼ਿਆਦਾ ਮੈਂ ਪਿਆ ਇਸ ਵਾਰ ਤਾਂ ਕਰਕੇ ਬਹੁਤੀ ਦਿੱਕਤ ਨਹੀਂ ਆਈ ਥੋੜੀ ਬਹੁਤੀ ਆਈ ਆ ਚਲੋ ਇੰਨੀ ਜ਼ਿਆਦਾ ਨਹੀਂ ਆਈ ਪਰ ਫਿਰ ਵੀ ਆਹ ਜਿਹੜੀ ਹੁਣ ਬਿਜਲੀ ਸੰਕਟ ਆ ਇਹ ਹੁਣ ਕਈਆਂ ਦੀਆਂ ਜੀਵਨ ਕਢਾਊ ਤੇ ਸਰਕਾਰ ਦੀ ਵੀ ਜੀਵ ਨਿਕਲੀ ਪਈ ਆ ਜੀ ਦੁਆਰਾ ਜੀ। ਉਹ ਤਾਂ ਗੱਲ ਠੀਕ ਹੈ ਗੱਲ ਸਾਹਿਬ ਤੁਹਾਡੀ ਗੱਲ ਮੈਂ ਮੰਨ ਗਿਆ ਸਾਰਾ ਕੁਛ ਸੋਲੋ ਸਿਸਟਮ ਇਹਨਾਂ ਨੇ ਵੀ ਲਾਇਆ ਹੋਇਆ ਮਜੀਠੀਆ ਸਾਹਿਬ ਦਾ ਤਾਂ ਕੰਪਨੀ ਉਹ ਆਪਣੀ ਹੈ ਸੋਲੋ ਸਿਸਟਮ ਵਾਲੀ ਤੇ ਬਾਕੀ ਸਾਰਿਆਂ ਨੇ ਲਾਏ ਹੋਏ ਨੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜਿਹੜੀਆਂ ਆਪਣੇ ਪੰਜਾਬ ਦੀਆਂ ਨਹਿਰਾਂ ਨੇ ਉਹਨਾਂ ਦੇ ਉੱਤੇ ਕਬਜ਼ੇ ਕਰਕੇ ਕਈ ਜਗ੍ਹਾ ਦੇ ਉੱਤੇ ਸੋਲੋ ਸਿਸਟਮ ਲਾਏ ਨੇ ਪਰ ਕੰਪਨੀ ਮਜੀਠੀਏ ਦੀ ਆ ਉਹ ਜਿਹੜੇ ਸੋਲੋ ਸਿਸਟਮ ਜਿਹਦਾ ਫਾਇਦਾ ਕਿਵੇਂ ਉਠਾ ਰਿਹਾ ਇਹ ਵੀ ਗੱਲਾਂ ਕਿਤੇ ਨਾ ਕਦੇ ਨਿਕਲ ਕੇ ਆਉਣੀਆਂ ਨਿਕਲਣੀਆਂ ਚਾਹੀਦੀਆਂ ਵੀ ਨੇ ਕਿੱਥੇ ਕਿੱਥੇ ਲੱਗੇ ਨੇ ਉਹ ਨਹਿਰਾਂ ਚ ਪਾਣੀ ਨੀ ਉੱਤੇ ਸੋਲਰ ਸਿਸਟਮ ਲੱਗਿਆ ਹੋਇਆ ਉਹ ਕੰਪਨੀ ਕੌਣ ਓਨ ਕਰਦਾ ਇਹ ਗੱਲ ਦਾ ਪਤਾ ਲੱਗਣਾ ਜ਼ਰੂਰ ਚਾਹੀਦਾ ਕਿਉਂ ਕਰਦਾ ਕਿਉਂ ਨੀ ਬੰਦ ਹੋਇਆ ਹੁਣ ਤੱਕ ਕੋਸ਼ਿਸ਼ ਕਰਾਂਗੇ ਹਾਂਜੀ ਆਉਣ ਵਾਲੇ ਦਿਨਾਂ ਕਿਉਂਕਿ ਸਾਡੇ ਨੇੜੇ ਵੀ ਚੁਆੜਾ ਸੀ ਲੱਗਿਆ ਹੋਇਆ ਜਦੋਂ ਲੁਧਿਆਣੇ ਤੋਂ ਦੁਰਾਹੇ ਨੂੰ ਜਾਂਦਾ ਹਾਂਜੀ ਉੱਥੇ ਇੱਕ ਗੁਰਦੁਆਰਾ ਸਾਹਿਬ ਆਉਂਦਾ ਰਸਤੇ ਚ ਉਸ ਗੁਰਦੁਆਰਾ ਸਾਹਿਬ ਕੋਲੇ ਕਾਫੀ ਪਿੱਲਰ ਨਹਿਰ ਦੇ ਵਿੱਚ ਖੜੇ ਕਰਕੇ ਉਹਨਾਂ ਦੇ ਉੱਤੇ ਸਿਸਟਮ ਲਾਇਆ ਵਾ ਉਹ ਕਾਫੀ ਸਾਰੀ ਕੰਪਨੀ ਕਿਤੇ ਨਾ ਕਿਤੇ ਮਨਪ੍ਰੀਤ ਆਲੀ ਤੇ ਮਜੀਠੀਆ ਸਾਹਿਬ ਦੀਆਂ ਗੱਲਾਂ ਚੱਲਣਗੀਆਂ ਇਹਦੇ ਚ ਗੱਲਾਂ ਬਾਹਰ ਕੋਲ ਨਿਕਲ ਕੇ ਆਊਗਾ ਅੰਦਰ ਖਾਤੇ ਉਹ ਤਾਂ ਬਾਅਦ ਦੀ ਗੱਲ ਹੈ ਵੀ ਖੁਦ ਹੋ ਜਾਊਗੀ ਗੱਲ ਹੋ ਸਕਦਾ ਹਾਂਜੀ ਇਹ ਗੱਲਾਂ ਕਾਫੀ ਪਿੰਡ ਹੈ ਬੋਪਰ ਹੈ ਸਾਡੇ ਕੋਲ ਬੋਪਰਾ ਪਿੰਡ ਹੈ ਇੱਥੇ ਵੀ ਕਿਸੇ ਨੇ ਕਿਸੇ ਐਨ ਆਰ ਆਈ ਨੇ ਪ੍ਰਾਈਵੇਟ ਜਿਹੜਾ ਸੋਲਰ ਸਿਸਟਮ ਲਾਇਆ ਹੋਇਆ ਤੇ ਉਹਦੀ ਬਿਜਲੀ ਸਪਲਾਈ ਸਾਡੇ ਗ੍ਰਿਡ ਨੂੰ ਮਿਲਦੀ ਆ ਪਰ ਗੱਲ ਤਾਂ ਇਹ ਹੈ ਗੱਲ ਸਾਹਿਬ ਐਨ ਆਰ ਆਈ ਦਾ ਨਾਂ ਵਰਤ ਕੇ ਮੈਸਾਂ ਗਾਵਾਂ ਦੇ ਨਾਂ ਵਰਤ ਕੇ ਵੱਡੇ ਵੱਡੇ ਫਾਰਮ ਬਣਾਏ ਹੋਣੇ ਉਹਨਾਂ ਨਾਂ ਦੇ ਉੱਤੇ ਜ਼ਮੀਨ ਹੈ ਉਹ ਬਲਦ ਫਲਾਣਾ ਇਹ ਧਮਕਾ ਵੀ ਅਲਿਆਸ ਫਲਾਉਣ ਜਿਵੇਂ ਤੁਹਾਡੇ ਚੱਲਦਾ ਹੈ ਪ੍ਰਕਾਸ਼ ਸਿੰਘ ਬਾਦਲ ਅਲਿਆਸ
फलाना सिंह अलियास फलाना सिंह ਇਹ ਵੀ ਨਹੀਂ ਪਤਾ ਕਿਹਦੇ ਕਿਹਦੇ ਨਾਂ ਤੇ ਕਿੰਨੀਆਂ ਕਿੰਨੀਆਂ ਜਾਇਦਾਦਾਂ ਬਣੀਆਂ ਨੇ ਇਹ ਬਾਅਦ ਚ ਪਤਾ ਲੱਗੂ ਬਹੁਤ ਕੁਛ ਘਟਾਲੇ ਬਹੁਤ ਵੱਡੇ ਨੇ ਇੰਨੇ ਵੱਡੇ ਘਟਾਲੇ ਨੇ ਬਾਬਾ ਨਾਨਕ ਵੀ ਆ ਜਾਵੇ ਇਹਨਾਂ ਦੀਆਂ ਘਟਾਲਿਆਂ ਦੀਆਂ ਬਹੀਆਂ ਨੇ ਜਿਹੜੀਆਂ ਉਹ ਤੋਂ ਵੀ ਨਹੀਂ ਪੂਰੀਆਂ ਫਰੋਲ ਹੋਣੀਆਂ ਬਹੁਤ ਕੁਛ ਇਹਨਾਂ ਕੋਲ ਖੈਰ ਰੱਬ ਖੈਰ ਕਰੇ ਇਹ ਜਾਣ ਇਹਨਾਂ ਦਾ ਕੰਮ ਜਿੱਥੇ ਦੇਖੋ ਅਸੀਂ ਕੰਨ ਖੋਲ ਕੇ ਰੱਖਦੇ ਹਾਂ ਅੱਖਾਂ ਖੋਲ ਕੇ ਰੱਖਦੇ ਹਾਂ ਚੰਗੇ ਨੂੰ ਚੰਗਾ ਵੀ ਕਹਿੰਦੇ ਆ ਮਾੜੇ ਨੂੰ ਮਾੜਾ ਵੀ ਕਹਿੰਦੇ ਆ ਕਈ ਲੋਕਾਂ ਨੂੰ ਤਕਲੀਫ ਵੀ ਹੋ ਰਹੀ ਆ ਸਾਡੇ ਵੱਲੋਂ ਆਲੋਚਨਾ ਕਰਦੇ ਆ ਆਲੋਚਨਾ ਕਰਦੇ ਆ ਬਲਕਿ ਕਈ ਤਾਂ ਸੱਜਣ ਮੈਂ ਤੁਹਾਡੀ ਜਾਣਕਾਰੀ ਨੂੰ ਤੁਹਾਨੂੰ ਦੱਸਣਾ ਹੀ ਚਾਹੁੰਦਾ ਅੱਜ ਮੈਂ ਤੁਹਾਨੂੰ ਕਈ ਜਿਹੜੀਆਂ ਗੱਲ ਮੈਂ ਦੇਖਣਾ ਵੀ ਚਾਹੁੰਦਾ ਸੀ ਇਹਦੇ ਉੱਤੇ ਨਹੀਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਉਹ ਇਹ ਵੀ ਕੁਛ ਲੋਕ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾਂਦੀਆਂ ਟਿੱਪਣੀਆਂ ਨੇ ਜਾਂ ਫੇਸਬੁੱਕ ਉੱਤੇ ਜੇ ਅਸੀਂ ਕੋਈ ਆਪਣੇ ਵਿਚਾਰ ਦਿੰਦੇ ਹਾਂ ਤਾਂ ਉਹਦੇ ਤੋਂ ਅੱਕੇ ਹੋਏ ਔਰ ਧਮਕੀਆਂ ਦੇਣ ਤੱਕ ਉਤਰੇ ਆਏ ਨੇ ਮਤਲਬ ਧਮਕਾਉਣ ਤੇ ਆ ਗਏ ਨੇ ਤੇ ਮੈਂ ਅੱਜ ਇਸ ਮੰਚ ਤੋਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜ਼ਿੰਦਗੀ ਨਾਲ ਬਹੁਤਾ ਪਿਆਰ ਕਦੇ ਕੀਤਾ ਨੀਗਾ ਤੇ ਹੁਣ ਵੀ ਕੋਈ ਹੈ ਨੀ ਲੰਬੀ ਜ਼ਿੰਦਗੀ ਜਿਉਣ ਨਾਲੋਂ ਥੋੜੇ ਪਲਾਂ ਦੀ ਜ਼ਿੰਦਗੀ ਜ਼ਿਆਦਾ ਬਿਹਤਰ ਹੁੰਦੀ ਆ ਪਰ ਸ਼ਰਮੀਵਾ ਨੀ ਕਦੇ ਕੀਤਾ ਨਾ ਕਰਨਾ ਇਸ ਕਰਕੇ ਇਸ ਭੁਲੇਖੇ ਚ ਨਾ ਰਹੋ ਜਿਹੜੇ ਲੋਕੀ ਇਹ ਕਹਿੰਦੇ ਨੇ ਵੀ ਅਸੀਂ ਆਹ ਕਰਦੇ ਹਾਂ ਉਹ ਕਰਦੇ ਨੀ ਜਿਹੜਾ ਕੁਛ ਕਰਨਾ ਤੁਸੀਂ ਕਰ ਲਓ ਅਸੀਂ ਤਿਆਰ ਹੀ ਬੈਠੇ ਜੀ ਬਿਲਕੁਲ ਅਸੀਂ ਦੇਖੋ ਅਸੀਂ ਕਿਸੇ ਦੇ ਵਿਰੋਧੀ ਨਹੀਂ ਹੈਗੇ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਕਹਿਣਾ ਉਹ ਗਲਤ ਨੂੰ ਗਲਤ ਕਹਿਣਾ ਤੁਹਾਡਾ ਫਰਜ਼ ਹੈ ਇੱਕ ਇਸੇ ਕਰਕੇ ਅੱਜ ਸਾਡੇ ਦੁਨੀਆਂ ਭਰ ਦੇ ਉੱਤੇ ਸਰੋਤੇ ਲਾਇਕ ਕਰਦੇ ਨੇ ਗਿੱਲ ਸਾਹਿਬ ਕੋਈ ਮੰਨੇ ਨਾ ਮੰਨੇ ਪੰਚਾਇਤ ਮੰਤਰੀ ਵੱਲੋਂ ਜੀ ਪੰਚਾਇਤ ਮੰਤਰੀ ਵੱਲੋਂ ਜਿਹੜੀ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਆ ਔਰ ਉਹਦੀ ਸ਼ੁਰੂਆਤ ਵੀ ਵੱਡੇ ਘਰਾਂ ਤੋਂ ਕੀਤੀ ਗਈ ਆ ਉਹ ਵੀ ਅਸੀਂ ਪ੍ਰਸ਼ੰਸਾ ਕੀਤੀ ਵੀ ਆ ਔਰ ਕਰਦੇ ਰਹਾਂਗੇ ਔਰ ਨਾਲੇ ਆਸ ਵੀ ਕਰਾਂਗੇ ਵੀ ਇਹ ਜਿਹੜਾ ਸ਼ੁਭ ਕੰਮ ਤੁਸੀਂ ਸ਼ੁਰੂ ਕੀਤਾ ਔਰ ਉਹਨੂੰ ਕਿਤੇ ਬ੍ਰੇਕਾਂ ਨਾ ਲਾ ਦਿਓ ਬਿਲਕੁਲ ਬਿਲਕੁਲ ਨੀ ਕੁਲਦੀਪ ਸਿੰਘ ਧਾਲੀਵਾਲ ਬੜੇ ਵਧੀਆ ਬੰਦੇ ਨੇ ਸੁਣ ਚ ਆਇਆ ਵੀ ਠੀਕ ਕਰਨਗੇ ਚਲ ਅੱਜ ਦਾ ਆਪਣਾ ਮੁੱਦਾ ਨੀ ਹੈਗਾ ਇਹ ਉਧਰਲੇ ਪਾਸੇ ਨੂੰ ਅੱਜ ਆਪਾਂ ਜਾ ਨੀ ਸਕਦੇ ਕਿਉਂਕਿ ਇੱਕ ਗੱਲ ਜ਼ਰੂਰ ਹੈ ਸਾਨੂੰ ਆਪਣੇ ਸੋਚਾਂ ਤੇ ਮਾਣ ਸਾਨੂੰ ਆਪਣੇ ਆਪ ਤੇ ਮਾਣ ਅਸੀਂ ਜੋ ਕਹਿ ਰਹੇ ਹਾਂ ਉਹ ਆਪਣੇ ਪੰਜਾਬ ਦੇ ਭੱਲੇ ਲਈ ਪੰਜਾਬ ਦੇ ਲੋਕਾਂ ਲਈ ਆਪਣੇ ਆਪ ਲਈ ਆਪਣੇ ਸਮੁੱਚੇ ਪੰਜਾਬ ਕੀ ਭਾਰਤ ਦੇ ਲਈ ਉਹ ਸੋਚ ਕੇ ਗੱਲ ਕਰਦੇ ਆ ਕਿਸੇ ਨੂੰ ਚੰਗੀ ਲੱਗੇ ਮਾੜੀ ਲੱਗੇ ਉਹਨਾਂ ਦੀ ਆਪਣੀ ਅਸੀਂ ਦੇਸ਼ ਭਗਤੀ ਦਾ ਜਿਹੜਾ ਮਤਲਬ ਕਿਸੇ ਤੋਂ ਸਬਕ ਨਹੀਂ ਲੈਣਾ ਸਾਡੇ ਹੱਡਾਂ ਚ ਰਚੀ ਹੋਈ ਆ ਬਸ ਬਸ ਉਹ ਕਿਸੇ ਤਰੀਕੇ ਨਾਲ ਹੋਵੇ ਚਾਹੇ ਪਰ ਗਿੱਲ ਸਾਹਿਬ ਇੱਕ ਜੇ ਆਪਾਂ ਗੱਲ ਕਰੀਏ ਹੁਣ ਅਗਲੀ ਗੱਲ ਵਧਣ ਤੋਂ ਪਹਿਲਾਂ ਆਪਾਂ ਬ੍ਰੇਕ ਲੈ ਲਈਏ ਬ੍ਰੇਕ ਤੋਂ ਫਿਰ ਚੱਲਦੇ ਆ ਅਗਲੀ ਵੱਲ ਗੱਲ ਵੱਲ ਜੀ ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ ਕੁਇਕ ਟਰੱਕ ਲਿਊਬ .com QTL ਬਿਕਾਜ਼ ਵੀ ਕੇਅਰ रेडियो चंद परदेसी ते डीजे सोनी एंटरटेनमेंट वाले करा रहे ने इंडियन एप्लस इंडियाना दे विच करण औजला दा शो याद रखना 14 मई वधेरी जानकारी लई कॉल करो दर्शन बसराओ 815-557-4999 डीजे सोनी 513-644-47 या फिर जसप्रीत गोलेवाला जी नू 317-410-9173 ਗਿੱਲ ਸਾਹਿਬ ਆਪਾਂ ਨੇ ਕੱਲ ਗੱਲ ਕੀਤੀ ਸੀ ਜਹਾਂਗੀਰ ਦਾ ਮਾਮਲਾ ਹੋਵੇ ਚਾਹੇ ਕੋਈ ਹੋਰ ਮਾਮਲੇ ਹੋਣ ਕੁਛ ਵੀ ਹੋਵੇ ਘੱਟ ਗਿਣਤੀਆਂ ਦੇ ਉੱਤੇ ਗਾਜਾਂ ਗਿਰਦੀਆਂ ਹੁਣ ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ ਹੋਵੇ ਚਾਹੇ ਜਿਹੜੇ ਉਹ ਸਿੱਖਾਂ ਦਾ ਮਾਮਲਾ ਹੋਵੇ ਜਿਹੜੀ ਆਪਣੇ ਕੇਜਰੀਵਾਲ ਸਾਹਿਬ ਨੇ ਗੱਲ ਵੀ ਕੀਤੀ ਸੀ ਬੰਦੀ ਸਿੰਘਾਂ ਦੀ ਗੱਲ ਉਹ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਸਮੇਂ ਤੋਂ ਬਾਅਦ ਉਹਨਾਂ ਨੇ ਜੇਲਾਂ ਵੀ ਕੱਟ ਲਈਆਂ ਸਭ ਕੁਛ ਹੋ ਗਿਆ ਪਰ ਕੇਜਰੀਵਾਲ ਦੀ ਜਿਹੜੀ ਚੁੱਪ ਹੈ ਉਹ ਕੀ ਸੰਦੇਸ਼ ਦੇ ਰਹੀ ਹੈ ਕੇਜਰੀਵਾਲ ਇੱਕੋ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਾਫੀ ਮੋਟਾ ਹੋਇਆ ਪਹਿਲਾਂ ਨਾਲੋਂ ਆਪਣੇ ਆਪ ਦੇ ਵਿੱਚ ਪਤਨ ਕੀ ਖਾਂਦਾ
ਮੈਨੂੰ ਨਹੀਂ ਪਤਾ ਪੰਜਾਬ ਦਾ ਕਣਕ ਖਾਂਦਾ ਜਾਂ ਬਾਹਰਲੀ ਕੋਈ ਕਣਕ ਖਾਂਦਾ ਉਹ, ਪਰ ਅੱਗੇ ਨਾਲ ਕਾਫੀ ਮੋਟਾ ਇੱਕ ਐਡ ਦੇ ਵਿੱਚ ਮੈਂ ਦੇਖਿਆ, ਉਹ ਐਡ ਦੇ ਵਿੱਚ ਬਾਬਾ ਰਾਮਦੇਵ ਵਾਲੇ ਯੋਗੇ ਦੀ ਐਡ ਕਰਦਾ ਉਹ, ਕਹਿੰਦੇ ਯੋਗਾ ਕਰੋ, ਮੈਂ ਵੀ ਯੋਗਾ ਕਰਦਾ ਕਾਫੀ ਕੁਛ ਕਰਦਾ ਮੈਂ, ਕਹਿੰਦਾ ਉਹ ਯੋਗਾ ਸਾਰੇ ਲਈ ਚੰਗਾ, ਫ੍ਰੀ ਅਸੀਂ ਇੰਸਟਰਕਟਰ ਦੇਵਾਂਗੇ, ਯੋਗਾ ਸਿਖਾਉਣ ਵਾਲੇ ਬੰਦਾ 25 ਬੰਦੇ ਚਾਹੀਦੇ ਨੇ, ਇੱਕ ਪਾਰਕ ਚਾਹੀਦਾ, ਅਸੀਂ ਬੰਦਾ ਭੇਜ ਦਾਂਗੇ ਫ੍ਰੀ ਸਿਖਾਊਗਾ। ਚਲੋ ਚੰਗੀ ਗੱਲ, ਵਧੀਆ ਗੱਲ ਆ, ਉਹਦੀ ਕੋਈ ਮਾੜੀ ਗੱਲ ਨਹੀਂ ਹੈਗੀ, ਅਸੀਂ ਇਹਦੇ ਵਿਰੋਧ ਨਹੀਂ ਕਰਦੇ। ਪਰ ਬਾਕੀ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ, ਗਰੀਬਾਂ ਤੇ ਅਤਿਆਚਾਰ ਹੋ ਰਹੇ ਨੇ, ਘੱਟ ਗਿਣਤੀਆਂ ਦੇ ਉੱਤੇ ਅਤਿਆਚਾਰ ਹੋ ਰਹੇ, ਬਹੁਤ ਕੁਛ ਹੋ ਰਿਹਾ, ਕੇਜਰੀਵਾਲ ਦੀ ਜਿਹੜੀ ਚੁੱਪ ਹੈ ਉਹ ਹਰ ਇੱਕ ਬੰਦੇ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਵੀ ਕੇਜਰੀਵਾਲ ਹੈ ਕਿਹਦਾ, ਰੌਲਾ ਤਾਂ ਇਹ ਹੈ ਬਸ। ਥੋੜਾ ਜੀ ਦੇਖੋ ਗੱਲ ਇਹ ਆ, ਭਾਰਤੀ ਜਨਤਾ ਪਾਰਟੀ ਤਾਂ ਆਪਣੇ ਏਜੰਡੇ ਨੂੰ ਹੁਣ ਸਿੱਧੇ ਤੌਰ ਤੇ ਲਾਗੂ ਕਰਨ ਤੇ ਉਤਰੀ ਹੋਈ ਆ, ਉਹਨਾਂ ਦੀ ਤਾਂ ਨਿਗਾਹ ਜਿਹੜੀ ਆ ਉਹ ਬਹੁ ਗਿਣਤੀ ਹਿੰਦੂ ਵੋਟ ਦੇ ਉੱਤੇ ਪਹਿਲਾਂ ਹੀ ਟਿਕੀ ਹੋਈ ਆ। ਪਰ ਜੋ ਕੁਛ ਪਿਛਲੇ ਸਮੇਂ ਦੇ ਵਿੱਚ ਪਿਛਲੇ ਕਿਉਂਕਿ ਲਗਭਗ 8 ਸਾਲ ਹੋ ਗਏ ਨੇ ਤਕਰੀਬਨ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਸਰਕਾਰ ਬਣਿਆ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਬਲਕਿ 9 ਸਾਲ ਹੋ ਗਏ, ਜਿਹੜਾ ਕੇਜਰੀਵਾਲ ਦਾ ਰੰਗ ਉਗੜ ਕੇ ਸਾਹਮਣੇ ਆਇਆ ਉਹ ਵੀ ਬਹੁ ਗਿਣਤੀ ਨੂੰ ਪੁਚਕਾਰਨ ਵਾਲਾ ਤੇ ਘੱਟ ਗਿਣਤੀਆਂ ਦੇ ਮਾਮਲੇ ਤੇ ਪਿੱਠ ਕਰਕੇ ਖੜੇ ਹੋਣ ਵਾਲਾ ਉਹ ਦਿਖਾਈ ਦਿੰਦਾ, ਜਿੱਥੋਂ ਸਾਫ਼ ਸਾਫ਼ ਪਤਾ ਲੱਗਦਾ ਬਈ ਉਹਦੀ ਵੀ ਜਿਹੜੀ ਨਿਗਾਹ ਹੈ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਬਹੁ ਗਿਣਤੀ ਹਿੰਦੂ ਵੋਟਾਂ ਦੇ ਉੱਤੇ ਟਿਕੀ ਹੋਈ ਹੈ। ਦਿੱਲੀ ਦੀ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਹੋਈਆਂ ਜਿਹੜੀਆਂ ਫਿਰਕੂ ਹਿੰਸਾ ਦੀਆਂ ਘਟਨਾਵਾਂ ਨੇ, ਚਾਹੇ ਉਹ 2020 ਦੇ ਵਿੱਚ ਦੰਗੇ ਹੋਏ ਜਦੋਂ ਕੈਂਪ ਸਾਹਿਬ ਆਏ ਹੋਏ ਸੀ ਉਸ ਵੇਲੇ ਕੇਜਰੀਵਾਲ ਦਾ ਚੁੱਪ ਰਹਿਣਾ, ਤੇ ਹੁਣ ਜਹਾਂਗੀਰਪੁਰੀ ਦੇ ਵਿੱਚ ਜੋ ਕੁਛ ਹੋਇਆ ਉਹਦੇ ਉੱਤੇ ਚੁੱਪ ਰਹਿਣਾ, ਫਿਰ ਮੁਸਲਮਾਨਾਂ ਤੇ ਜਿਹੜੀ ਪੁਲਿਸ ਕਾਰਵਾਈ ਜਿਹੜੀ ਆ ਇੱਕ ਤਰਫਾ ਜਾਂ ਇੱਕ ਪਾਸੜ, ਉਹਦੇ ਬਾਰੇ ਜਿਹੜਾ ਸਿਆਸੀ ਸਟੈਂਡ ਕੇਜਰੀਵਾਲ ਸਾਹਿਬ ਨਹੀਂ ਬੈਠੇ ਨੇ, ਹੋ ਸਕਦਾ ਉਹਨਾਂ ਲਈ ਉਹ ਫਾਇਦੇਮੰਦ ਹੋਵੇ, ਹੋ ਸਕਦਾ ਉਹਨਾਂ ਲਈ ਉਹ ਰਾਜਨੀਤਿਕ ਫਾਇਦੇਮੰਦ ਹੋਵੇ। ਪਰ ਆਮ ਲੋਕ ਇਹ ਸਵਾਲ ਜ਼ਰੂਰ ਕਰਦੇ ਨੇ ਵੀ ਕੀ ਇਹ ਨੈਤਿਕ ਹੈਗਾ, ਇਹਦੇ ਚ ਕਿਤੇ ਨੈਤਿਕਤਾ ਦਿਖਾਈ ਦਿੰਦੀ ਹੈ ਥੋੜੀ ਬਹੁਤ, ਜਾਂ ਕੋਈ ਮਨੁੱਖਤਾ ਦੀ ਗੱਲ ਦਿਖਾਈ ਦਿੰਦੀ ਆ, ਨਹੀਂ ਦਿੰਦੀ। ਭ੍ਰਿਸ਼ਟਾਚਾਰ ਵਿਰੋਧੀ ਯੋਧਾ ਬਣ ਕੇ, ਕਿਉਂਕਿ ਜਦੋਂ ਅੱਲਾ ਹਜ਼ਾਰੇ ਵਾਲੀ ਮੁਹਿੰਮ ਚੱਲੀ ਸੀ ਨਾ ਉਹਨੂੰ ਕਰਪਸ਼ਨ ਜਿਹੜੀ ਮਤਲਬ ਐਂਟੀ ਕਰਪਸ਼ਨ ਮੁਹਿੰਮ ਵੀ ਕਿਹਾ ਜਾਂਦਾ ਸੀ, ਤੇ ਉਹਨੂੰ ਮਤਲਬ ਬੜਾ ਪ੍ਰਚਾਰਿਆ ਗਿਆ ਵੀ UPA ਸਰਕਾਰ ਦੇ ਵਿੱਚ ਘਪਲੇ ਹੀ ਬਾਹਲੇ ਹੋ ਗਏ, ਇੰਨੇ ਘਪਲੇ ਹੋ ਗਏ ਵੀ ਜੇ ਕਿਤੇ ਉਹ ਘਪਲਿਆਂ ਦਾ ਪੈਸਾ ਬਾਹਰ ਆ ਜਾਵੇ ਜਾਂ ਉਹ ਦੇਸ਼ ਦੇ ਲੋਕਾਂ ਦੇ ਕੰਮ ਆ ਜਾਵੇ ਤਾਂ ਦੇਸ਼ ਇੰਨਾ ਕੁ ਅਮੀਰ ਹੋ ਜਾਣਾ ਬਈ ਜਿਹੜਾ ਹੁਣ ਰਿਕਸ਼ਾ ਰੇਹੜੀ ਨਹੀਂ ਕਰਦਾ ਇਹ ਵੀ ਕਾਰ ਚ ਘੁੰਮਿਆ ਕਰੂਗਾ। ਇਸ ਤਰ੍ਹਾਂ ਦੇ ਜਦੋਂ ਉਦੋਂ ਗੱਲ ਚੱਲੀ ਅੱਲਾ ਹਜ਼ਾਰੇ ਮਿਲੇ ਤਾਂ ਉਦੋਂ ਭ੍ਰਿਸ਼ਟਾਚਾਰ ਵਿਰੋਧੀ ਇੱਕ ਯੋਧਾ ਬਣ ਕੇ ਇੱਕ ਦਹਾਕਾ ਪਹਿਲਾਂ ਰਾਜਨੀਤੀ ਚ ਪੈਰ ਭਰਨ ਵਾਲਾ ਕੇਜਰੀਵਾਲ ਉਹ ਹੁਣ ਇਹ ਕਹਿਣ ਲੱਗ ਗਿਆ ਵੀ ਸਾਡਾ ਤਾਂ ਧਿਆਨ ਇਕੱਲਾ ਵਿਕਾਸ ਤੇ ਆ ਤੇ ਅਸੀਂ ਤਾਂ ਵਿਕਾਸ ਦੀ ਸਿਆਸਤ ਕਰਦੇ ਹਾਂ ਤੇ ਬਾਕੀ ਗੱਲਾਂ ਨੂੰ ਅਸੀਂ ਤਵੱਜੋ ਦਿੰਦੇ ਨੇ। ਥੋੜਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ 2013 ਚ ਦਿੱਲੀ ਦੇ ਵਿੱਚ ਸਥਾਪਿਤ ਹੋਈ, ਉਦੋਂ ਤੋਂ ਲੈ ਕੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੀ ਬਿਹਤਰੀ, ਮੁਹੱਲਾ ਕਲੀਨਿਕ, ਸਸਤੇ ਰੇਟ ਤੇ ਪਾਣੀ ਬਿਜਲੀ ਮੁਹੱਈਆ ਕਰਾਉਣ ਦਾ ਸਿਹਰਾ ਦਿੱਤਾ ਜਾਂਦਾ ਰਿਹਾ। ਕੇਜਰੀਵਾਲ ਅਕਸਰ ਇਹੀ ਗੱਲ ਕਹਿੰਦੇ ਨੇ ਵੀ ਉਹਨਾਂ ਦੀ ਪਾਰਟੀ ਸਾਰਿਆਂ ਧਰਮਾਂ ਦੀ ਬਰਾਬਰੀ ਦੇ ਨਾਲ ਨਾਲ ਸਭ ਲਈ ਸਭ ਦਾ ਸਭ ਲਈ ਇਨਸਾਫ ਉਹਦੇ ਚ ਵਿਸ਼ਵਾਸ ਰੱਖਦੀ ਹੈ, ਉਹ ਦੇਸ਼ ਚ ਜਾਤ ਤੇ ਧਾਰਮਿਕ ਵੰਡਾਂ ਦੇ ਖਿਲਾਫ ਵੀ ਗੱਲ ਕਰਦੇ ਹੁੰਦੇ ਸੀ। ਬਹੁਤ ਸਾਰੇ ਲੋਕਾਂ ਨੂੰ ਵੰਡ ਪਾਓ ਸਿਆਸਤ ਤੋਂ ਪਰਹੇਜ ਕਰਨ ਲਈ ਆਪ ਦੇ ਵਾਅਦੇ ਨੂੰ ਲੋਕਾਂ ਨੇ ਇਹਨੂੰ ਆਪ ਦਾ ਵਾਅਦਾ ਸਮਝ ਲਿਆ, ਪਰ ਆਮ ਲੋਕ ਇਹਨੂੰ ਦੂਜੀਆਂ ਸੱਤਾਧਾਰੀ ਧਿਰਾਂ ਦੇ ਬਦਲ ਵਜੋਂ ਦੇਖਣ ਲੱਗ ਗਏ। ਪਰ ਅਰਵਿੰਦ ਕੇਜਰੀਵਾਲ ਮੁਸਲਮਾਨਾਂ ਦੇ ਬਾਰੇ ਚ ਕਿਉਂ ਨੀ ਬੋਲਦੇ? ਆਹ ਹਾਲੀਆ ਜਿਹੜੀ ਹਿੰਦੂ ਮੁਸਲਿਮ ਹਿੰਸਾ ਨੇ ਦਿੱਲੀ ਦੇ ਜਹਾਂਗੀਰਪੁਰੀ ਨੂੰ ਹਿਲਾ ਕੇ ਰੱਖਤਾ, ਲੋਕ ਪੁੱਛਦੇ ਨੇ ਵੀ ਅਰਵਿੰਦ ਕੇਜਰੀਵਾਲ ਸ਼ਹਿਰ ਦੇ ਮੁਸਲਮਾਨਾਂ ਲਈ ਕਿਉਂ ਨੀ ਬੋਲੇ? ਉਹ ਵੀ ਤਾਂ ਦਿੱਲੀ ਦਾ ਹਿੱਸਾ ਨੇ,
क्यों नहीं बोलते। जो शोभा यात्रा जहांगीर पीरीपुरी लंघ रही थी तो दोहां धड़ां दे विच बहस पहला बहस हुई तो बाद च पत्थरबाजी हुई। दिल्ली पुलिस ने इस मामले च दो दर्जन तो वध लोगों को गिरफ्तार भी किया। हिंसा तो बाद इलाके च भारी सुरक्षा बल जिहड़े उह तैनात भी करते ते पुलिस फोर्स ने बहुते मुसलमानों को गिरफ्तार किया। कौमी राजधानी की कारपोरेशन उत्ते भाजपा का कंट्रोल आ, बिना किसी नोटिस तो गैर कानूनी उसारियों को ढोण के नाम से बुलडोजर चलाए जाते हैं। इस कार्रवाई च निशाना बहुते मुसलमान बनते हैं क्योंकि बहुतिया दुकाना से कारोबार इसे परिवार संबंधित सी उस इलाके मुसलमानों खिलाफ अजिहा वर्तारा भाजपा लई तां कोई नवा नहीं है कि पिछले कुछ सालों तो भारत में मुसलमानों खिलाफ जिहड़ा हिंसा च वाधा होया अजिही कार्रवाई ही भाजपा के राज वाले सूबों च आम देखों को मिलती है। पर लोग कहते हैं कि केजरीवाल के रवे चुप तक वो क्यों नहीं बोलता, हफ्ते तो बद समा हो गया हाले तक केजरीवाल उस इलाके च दौरा कर भी नहीं गया। केजरीवाल की इस घटना बारे जी निखेधी भी जी की थोड़ा जी वो भी एक तरफा की पत्थरबाजी की आलोचना की, पर यात्रा से शामिल उन्हों लोगों की निंदा नहीं की जिन्होंने हिंसक धार्मिक नारे लाए, जिड़े हथियार लहराते उत्थे घट गिणती रात भुका के उन्होंने धार्मिक स्थानों के मूहे खड़ के जो अशे मतलब मंदी भाषा बोलते हैं वो बारे वो चुप ने। जिथे 80% आबादी हिंदू आ ते केजरीवाल भी बहुत गलती वोट बैंक में अपने वाल खिंचन लई यतनशील ने। सीनियर पत्रकार सबका केजरीवाल साहब के सबका साथी आशुतोष का कहना है भी सरकार की जिम्मेदारी है कि वो सारे नागरिकों लिए खड़ी हो। पर केजरीवाल ने केजरीवाल के मुख पर केजरीवाल जरा वो कहते आशुतोष का कहना, मैं नहीं कहता आशुतोष देश के वे पत्रकार ने किसी वे केजरीवाल के साथी भी रहे उन्होंने यह कहना भी केजरीवाल हिंदू के मुख्यमंत्री वगू विहार कर रहा। गल साहब काफी वड्डी गल कहती ए आशुतोष ही तां नहीं जिहदे उत्ते बीजेपी ने कई दोष भी लाए सी ते उन्हां जेल तक भी पहुंचाता सी कई गल्लां प्रॉब्लम भी उन्हां नूं आई है ये उही आशुतोष है। नहीं नहीं इन्हां नूं इह वड्डे मीडिया चैनलों दे विच कम करदे सी इन्हां नूं अपनी नौकरी तों हट जरूर होणा पिया। ओके ओके इन्हां नूं अपनी नौकरी तों हट होणा पिया। आशुतोष जी कहिंदे ने बई मुख्यमंत्री जिहड़े केजरीवाल ने वह हिंदुओं के मुख्यमंत्री वगू प्यार करते पत्थरबाजा की आलोचना करते हैं वो ट्वीट करते हैं पर हथियारबंद भीड़ जी मुसलमानों का मजाक उड़ाती है वो बारे चुप बक लेंगे ने। वो कहते हैं भी केजरीवाल सोचना कि जे वो बुलडोजर उसारिया बिना नोटिस ढाए जाने की आलोचना करे तो लोग यह समझे भी वो मुसलमानों का समर्थन कर रहे हैं। एक देश जिथे 80% आबादी हिंदू आ केजरीवाल साहब की निगरानी उसे हिंदू बहुत गिनती देते उसे वोट बैंक के उत्ते टिकी हुई है। आप पिछले दिनों से देखिया कांग्रेस साथी वृंदा करात बुलडोजर की कार्रवाई को रोकने के आदेश देने वाले अदालती फरमान जब ढोन वाली थान से पहुंचे तो लोगों की प्रशंसा उन्होंने बहुत खत्ती है, बड़े लोगों ने उन्होंने वाह वाह की है। पर सोशल मीडिया से थू थू तो बाद आपने आखिरकार अपने दो विधायकों फिर वीरवार को उत्ते हिंसा प्रभावित खेत्र च दौरा करने वास्ते भेजा। उसारिया ढोन की कार्रवाई को एक दिन बाद असी उन्होंने भी जाके ठीक कहा कहते असी तो विकास की राजनीति करते हैं। आप के दो विधायक पवन शर्मा ते अब्दुल रहमान जहीर जहांगीरपुरी का दौरा करते हैं धार्मिक हिंसा से टिप्पणी ना कर पार्टी के फैसले का बचा करते हुए कहते गए भी आप चुप नहीं है पर असी हिंदू मुसलमान का मंदिर मस्जिद की राजनीति च शामिल नहीं होना चाहते। यह कह के पल्ला झाड़ते हैं असी तो सारे धर्मों की बराबरी विश्वास रखते हैं असी विकास की राजनीति करते हैं असी सिक्ख्या से सेहत पर ध्यान देने असी लोगों को सस्ता पानी से बिजली प्रदान करते हैं। जब उन्होंने पूछा फिर पहले तो यह दसो फिर उन्होंने यह भी सवाल खड़ा किया भी 15 साल तो बीजेपी काबज है कारपोरेशन के उत्ते जिहड़े यह कब्जे हुए थे पहला हुण कद दिते इहदे लई उन्होंने भाजपा निशाने से लैण की कोशिश की है। निशान उन्होंने कहा
ਵੀ ਇਹ ਭਾਜਪਾ ਵਾਲਿਆਂ ਨੇ ਪੈਸੇ ਲੈ ਲੈ ਕੇ ਪਹਿਲਾਂ ਨਿਆਂ ਕਬਜ਼ੇ ਕਰਵਾਏ ਤੇ ਹੁਣ ਉਹਨਾਂ ਨੂੰ ਲੁਕਾਉਣ ਦੇ ਨਾਂ ਤੇ ਆਹ ਸਾਰਾ ਕੁਛ ਕੀਤਾ ਜਾ ਰਿਹਾ। ਪਰ ਜਿਹੜੇ ਉਸ ਇਲਾਕੇ ਦੇ ਘੱਟ ਗਿਣਤੀ ਲੋਕ ਨੇ ਅਖਬਾਰਾਂ ਦੀ, ਮੈਂ ਹੁਣ ਨਾਂ ਨੀ ਕਿਸੇ ਦਾ ਲੈਣਾ ਚਾਹੁੰਦਾ, ਮੈਂ ਇੱਕ ਗੱਲ ਵਿੱਚ ਹੋਰ ਜੋਰ ਦੇਣਾ ਚਾਹੁੰਦਾ, ਤੁਹਾਡੀ ਗੱਲ ਚ ਵਾਧਾ ਕਰ ਦੇਣਾ ਚਾਹੁੰਦਾ, ਕੋਈ ਨੀ ਕਰ ਲਓ ਤੁਸੀਂ ਕਰੋ ਕਰੋ जे गल आप करिए ना हालात ए अन्ना हजारे दी है ना, अन्ना हजारे कित्थे आ हुण उहदी औलाद आ ना है केजरीवाल जां उहदी सोच जां औलाद कह दे जां उहदी सोच कह दे इको गल है उहदी सोच है ना हुण कित्थे बैठा हो हुण उहनूं घट गिणतियां क्यों नहीं दिख रहियां हुण किसानां दीआं प्रॉब्लमां क्यों नहीं दिख रही कित्थे बैठा चुप किता अन्ना हजारे सेम सोच लैके केजरीवाल अगे किता होया मैनूं इह लगदा ਕਹਿੰਦਾ ਜੀ ਦੇਖੋ ਗੱਲ ਆ ਉਹ ਬੀਜੇਪੀ ਦਾ ਕਫੀਲਾ ਸੀ ਤੇ ਉਹਨੂੰ ਯੂਪੀਏ ਦੇ ਖਿਲਾਫ ਵਰਤਣ ਲਈ ਲਿਆਉਂਦਾ ਸੀ ਤੇ ਇਹ ਉਹਦਾ ਹਿੱਸਾ ਸੀ ਉਹਨਾਂ ਦਾ ਉਸੇ ਮੁਹਿੰਮ ਦਾ ਹਿੱਸਾ ਬੀਬੀ ਕਿਰਨ ਬੇਦੀ ਸੀ ਉਸੇ ਮੁਹਿੰਮ ਦਾ ਹਿੱਸਾ ਜਿਹੜਾ ਰੱਖਿਆ ਮੰਤਰੀ ਬਣਿਆ ਬਾਅਦ ਚ ਸ਼ੇਖਾਵਤ ਸੀ ਤੇ ਹੋਰ ਬਥੇਰੇ ਸੀ ਉਹ ਇਕੱਲਾ ਨਹੀਂ ਸੀ ਇਹੋ ਜਿਹੇ ਹੋਰ ਬਥੇਰੇ ਸੀ ਤੁਸੀਂ ਹੋਰ ਤਾਂ ਛੱਡੋ ਕਮਾਣਾ ਜੀ ਇੱਕ ਵਾਰ ਤਾਂ ਹਾਲਾਤ ਇਹੋ ਜਿਹੇ ਪੈਦਾ ਕਰਤੇ ਮਤਲਬ ਇਹੋ ਜਿਹੇ ਉਹਨਾਂ ਨੂੰ ਉਹ ਮਹਿਮਬਾਜ਼ਾ ਨੇ ਵੀ ਜਿਹੜੇ ਕਹਿੰਦੇ ਖੋਦੇ ਖੱਬੇ ਪੱਖੀ ਲੋਕ ਸੀ ਉਹ ਵੀ ਖਿੱਚੇ ਧੂਏ ਉੱਧਰ ਨੂੰ ਜਾ ਵੜੇ ਸੀ ਪਰ ਚਲੋ ਕਿਉਂਕਿ ਆਪਣਾ ਵਿਸ਼ਾ ਨਹੀਂ ਹੈ ਮੈਂ ਉਹਦੀ ਅੱਜ ਗੱਲ ਨਹੀਂ ਕਰ ਰਿਹਾ ਬਿਲਕੁਲ ਮੈਂ ਗੱਲ ਕਰਦਾ ਵੀ ਜਿਹੜਾ ਮੁਸਲਿਮ ਭਾਈਚਾਰਾ ਉਹਦੇ ਬਹੁਤ ਸਾਰੇ ਜਿਹੜੀਆਂ ਵੱਖ ਵੱਖ ਨਿਊਜ਼ ਏਜੰਸੀਆਂ ਨੇ ਬੀਬੀਸੀ ਤੋਂ ਲੈ ਕੇ ਜਿਹੜੇ ਹੋਰ ਨਿਊਜ਼ ਪੋਰਟਲ ਨੇ ਉਹਨਾਂ ਦੇ ਪੱਤਰਕਾਰਾਂ ਨੇ ਬਕਾਇਦਾ ਨਾਂ ਕੋਡ ਕਰਕੇ ਉਹਨਾਂ ਦੇ ਨਾਂ ਦੱਸ ਦੱਸ ਕੇ ਉਹਨਾਂ ਦੇ ਵਾਇਸ ਲੈ ਕੇ ਉਹਨਾਂ ਦੇ ਬਿਆਨ ਨਸ਼ਰ ਕੀਤੇ ਨੇ ਤੇ ਪਰ ਮੈਂ ਉਹਨੂੰ ਸ਼ਾਰਟ ਦੇ ਵਿੱਚ ਨਿਬੇੜਦਾ ਕਿਉਂਕਿ ਆਪਾਂ ਨੂੰ ਸਮਾਂ ਵੀ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਹੈ ਉਹ ਕਹਿੰਦੇ ਨੇ ਵੀ ਕੇਜਰੀਵਾਲ ਹੁਣ ਸਾਡੇ ਬਾਰੇ ਨਹੀਂ ਸੋਚਦਾ ਕਿਉਂਕਿ ਸਾਡੀਆਂ ਵੋਟਾਂ ਦੀ ਉਹਨੂੰ ਲੋੜ ਨਹੀਂ ਹੈ ਜਹਾਂਗੀਰਪੁਰੀ ਚ ਬੁਲਡੋਜ਼ਰ ਦੀ ਕਾਰਵਾਈ ਚ ਆਪਣੀ ਰੋਟੀ ਰੋਟੀ ਦਿਵਾਉਣ ਵਾਲੇ ਲੋਕਾਂ ਨੇ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਨੂੰ ਮੁਸ਼ਕਲ ਦੀ ਘੜੀ ਚ ਸਾਫ ਛੱਡ ਦੇਣ ਦਾ ਦੋਸ਼ ਵੀ ਬੜਿਆ ਵਾ ਤੇ ਉਹਨਾਂ ਲੋਕਾਂ ਨੇ ਕਿਹਾ ਵੀ ਗਰੀਬ ਦਿਹਾੜੀਦਾਰ ਮਜ਼ਦੂਰ ਕਚਰਾ ਇਕੱਠਾ ਕਰਨ ਵਾਲੇ ਕਬਾੜੀ ਦਾ ਕੰਮ ਕਰਨ ਵਾਲੇ ਸੜਕ ਕੰਢੇ ਸਮਾਨ ਵੇਚਣ ਵਾਲੇ ਜਿਹੜੇ ਨੇ ਉਹ ਲੋਕ ਇਸ ਕਰਕੇ ਕੇਜਰੀਵਾਲ ਨੇ ਉਹਨਾਂ ਤੋਂ ਦੂਰੀ ਬਣਾ ਲਈ ਕਿਉਂਕਿ ਉਹਨੂੰ ਮੂਹਰੇ ਦੋ ਚੋਣਾਂ ਦਿਖਾਈ ਦਿੰਦੀਆਂ ਨੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ। ਇੱਕ ਹੋਰ ਸੀਨੀਅਰ ਪੱਤਰਕਾਰ ਨੇ ਰਾਕੇਸ਼ ਦੀਕਸ਼ਿਤ ਉਹਨਾਂ ਦਾ ਕਹਿਣਾ ਇਹ ਆ ਵੀ ਦਿੱਲੀ ਸਰਕਾਰ ਨੇ ਦੰਗਿਆਂ ਤੇ ਬਲਡੋਜ਼ਰ ਦੇ ਖਿਲਾਫ ਇੱਕ ਰਾਹਗੀਰ ਵਾਲਾ ਰਵੱਈਆ ਅਖਤਿਆਰ ਕੀਤਾ ਹੋਇਆ ਜਿਵੇਂ ਇੱਕ ਰਾਹ ਜਾਂਦਾ ਬੰਦਾ ਵੀ ਦੇਖ ਕੇ ਸਭ ਕੁਛ ਅਣਡਿੱਠ ਕਰ ਜਾਂਦਾ ਤੇ ਬਿਲਕੁਲ ਦੇਖ ਕੇ ਅਣਡਿੱਠ ਕਰਨ ਵਾਲੀ ਗੱਲ ਆ। ਉਹਨਾਂ ਨੇ ਕਿਹਾ ਵੀ ਇਹ ਉਹਨਾਂ ਦਾ ਮਕਸਦ ਨਹੀਂ ਪੂਰਾ ਕਰਦਾ। ਉਹਨਾਂ ਨੇ ਕਿਹਾ ਵੀ ਕੇਜਰੀਵਾਲ ਨੇ ਮੁਸਲਮਾਨਾਂ ਨੂੰ ਨਾਰਾਜ਼ ਕੀਤੇ ਬਿਨਾਂ ਰੂੜੀਵਾਦੀ ਨੀਤੀ ਅਪਣਾਈ ਹੋਈ ਹੈ ਤੇ 2020 ਦੇ ਵਿੱਚ ਚੋਣ ਜਿੱਤਣ ਤੋਂ ਬਾਅਦ ਉਹ ਜਨਤਕ ਤੌਰ ਤੇ ਆਪਣੇ ਧਰਮ ਦਾ ਪ੍ਰਚਾਰ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇੱਕ ਪਾਸੇ ਤਾਂ ਉਹ ਕਹਿੰਦਾ ਵੀ ਮੈਂ ਕਿਸੇ ਧਰਮ ਦੀ ਗੱਲ ਦੀ ਪਰਵਾਹੀ ਤਾਂ ਵਿਕਾਸ ਦੀ ਗੱਲ ਕਰਦੇ ਹਾਂ ਪਰ ਦੂਜੇ ਪਾਸੇ ਉਹ ਖੁਦ ਲਾਈਵ ਟੈਲੀਕਾਸਟ ਕਰਾਉਂਦਾ ਜਦੋਂ ਮੰਦਰਾਂ ਦੇ ਵਿੱਚ ਜਾ ਕੇ ਪੂਜਾ ਕਰਦਾ ਉਦੋਂ ਕਿੱਥੇ ਚਲੀ ਜਾਂਦੀ ਉਹਦੀ ਧਰਮ ਨਿਰਪੱਖਤਾ ਉਦੋਂ ਕਿੱਧਰ ਚਲੀ ਜਾਂਦੀ ਹੈ ਉਦੋਂ ਉਹ ਕਹਿੰਦਾ ਮੈਨੂੰ ਹਿੰਦੂ ਹੋਣ ਤੇ ਮਾਣ ਹੈ ਤੇ ਜੇਕਰ ਉਹਨੂੰ ਹਿੰਦੂ ਹੋਣ ਤੇ ਮਾਣ ਆ ਇਹਦਾ ਮਤਲਬ ਹੈ ਉਹਨੂੰ ਮੁਸਲਮਾਨਾਂ ਨਾਲ ਕਿਸੇ ਨਾ ਕਿਸੇ ਸੂਬੇ ਚ ਨਫ਼ਰਤ ਵੀ ਹੈਗੀ ਹੈ ਕਿਉਂਕਿ ਤੁਹਾਡਾ ਜੀ ਇਹ ਜਿਹੜੇ ਦੋ ਸੂਬੇ ਮੂਹਰੇ ਚੋਣਾਂ ਆ ਰਹੀਆਂ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਇੱਥੇ ਹਾਂ ਇਹਨਾਂ ਦੋਨਾਂ ਸੂਬਿਆਂ ਚ ਨਾ ਮੁਸਲਮਾਨਾਂ ਦੀ ਗਿਣਤੀ ਬੜੀ ਨਿਗੂਣੀ ਹੈ ਬੜੀ ਥੋੜੀ ਵੋਟ ਬੈਂਕ ਆ ਉਹਨਾਂ ਇਸ ਕਰਕੇ ਉਹਨੂੰ ਮਤਲਬ ਹੈ ਮੁਸਲਮਾਨਾਂ ਦੇ ਨਾਲ ਕੋਈ ਹਮਦਰਦੀ ਦਿਖਾਉਣੀ ਜਾਂ ਉਹਨਾਂ ਦੇ ਨਾਲ ਜਿਹੜੀਆਂ ਹੋਈਆਂ ਵਿਦਿਆਰਥੀਆਂ ਨੇ ਉਹਨਾਂ ਦੇ ਹੱਕ ਚ ਖੜਾ ਹੋਣਾ ਉਹਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਵੀ ਜਿਹੜਾ ਤਾਂ ਉਹਨਾਂ ਦੇ ਵੋਟ ਬੈਂਕ ਦੇ ਉੱਤੇ ਪਰ ਮੈਨੂੰ ਇਹ ਲੱਗਦਾ ਬੀਜੇਪੀ ਦੇ ਵੱਲੋਂ ਕਾਂਗਰਸ ਮੁਰਤ ਭਾਰਤ ਕਰਨਾ ਉਹਦੇ ਵਿੱਚ ਕੇਜਰੀਵਾਲ ਦਾ ਸਹਾਰਾ ਲੈਣਾ ਇੱਕੋ ਹੀ ਗੱਲ ਹੈ। ਕੇਜਰੀਵਾਲ ਬੀਜੇਪੀ ਦੀ ਹੈਲਪ ਕਰ ਰਿਹਾ ਇਸ ਗੱਲ ਦੇ ਉੱਤੇ ਵੀ ਕਾਂਗਰਸ ਮੁਕਤ ਭਾਰਤ ਕਰਾਂਗੇ ਰਲ ਮਿਲ ਕੇ। ਜੀ ਮੈਨੂੰ ਨਹੀਂ ਲੱਗਦਾ ਵੀ ਐ ਕਾਂਗਰਸ ਮੁਕਤ ਭਾਰਤ ਹੋ ਜੂਗਾ
ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਐਗਜ਼ਾਮਪਲ ਦਿੱਤੀ ਸੀ ਕਿਉਂਕਿ ਪਰ ਮੈਂ ਉਧਰ ਹੁਣ ਜਾ ਰਿਹਾ ਨੀਗਾ ਮੈਂ ਉਹਦੀ ਗੱਲ ਬਾਅਦ ਚ ਕਰੂੰਗਾ ਹੁਣ ਮੈਂ ਚਲੋ ਕਰ ਹੀ ਦਿੰਦਾ ਕੋਈ ਨੀ ਤੁਸੀਂ ਇਹ ਦੱਸੋ ਮੈਨੂੰ ਲੁਧਿਆਣੇ ਜ਼ਿਲ੍ਹੇ ਦੇ ਵਿੱਚ 13 MLA ਦਿੱਤੇ ਨੇ 13 ਦੇ ਵਿੱਚੋਂ 12 ਤਾਂ ਕਾਂਗਰਸੀ ਨੇ ਫਿਰ ਕਾਂਗਰਸ ਮੁਕਤ ਭਾਰਤ ਕਿਵੇਂ ਹੋ ਗਿਆ ਮੈਂ ਤਾਂ ਕਹਿੰਦਾ ਮੈਂ ਕਾਂਗਰਸ ਯੁਕਤ ਆਪ ਹੋ ਗਈ ਆਪ ਦੇ ਵਿੱਚ ਨਹੀਂ 12 ਕਾਂਗਰਸ ਆਪ ਪਾਰਟੀ ਦੇ ਵਿੱਚ ਆ ਕੇ ਆਪ ਪਾਰਟੀ ਚ ਆ ਕੇ ਜਿੱਤੇ ਹੋ ਨੇ ਉਹ ਬੇਸ਼ਕ ਕਾਂਗਰਸੀ ਸੀ ਕਦੇ ਪਰ ਉਹਨਾਂ ਦੇ ਹੁਣ ਵੀ ਲੱਛਣ ਉਹਨਾਂ ਦੇ ਕਾਂਗਰਸੀਆਂ ਵਾਲੇ ਹੀ ਆ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾਇਆ ਵੱਖਰੀ ਗੱਲ ਮੈਂ ਮੰਨਦਾ ਇਹ ਗੱਲ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਕਹਿਣਾ ਜੀ 2020 ਚ ਚੋਣ ਜਿੱਤਣ ਤੋਂ ਬਾਅਦ ਉਹ ਜਨਤਕ ਤੌਰ ਤੇ ਆਪਣੇ ਧਰਮ ਦਾ ਪ੍ਰਚਾਰ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ ਤੇ ਇੱਕ ਮੰਦਿਰ ਦੇ ਵਿੱਚ ਜਾ ਕੇ ਉਹ ਦਿਨ ਭਰ ਲਾਈਵ ਟੈਲੀਕਾਸਟ ਕਰਾਉਂਦੇ ਨੇ ਤੇ ਕਦੇ ਉਹ ਹਵਨ ਕਰਦੇ ਨੇ ਕਦੇ ਉਹ ਹੋਰ ਤਰ੍ਹਾਂ ਦੇ ਪੂਜਾ ਪਾਠ ਕਰਦੇ ਨੇ ਤੇ ਫਿਰ ਨਾਲ ਇਹ ਵੀ ਕਹਿੰਦੇ ਨੇ ਵੀ ਮੈਂ ਸਭ ਧਰਮਾਂ ਦੀ ਬਰਾਬਰੀ ਦੀ ਗੱਲ ਕਰਦਾ ਸਤਿਕਾਰ ਦੀ ਗੱਲ ਕਰਦਾ ਤੇ ਫਿਰ ਉਹਨਾਂ ਨੇ ਕਿਹਾ ਵੀ ਉਹ ਹਿੰਦੂ ਰਾਸ਼ਟਰਵਾਦ ਆਉਣ ਵਾਲੇ ਭਵਿੱਖ ਚ ਉਹਨਾਂ ਦੀ ਪ੍ਰਮੁੱਖ ਭਾਵਨਾ ਬਣੀ ਰਹੂ ਇਹਦੇ ਲਈ ਮੁਸਲਮਾਨਾਂ ਦੀ ਨਿਗਾਹ ਚ ਅਯੋਗ ਹੋ ਗਏ ਨੇ ਹੁਣ ਮੁਸਲਮਾਨਾਂ ਦੀ ਨਿਗਾਹ ਚ ਗਿਣਤੀ ਮਿਣਤੀ ਚ ਰਹੇ ਨੀ ਸੋ ਇਸ ਕਰਕੇ ਜਿਹੜੀ ਉਹਦੀ ਇਹ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਵਾਲੇ ਕੇਜਰੀਵਾਲ ਸਾਹਿਬ ਦੀ ਧਾਰੀ ਹੋਈ ਚੁੱਪ ਹੈ ਉਹ ਇਸ ਤੋਂ ਪਹਿਲਾਂ ਤੁਸੀਂ ਪਿੱਛੇ ਵੀ ਨਿਗਾਹ ਮਾਰ ਕੇ ਦੇਖੋ ਜਦੋਂ ਵਿਵਾਦਪੂਰਨ ਨਾਗਰਿਕਤਾ ਸੋਧ ਬਿੱਲ ਆਇਆ ਸੀ ਤੇ ਦਿੱਲੀ ਦੇ ਵਿੱਚ ਦੰਗੇ ਹੋਏ ਸੀ 2020 ਚ ਉਦੋਂ ਕਿਹੜਾ ਕੇਜਰੀਵਾਲ ਸਾਹਿਬ ਨੇ ਮੂੰਹ ਖੋਲਿਆ ਸੀ ਉਦੋਂ ਵੀ ਨੀ ਸੀ ਬੋਲੇ ਤੇ ਜੇ ਤੁਸੀਂ ਇਦੋਂ ਵੀ ਪਿੱਛੇ ਕਿਹੜਾ ਜਿਹਾ ਨਿਗਾਹ ਮਾਰੋ ਤਾਂ ਜਦੋਂ 2019 ਦੇ ਵਿੱਚ ਧਾਰਾ 370 ਖਤਮ ਹੋਈ ਤੇ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਖੋ ਕੇ ਉਹਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡ ਦਿੱਤਾ ਗਿਆ ਤਾਂ ਜਿਹੜਾ ਕੇਜਰੀਵਾਲ ਦਿੱਲੀ ਲਈ ਪੂਰਨ ਰਾਜ ਦੀ ਮੰਗ ਕਰਦਾ ਸੀ ਤੇ ਸਾਰਿਆਂ ਨਾਲੋਂ ਪਹਿਲਾਂ 370 ਖਤਮ ਕਰਨ ਦੇ ਹੱਕ ਚ ਉੱਚੀ ਬਾਹ ਕਰਕੇ ਉਲਾਰ ਹੋ ਕੇ ਨਾਰੇ ਲਾਉਣ ਵਾਲਿਆਂ ਚ ਕੇਜਰੀਵਾਲ ਸਾਹਿਬ ਸਾਰਿਆਂ ਨਾਲੋਂ ਮੂਹਰੇ ਮੈਂ ਫਿਰ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਕੇਜਰੀਵਾਲ ਸਾਹਿਬ ਦੀ ਇਸ ਵੇਲੇ ਜਿਹੜੀ ਨਿਗਾਹ ਕੀਤੀ ਹੋਈ ਆ ਉਹ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਚੋਣ ਜਿੱਤਣ ਦੇ ਉੱਤੇ ਟਿੱਕੀ ਹੋਈ ਆ ਇਸੇ ਕਰਕੇ ਉਹ ਮੁਸਲਮਾਨਾਂ ਤੋਂ ਦੂਰੀ ਬਣਾ ਕੇ ਇਹ ਯਕੀਨ ਦਿਵਾਉਣ ਨੂੰ ਕੋਸ਼ਿਸ਼ ਕਰ ਰਿਹਾ ਇਹਨਾਂ ਸੂਬਿਆਂ ਦੇ ਵਿੱਚ ਤਾਂ ਕਿ ਉਹਦੀ ਹਿੰਦੂ ਵੋਟ ਜਿਹੜੀ ਆ ਉਹ ਉਹਦੇ ਤੋਂ ਨਾਰਾਜ਼ ਨਾ ਹੋਵੇ ਕਿਸੇ ਤਰੀਕੇ ਨਾਲ ਬਲਕਿ ਉਹ ਭਾਜਪਾ ਦੇ ਬਦਲ ਵਜੋਂ ਖੁਦ ਨੂੰ ਪੇਸ਼ ਕਰਨਾ ਚਾਹੁੰਦਾ ਇਹੀ ਕਾਰਨ ਹੈ ਕਿ ਜਿਹੜੀ ਗੱਲਾਂ ਕਰਨੀਆਂ ਨੇ ਬਰਾਬਰਤਾ ਦੀਆਂ ਸਾਰੇ ਧਰਮਾਂ ਦੇ ਸਤਿਕਾਰ ਦੀਆਂ ਪਰ ਅਸਲੀਅਤ ਦੇ ਵਿੱਚ ਜਿਹੜਾ ਹਿੰਦੂ ਰਾਸ਼ਟਰ ਵਾਲਾ ਕੀੜਾ ਉਹ ਕਿਸੇ ਨਾ ਕਿਸੇ ਪਾਸੇ ਕੇਜਰੀਵਾਲ ਦੇ ਦਿਮਾਗ ਚ ਵੀ ਫਸਿਆ ਹੀ ਹੈ ਜੀ ਥੋੜਾ ਹਾਂ ਬਿਲਕੁਲ ਇੱਥੇ ਅਸੀਂ ਇਸ ਮੁੱਦੇ ਨੂੰ ਖਤਮ ਕਰਾਂਗੇ ਭਗਵੰਤ ਮਾਨ ਦੀ ਕੁਲਫੀ ਜਿਹੜੀ ਹੈ ਇਸ ਟਾਈਮ ਗਰਮਾ ਗਰਮ ਵਿਕ ਰਹੀ ਹੈ ਠੰਡੀ ਕੁਲਫੀ ਤੱਕ ਤੇ ਹੋਣੀ ਆ ਤੁਹਾਨੂੰ ਪਤਾ ਹੋਣਾ ਪਰ ਗਰਮ ਕੁਲਫੀ ਪੂਰੀ ਵਿਕ ਰਹੀ ਹੈ ਕੇਜਰੀਵਾਲ ਦਾ ਚਿਹਰਾ ਜਿਹੜਾ ਜਿਹੜੀ ਉਹਦੀ ਅਸਲੀ ਗੱਲ ਹੈ ਅਸਲੀ ਚਿਹਰਾ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ ਇਹਦੀ ਆਪਾਂ ਨੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਵੀ ਆਊਗਾ ਕਿਸੇ ਦਿਨ ਬੜਾ ਕੁਛ ਹੋਊਗਾ ਇਸ ਦੇ ਪਿੱਛੇ ਕੀ ਕਹਾਣੀ ਹੈ ਕੌਣ ਕਿਹਦੇ ਗੱਲ ਦੇ ਉੱਤੇ ਲੱਗਿਆ ਮੈਨੂੰ ਸਰੋਤਿਆਂ ਦੇ ਕਾਫੀ ਮੈਸੇਜ ਆ ਚੁੱਕੇ ਨੇ ਆਲਰੇਡੀ ਮੈਂ ਸਾਰੇ ਮੈਸੇਜ ਤੁਹਾਨੂੰ ਪੜ੍ਹ ਕੇ ਨਹੀਂ ਸੁਣਾ ਸਕਦਾ ਕਿਉਂਕਿ ਕਾਫੀ ਜ਼ਿਆਦਾ ਨੇ ਤੇ ਇੱਕ ਗੱਲ ਜ਼ਰੂਰ ਕਰਾਂਗੇ ਗੱਲ ਸਾਹਿਬ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਮਗਰੋਂ ਉਹ ਮੁੱਦਾ ਲੈ ਕੇ ਆਵਾਂਗੇ ਜਿਹੜਾ ਅਜੇ ਅਣਛੂਹਿਆ ਕਿਸੇ ਨੂੰ ਪਤਾ ਹੀ ਨਹੀਂ ਉਹ ਚੀਜ਼ ਦਾ ਉਹਦੀ ਗੱਲ ਵੀ ਆਪਾਂ ਜ਼ਰੂਰ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਮਗਰੋਂ ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ ਫਾਰ ਐਡਵਰਟਾਈਜ਼ਿੰਗ ਇਨਕੁਆਇਰੀ ਕੰਟੈਕਟ ਦਰਸ਼ਨ ਬਸਰਾਓ ਐਟ 815-557-4991 ਔਰ ਸਾਵਨ ਟਿਵਾਣਾ ਐਟ 219-670-4579 ਔਰ ਈਮੇਲ ਐਟ ਸੇਲਸ ਐਟ ਚੰਨ ਪਰਦੇਸੀ ਡੋਟ ਕਾਮ ਰੇਡੀਓ ਚੰਨ ਪਰਦੇਸੀ ਤੇ ਡੀਜੇ ਸੋਨੀ ਐਂਟਰਟੇਨਮੈਂਟ ਵਾਲੇ ਕਰਾ ਰਹੇ ਨੇ ਇੰਡੀਅਨ ਐਪਲਸ ਇੰਡੀਆਨਾ ਦੇ ਵਿੱਚ ਕਰਨ ਔਜਲਾ ਦਾ ਸ਼ੋਅ ਯਾਦ ਰੱਖਣਾ 14 ਮਈ ਵਧੇਰੀ ਜਾਣਕਾਰੀ ਲਈ ਕਾਲ ਕਰੋ ਦਰਸ਼ਨ ਬਸਰਾਓ 815-557-5999 ਡੀਜੇ ਸੋਨੀ
513-600-4447 या फिर जसप्रीत गोलेवाला जी नू 317-410-9173। गिल साहब एक बहुत ही कमाल दी गल तुसी लैके अज स्रोतियां दे नाल जानकारी दे रहे हो, बहुत वड्डा मुद्दा है अपने आप दे विच। एक औरत दी दर्दनाक दास्तां, एक पूरी किताब दे ते लिखी जा सकती है, कुछ क मिंटां दे विच दे ते बयान करना शायद औखा होवे, की कहोगे दे बारे? हां कराणा जी, देखो उंज तां औरत नूं इस संसार दी जानी भी कहा जांदा, ते साडे गुरुआं पीरां ने बाबे नानक ने मतलब बहुत उच्चा दर्जा भी दित्ता मां औरत नूं, सोके मुंडा आखिए जित कदे राजान, इत्थों तक उन्हां नूं वड्याई दित्ती भी जिहड़ी राजे महाराजा नूं जन्म मिलदी आ ਤੁਸੀਂ ਉਹਨੂੰ ਗੰਦਾ ਕਿਵੇਂ ਕਹਿ ਸਕਦੇ। ਪਰ ਭਾਰਤ ਦੇ ਵਿੱਚ ਮਜ਼ਦੂਰ ਔਰਤਾਂ ਦੀ ਜਿਹੜੀ ਦਾਸਤਾਨ ਇਸ ਵੇਲੇ ਉਹ ਇੰਨੀ ਕੁ ਦਰਦਨਾਕ ਹੋ ਚੁੱਕੀ ਹੈ ਟਵਾਣਾ ਜੀ, ਵੀ ਮਜ਼ਦੂਰ ਔਰਤਾਂ ਨੂੰ ਆਪਣੀ ਕੁੱਕ ਜਿਹਨੂੰ ਬੱਚੇ ਕਰਨ ਕਹਿੰਦੇ ਆ ਉਹ ਕਢਵਾਉਣੀ ਹੀ ਪੈ ਰਹੀ ਆ, ਉਹ ਵੀ ਛੋਟੀ ਉਮਰ ਚ। ਦੇਖੋ ਕਈ ਵਾਰੀ ਕਿਸੇ ਬਿਮਾਰੀ ਦੀ ਵਜ੍ਹਾ ਕਰਕੇ ਕੋਈ ਕਈ ਵਾਰੀ ਕੋਈ ਗੰਭੀਰ ਬਿਮਾਰੀਆਂ ਜਿਵੇਂ ਕੈਂਸਰ ਵਗੈਰਾ ਦਾ ਰੋਗ ਕਈ ਵਾਰੀ ਬੱਚੇਦਾਨੀ ਦੇ ਵਿੱਚ ਆ ਜਾਂਦਾ, ਤਾਂ ਉਦੋਂ ਬੱਚੇਦਾਨੀ ਕਈ ਵਾਰੀ ਮਜ਼ਬੂਰੀ ਚ ਕੱਢਣੀ ਪੈਂਦੀ। ਉਹ ਇੱਕ ਹੋਰ ਮੁੱਦਾ, ਪਰ ਜਦੋਂ ਬਹੁਤ ਗਿਣ ਸੀ ਪਿੰਡਾਂ ਦੇ ਪਿੰਡ ਇਸ ਗੱਲ ਨਾਲ ਭਰੇ ਪਏ ਨੇ ਵੀ ਉੱਥੇ ਇੱਕ ਵੀ ਔਰਤ ਦੇ ਪੇਟ ਚ ਬੱਚੇਦਾਨੀ, ਇੰਨੀ ਵੱਡੀ ਦਰਦਨਾਕ ਸਿਚੁਏਸ਼ਨ ਕਿਵੇਂ ਹੋ ਸਕਦੀ ਆ? ਕਿਹੜੀ ਗੱਲ? ਇਹ ਔਰਤਾਂ ਦਾ ਕਹਿਣਾ, ਕੁਛ ਮਜ਼ਦੂਰ ਔਰਤਾਂ ਨੇ ਕਿਹਾ ਵੀ ਸਾਨੂੰ ਆਪਣੀ ਕੁੱਖ ਇਸ ਕਰਕੇ ਕਢਵਾਉਣੀ ਪੈਂਦੀ ਆ ਵੀ ਹਰ ਮਹੀਨੇ ਚਾਰ ਪੰਜ ਦਿਨ ਜਦੋਂ ਮਹਾਂਵਾਰੀ ਆਉਂਦੀ ਆ, ਜਦੋਂ ਜਿਹਨੂੰ ਪ੍ਰੀ ਪੀਰੀਅਡ ਕਹਿੰਦੇ ਆ ਅਸੀਂ, ਮਹਾਂਵਾਰੀ ਦੇ ਦਿਨ ਆਉਂਦੇ ਨੇ ਮਹਾਂਵਾਰੀ, ਤਾਂ ਉਹ ਕਹਿੰਦੀ ਵੀ ਉਦੋਂ ਸਾਨੂੰ ਕੰਮ ਛੱਡਣਾ ਪੈਂਦਾ, ਦਿਹਾੜੀ ਤੋਂ ਵਾਂਝੇ ਹੋਣਾ ਪੈਂਦਾ, ਤੇ ਦੂਜਾ ਅਕਸਰ ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਨੇ, ਜੇ ਕਿਤੇ ਬਲਾਤਕਾਰ ਹੋ ਜਾਵੇ ਤਾਂ ਕਿ ਬੱਚਾ ਹੀ ਨਾ ਪੈਦਾ ਹੋਵੇ, ਇਸ ਗੱਲ ਲਈ ਕੁੱਖ ਚੋਂ ਕੁੱਖ ਨੂੰ ਕੱਢ ਦਿੱਤਾ ਸਰੀਰ ਦੇ ਹਿੱਸੇ ਚੋਂ। ਇਹ ਰਿਪੋਰਟ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੀ, ਗੰਨੇ ਦੇ ਖੇਤਾਂ ਚ ਕੰਮ ਕਰਨ ਵਾਲੀਆਂ ਔਰਤਾਂ 20-30 ਸਾਲ ਦੀ ਉਮਰ ਚ ਹੀ ਬੱਚੇਦਾਨੀ ਕਢਵਾ ਦਿੰਦੀਆਂ। Oh my God. ਸਾਲ 2016 ਤੋਂ ਹੁਣ ਤੱਕ ਇਸ ਤਰ੍ਹਾਂ ਦੇ 4000 ਤੋਂ ਵੱਧ ਔਰਤਾਂ ਦੀ ਬੱਚੇਦਾਨੀ ਕੱਢੇ ਜਾਂਦੀਆਂ, ਰਿਪੋਰਟਾਂ ਮੇਰੇ ਸਾਹਮਣੇ ਪਈਆਂ ਨੇ। ਉਹਦਾ ਮਤਲਬ ਇੱਕੋ ਹੀ ਹੈ, ਸਾਲ 2000 ਇੱਕੋ ਹੀ ਹੈ। ਹਾਂ ਗਿੱਲ ਸਾਹਿਬ, ਕਿਉਂਕਿ ਉਹਨਾਂ ਦੇ ਆਪਣੇ ਕਾਰਨ ਨੇ। ਮੈਂ ਦੱਸਣਾ ਚਾਹੁੰਦਾ ਸੀ ਇੱਕ ਕਾਰਨ, ਇੱਕ ਰਾਈਟਰ ਨੇ ਕਿਸੇ ਨੇ ਇੱਕ ਸ਼ੇਅਰ ਵੀ ਲਿਖਿਆ ਸੀ, ਮੈਂ ਕਈ ਵਾਰੀ ਉਹਦਾ ਜ਼ਿਕਰ ਕੀਤਾ ਆਪਣੇ ਪ੍ਰੋਗਰਾਮਾਂ ਦੇ ਵਿੱਚ। ਸਿਖਰ ਦੁਪਹਿਰੇ ਤਿੜ ਤਿੜ ਕਰਕੇ ਟੁੱਟੀਆਂ ਕਿਸੇ ਉਹ ਸੀਗਾ ਜੀ ਸੜਕ ਕਿਨਾਰੇ, ਸਿਖਰ ਦੁਪਹਿਰ ਮਜ਼ਦੂਰ ਕੁੜੀ ਦੀ ਸੜਕ ਕਿਨਾਰੇ ਸਿਖਰ ਦੁਪਹਿਰੇ ਤਿੜ ਤਿੜ ਕਰਕੇ ਟੁੱਟੀਆਂ ਕਿਸੇ ਮਜ਼ਦੂਰ ਕੁੜੀ ਦੀ। ਹਾਂ ਹਾਂ ਜੀ, ਉਹ ਜਿਹੜੀਆਂ ਇਹ ਚੀਜ਼ਾਂ ਇਹ ਚੀਜ਼ਾਂ ਦੇ ਕਰਕੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਬੱਚੇ ਦਾ ਨਿੱਕੀਆਂ ਕਢਾਉਣੀ ਪਈ, ਇੱਕ ਢਿੱਡ ਦੀ ਭੁੱਖ ਦੇ ਕਰਕੇ ਆਪਣਾ ਆਪ ਮਾਰਨਾ ਪੈ ਰਿਹਾ ਸਾਡੀਆਂ ਧੀਆਂ ਭੈਣਾਂ ਨੂੰ, ਮੈਂ ਹੈਰਾਨ ਹੈ। ਹਾਲਾਂਕਿ ਹਰ ਇੱਕ ਕੁੜੀ ਦੀ ਇੱਕ ਖਾਹਿਸ਼ ਹੁੰਦੀ ਹੈ ਵੀ ਆਪਣੀ ਕੁੱਖ ਦੇ ਵਿੱਚ ਉਹਦਾ ਇੱਕ ਬੱਚਾ ਜ਼ਰੂਰ ਪੈਦਾ ਹੋਵੇ ਜਿਸ ਦੇ ਨਾਲ ਵਿਆਹੀ ਜਾਂਦੀ ਹੈ, ਪਰ ਉਹਨੂੰ ਇਹ ਵੀ ਪਤਾ ਹੈ ਕੀ ਹੋ ਰਿਹਾ ਉਹਦੇ ਨਾਲ, ਚਾਹੇ ਗੰਨੇ ਦੇ ਖੇਤ ਹੋਣ, ਚਾਹੇ ਸੜਕਾਂ ਹੋਣ, ਕੁਛ ਵੀ ਹੋਵੇ।
ਅੱਜ ਸਾਡੇ ਦੇਸ਼ ਦੇ ਵਿੱਚ ਪੀਰਾਂ ਪੈਗੰਬਰਾਂ ਦੀ ਧਰਤੀ ਦੇ ਉੱਤੇ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਆਪਣੇ ਬੱਚੇ ਦਾਨੀਆਂ ਕਢਾਉਣੀਆਂ ਪੈ ਜਾਣ, ਉਹਨੇ ਮਜਬੂਰ ਹੋਣਾ ਪੈ ਜਾਵੇ ਵੀ ਲੁੱਟ ਲਓ ਸਾਨੂੰ, ਲੁੱਟ ਲਓ ਸਾਡਾ ਜਿਸਮ ਜਿੰਨਾ ਲੁੱਟਿਆ ਜਾਂਦਾ ਹੈ। ਬੇਬਸਾ ਸੀ, ਬਹੁਤ ਔਖਾ ਹੈ ਗਿੱਲ ਸਾਹਿਬ, ਮੈਂ ਬਹੁਤ ਮਜਬੂਰ ਹਾਂ ਇਸ ਦੇ ਉੱਤੇ, ਮੈਨੂੰ ਨੀ ਸਮਝ ਆਉਂਦੀ ਕੀ ਕਹੋਗੇ ਤੁਸੀਂ। ਇਹਦੇ ਆਪਣੇ ਕਾਰਨ ਉਹਨਾਂ ਨੇ ਦੱਸੇ ਨੇ, ਉਹਨਾਂ ਦਾ ਕਹਿਣਾ ਇਹ ਆ ਬਈ ਮਹਾਮਾਰੀ ਦੇ ਦੌਰਾਨ ਛੁੱਟੀ ਲੈਣ ਤੇ ਪੈਸੇ ਕੱਟੇ ਜਾਂਦੇ, ਜਦੋਂ ਉਹ ਮਜ਼ਦੂਰੀ ਲਈ ਦੂਜੇ ਰਾਜਾਂ ਚ ਜਾਂਦੀਆਂ ਨੇ ਤਾਂ ਉੱਥੇ ਛੇੜਛਾੜ ਤੇ ਬਲਾਤਕਾਰ ਆਮ ਗੱਲ। ਇਸ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੇ ਬੱਚੇਦਾਨੀ ਨੂੰ ਖੁਦ ਕਢਵਾਉਣ ਦਾ ਰਾਹ ਚੁਣ ਲਿਆ। ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੇ ਕਈ ਇਲਾਕੇ ਹੁਣ ਕੁੱਖ ਤੋਂ ਸੱਖਣੀਆਂ ਔਰਤਾਂ ਵਾਲੇ ਪਿੰਡ ਕਹੇ ਜਾਂਦੇ, ਕੁੱਖ ਤੋਂ ਸੱਖਣੀਆਂ ਔਰਤਾਂ ਵਾਲੇ ਪਿੰਡ ਵਜੋਂ ਮਸ਼ਹੂਰ ਹੋ ਗਏ। ਇੱਕ ਔਰਤ ਦੱਸਦੀ ਹੈ ਜਦੋਂ ਉਹਦਾ ਵਿਆਹ ਹੋਇਆ ਉਹ 14 ਸਾਲ ਦੀ ਸੀ, ਨਾ ਕਿਉਂਕਿ ਨਹੀਂ ਇੱਥੇ ਇਹਨਾਂ ਦੇ ਕੋਲ ਕਰ ਸਕਦਾ। ਇੱਕ ਔਰਤ ਦੱਸਦੀ ਆ ਵੀ 14 ਸਾਲ ਦੀ ਉਮਰ ਚ ਉਹਦਾ ਵਿਆਹ ਹੋਇਆ ਸੀ, ਗੱਲਾਂ ਵੱਢਣ ਲਈ ਉਹ ਆਪਣੇ ਪਤੀ ਨਾਲ ਦੱਖਣ ਦੇ ਇੱਕ ਸੂਬੇ ਚ ਚਲੀ ਗਈ। ਖਾਲੀ ਖੇਤ ਦੇ ਵਿੱਚ ਟੀਨ ਦੀ ਝੋਪੜੀ ਸੀ, ਦਰਵਾਜੇ ਦੀ ਥਾਂ ਤੇ ਸਾੜੀ ਦਾ ਪਰਦਾ ਸੀ, ਪਤਲੀ ਸਾੜੀ ਟੰਗੀ ਸੀ ਤੇ ਠੇਕੇਦਾਰ ਇਸ ਉਜਾੜ ਨੂੰ ਦੇਖ ਕੇ ਆਉਂਦਾ ਸੀ ਤੇ ਮੈਨੂੰ ਨੋਚ ਕੇ ਚਲਾ ਜਾਂਦਾ ਸੀ ਤੇ ਅਸੀਂ ਕੁਝ ਨਹੀਂ ਸੀ ਕਰ ਸਕਦੇ, ਦਿਲ ਨੂੰ ਰੋ ਵੀ ਨਹੀਂ ਸੀ ਸਕਦੀ। ਢਿੱਡ ਭਰਨ ਦਾ ਢਿੱਡ ਦਾ ਡਰ ਜਵਾਨ ਵੱਢ ਦਿੰਦਾ, ਉਹ ਜਦੋਂ ਢਿੱਡ ਦਾ ਡਰ ਹੋਵੇ ਨਾ ਜਵਾਨ ਵੱਢੀ ਜਾਂਦੀ ਆ। ਮੈਂ ਪੇਟ ਤੋਂ ਸੀ, ਉਹ ਕਹਿੰਦੀ ਵੀ ਮੈਂ ਗਰਭਵਤੀ ਸੀ ਤਾਂ 7ਵਾਂ ਮਹੀਨਾ ਚੱਲ ਰਿਹਾ ਸੀ, ਉਦੋਂ ਮੈਨੂੰ ਪਿੰਡ ਪਰਤਣ ਦਾ ਅਹਿਸਾਸ ਹੋਇਆ। ਜਿਵੇਂ ਆਪਾਂ ਕੋਈ ਨਵੀਂ ਕੁੜੀ ਵਿਆਹੀ ਹੁੰਦੀ ਆ ਤੇ ਜਦੋਂ ਉਹ ਗਰਭਵਤੀ ਹੋ ਜਾਂਦੀ ਆ ਤੇ 7ਵੇਂ ਮਹੀਨੇ ਉਹਨੂੰ ਪੇਕੀ ਰੁਖਸਤ ਕਰ ਦਿੱਤਾ ਜਾਂਦਾ। ਆਮ ਤੌਰ ਤੇ ਜੋ ਸਾਡੀ ਪੁਰਾਣੀ ਪ੍ਰਥਾ ਉਹਦੇ ਮੁਤਾਬਕ ਪਹਿਲਾ ਬੱਚਾ ਪੇਕੇ ਘਰ ਜਾ ਕੇ ਜਨਮ ਲਏ ਤੇ ਉਹ ਕਹਿੰਦੀ ਵੀ ਪਿੰਡ ਪਰਤਣ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਗਰਭ ਦਾ 7ਵਾਂ ਮਹੀਨਾ ਚੱਲਦਾ। ਜਦੋਂ ਪਤੀ ਨੇ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਹਨੇ ਇਨਕਾਰ ਕਰਤਾ, ਉਹਨੇ ਕਿਹਾ ਪਹਿਲਾਂ ਕੰਮ ਕਰੋ ਫਿਰ ਚੱਲਦੇ ਬਣੋ। ਪਤੀ ਨੇ ਜਿੰਨੀਆਂ ਮਿੰਨਤਾਂ ਕੀਤੀਆਂ, ਪਤੀ ਨੇ ਉਹ ਕਹਿੰਦੀ ਜਿੰਨੀਆਂ ਮਿੰਨਤਾਂ ਕੀਤੀਆਂ ਮਾਲਕ ਦਾ ਹੰਕਾਰ ਉਹਨਾਂ ਵੱਧਦਾ ਗਿਆ, ਉਹਨੇ ਮੈਨੂੰ ਕੁੱਟਿਆ ਵੀ, ਅਸੀਂ ਕੁੱਝ ਨਹੀਂ ਕਰ ਸਕੇ, ਉੱਥੇ ਹੀ ਰਹਿਣਾ ਪਿਆ ਤੇ ਜੇ ਤੁਸੀਂ ਵਾਪਸ ਚਲੇ ਗਏ ਤਾਂ ਖਾਓਗੇ ਕੀ, ਪਿੰਡ ਚ ਤਾਂ ਨਾ ਕੋਈ ਖੇਤ ਆ ਨਾ ਕੋਈ ਫੈਕਟਰੀ ਆ। 8ਵਾਂ ਮਹੀਨਾ ਲੱਗੇ ਹੋਣ ਕਰਕੇ ਵੀ ਉਹ ਕਹਿੰਦੀ ਰੋਜ਼ਾਨਾ 3,000 ਕਿਲੋ ਗੰਨਾ ਟਰੱਕ ਚ ਲੱਦਣਾ ਪੈਂਦਾ ਸੀ, 3,000 ਕਿਲੋ ਯਾਨੀ 3 ਟਨ ਲੱਦਣਾ ਪੈਂਦਾ ਸੀ। ਕੱਚੀ ਲੱਕੜ ਦੀ ਪੌੜੀ ਤੇ ਚੜ੍ਹਦੇ ਆ, ਉਹ ਕਹਿੰਦੀ ਪੈਰਾਂ ਨਾਲੋਂ ਜ਼ਿਆਦਾ ਦਿਲ ਕੰਬਦਾ ਸੀ। ਹੁਣ ਸਾਰੀ ਪਰੇਸ਼ਾਨੀ ਖਤਮ ਹੋ ਗਈ ਕਿਉਂਕਿ 30 ਸਾਲ ਦੀ ਉਮਰ ਚ ਮੈਂ ਬੱਚੇ ਦਾ ਨਿਕਲਵਾ ਦਿੱਤਾ। ਓ ਮਾਈ ਗੋਡ, ਹੁਣ ਕੋਈ ਮਹਾਮਾਰੀ ਆਉਂਦੀ ਨਹੀਂ ਤਾਂ ਨਾ ਹੁਣ ਬੱਚਾ ਪੈਦਾ ਹੋਣ ਦਾ ਡਰ ਹੈ। ਸਮਾਜ ਸੇਵੀ ਇੱਕ ਔਰਤ ਮਨੀਸ਼ਾ ਸੀਤਾਰਾਮ ਘੁੱਲੇ ਉਹ ਕਹਿੰਦੀ ਆ ਵੀ ਅਜਿਹਾ ਅੱਜ ਕੱਲ ਆਮ ਹੁੰਦਾ, ਗੱਡੇ ਦੇ ਖੇਤਾਂ ਚ ਕੰਮ ਕਰਦੇ ਸਮੇਂ ਔਰਤਾਂ ਨਾਲ ਕਈ ਕਈ ਵਾਰ ਬਲਾਤਕਾਰ ਹੁੰਦਾ ਪਰ ਉਹ ਆਪਣੇ ਪਤੀ ਨੂੰ ਵੀ ਦੱਸ ਨਹੀਂ ਸਕਦੀ ਆ ਕਿਉਂਕਿ ਉਹਨਾਂ ਨੂੰ ਡਰ ਹੈ ਵੀ ਉਹਨਾਂ ਦਾ ਪਤੀ ਸ਼ਾਇਦ ਉਹਨਾਂ ਦੇ ਉੱਪਰ ਹੀ ਦੋਸ਼ ਲੱਗ ਕੇ ਲਾ ਦੇ ਤੇ ਕਈਆਂ ਨਾਲ ਅਜਿਹਾ ਹੋਇਆ ਵੀ ਆ। ਹੁਣ ਔਰਤਾਂ ਚੁੱਪ ਰਹਿੰਦੀਆਂ ਨੇ, ਬੱਚੇਦਾਨੀ ਨੂੰ ਕੱਢਣ ਦਾ ਇੱਕ ਵੱਡਾ ਕਾਰਨ ਵੀ ਬਣ ਗਿਆ, ਬੱਚਾ ਹੋਣ ਦਾ ਡਰ ਖਤਮ ਹੋ ਜਾਂਦਾ, ਮਹਾਮਾਰੀ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਂਦਾ। ਇਹ ਵੱਖਰੀ ਗੱਲ ਆ ਵੀ ਇਸ ਤੋਂ ਬਾਅਦ ਕਈ ਨਵੇਂ ਦਰਦ ਸ਼ੁਰੂ ਹੋ ਜਾਂਦੇ ਨੇ, ਉਹ ਦਰਦ ਨੇ ਉਮਰ ਤੋਂ ਪਹਿਲਾਂ ਉਮਰ ਲੰਘ ਜਾਣ ਦਾ ਕਾਰਨ। ਇਹ ਹੈ ਜ਼ਿੰਦਗੀ ਦਾ ਉਹ ਕੌੜਾ ਸੱਚ। ਮਹਾਰਾਸ਼ਟਰ ਦੇ ਤਲਾਣਾ ਦੀ ਪਿੰਡਾਂ ਦੇ ਪਿੰਡ ਕੁੱਖਾਂ ਤੋਂ ਸੱਖਣੀਆਂ ਔਰਤਾਂ ਨਾਲ ਭਰੇ ਪਏ ਤੇ ਸਾਡੇ ਦੇਸ਼ ਦੀ ਸਰਕਾਰ ਬੇਟੀ ਪੜਾਓ ਬੇਟੀ ਬਚਾਓ ਦੇ ਨਾਰੇ ਤਾਂ ਲਾਉਂਦੀ ਆ ਪਰ ਆਹ ਜਿਹੜੇ ਹਾਲਾਤ ਨੇ ਇਹ ਕੁਛ ਹਕੀਕਤਾਂ ਹੋਰ ਬਿਆਨ ਕਰਦੇ ਨੇ ਤੇ ਇਹੋ ਜਿਹੇ ਹਾਲਾਤ ਤੁਸੀਂ ਜਦੋਂ ਦੇਖੋਗੇ ਤਾਂ ਸਾਡੇ ਵੀ ਇੱਥੇ ਜਿਹੜੇ
प्रवासी मजदूर ने उन्होंने किमें जातिया होंदिया ने की कुछ होंगे कि कर्मचारियां भी दस सकदियां ने जिन्हें हालतों में उन्होंने रहना पैंदा। पर आ जिहड़ी कहानी है इहदा एक छोटा जिहा हिस्सा मेरी वाइफ ने अपने सोशल मीडिया ने फेसबुक के उत्ते उन्होंने शेयर किया। जो मैं मेरी निगाह उहदे पई राणा जी मैं फिर भी घोख कर लग गया भी आखिर यह कहानी है कितों किहड़े इलाके चों यह कहानी उभर के सामने आई। तो फिर पता लग्या भी महाराष्ट्र का बीड जिला उहदे पिंडां दे पिंड जिहड़े ने कुखां तों सखणियां औरतां नाल भरे पए ने। तो उह कहानी नूं पढ़ के जो मैं समझण की कोशिश की तो मेरी अखां चों भी पानी किन्ना चिर वगदा रहा तो मैं कदों नहीं पता। जी ठीक है गल साहब किसी ने लिखा है बाग विच माली जदों आपे उजाड़ा पा रहा है फुल आके डालियां ते फिर किवें मसकाउणगे किवें मसकाउणगे फुल किवें रिझां पूरियां होणगियां। गल इत्थे भुखमरी दी नहीं गल इत्थे इह नहीं हैगी कि असी रोजी रोटी दी गल करांगे पानी नहीं मिलता रोटी नहीं मिलती आ नहीं मिलता फलाना नहीं मिलता। एक जनानी दे वास्ते जो मैं सोचदा सब तो बड़ी केड़ी चीज होंदी है भावे उहदे घर वाला उहदे सहुरे किन्ने भी माड़े ना होण किन्नी भी उहनूं दुख तकलीफ क्यों ना होवे भावे उहदे मां बाप किन्ने भी गरीब क्यों ना होण किन्ने भी उहदे पूरियां गल्लां ना कर सकते होण पर उहदे दिल दी एक तमन्ना होंदी है एक उहदा कोई बच्चा जरूर होवे। पर जो अपने बच्चा करन दी समर्था आप ही गुआ देनी चाहुंदी है अपनी जड़ी दिल दी तमन्ना उहनू मार देना चाहुंदी है इदों वड्डी की गल हो सकदी है। गल साहब मैं तां इहदे बारे हुण उहनां ने इक औरत ने एक औरत जिहदी मैं तस्वीर देख रहा सी मेरे सामने उहदी उम्र 16 तों 18 साल दे विचाले मता ही होएगी। जदों मैं उहनूं सुन रहा सी उह कैमरे दे सामने हालांकि उहदा चेहरा लगभग लुकया होया सी जदों उहनूं कैमरे दे सामने इह गल कही बई ढिड दी भुख जिहड़ी है ना ढिड दी मार साडी जीभ नूं वढ दिंदी है बिलकुल साडा बोलना बंद हो जाए। उहने जदों कहा ना कहिंदी हुण सारे कासे तों छुटकारा मिल गया ते मैनूं ऐ लग्या ਵੀ ਇਹ ਤਾਂ ਮੌਤ ਨਾਲੋਂ ਵੀ ਬਦਤਰ ਜ਼ਿੰਦਗੀ ਹੈ ਇਹ ਤਾਂ ਮੌਤ ਨਾਲੋਂ ਵੀ ਬਦਤਰ ਜ਼ਿੰਦਗੀ ਉਹ ਕਹਿੰਦੀ ਹੁਣ ਮੈਨੂੰ ਸਾਰੇ ਕਹਿ ਤੋਂ ਛੁਟਕਾਰਾ ਮਿਲ ਪਰ ਇਹਦੇ ਪਿੱਛੇ ਇੱਕ ਗੱਲ ਹੁੰਦੀ ਜਿਹੜੀ ਉਹਦਾ ਦਰਦ ਥੋੜਾ ਜੀ ਮੈਂ ਕਹਿੰਦਾ ਮੈਂ ਵੀ ਜਦੋਂ ਉਹ ਕੋਈ ਹਾਲਾਂਕਿ ਉਹਦੀ ਭਾਸ਼ਾ ਵੀ ਬੜੀ ਮਤਲਬ ਹੈ ਕਿਉਂਕਿ ਉਹ ਉਸ ਏਰੀਏ ਚੋਂ ਬੀੜ ਜ਼ਿਲ੍ਹਾ ਮਹਾਰਾਸ਼ਟਰ ਦਾ ਉਹ ਟੁੱਟੀ ਫੁੱਟੀ ਹਿੰਦੀ ਬੋਲਦੀ ਸੀ ਪਰ ਸੱਚੀ ਮੁੱਚੀ ਉਹਦੀ ਹਿੰਦੀ ਨਹੀਂ ਸੀ ਅਸਲ ਚ ਟੁੱਟੀ ਫੁੱਟੀ ਸਾਡੇ ਦੇਸ਼ ਦੀ ਤਕਦੀਰ ਟੁੱਟੀ। ਗੱਲ ਸਾਹਿਬ ਇੱਕ ਹੋਰ ਵੀ ਗੱਲ ਹੈ ਜੀ ਜਦੋਂ ਕਿਸੇ ਦੇਸ਼ ਦੇ ਲੋਕ ਇਹ ਕਰ ਲੈ ਕਹਿ ਲੈਣ ਵੀ ਮੈਨੂੰ ਤਾਂ ਸਿਰਫ ਇੱਕੋ ਹੀ ਗੱਲ ਦਾ ਫਿਕਰ ਸੀ ਮੇਰਾ ਉਹ ਤੋਂ ਵੀ ਛੁਟਕਾਰਾ ਅੱਜ ਹੋ ਗਿਆ ਸਮਝੋ ਉਹ ਦੇਸ਼ ਜਿਹੜਾ ਹੈਗਾ ਆਪਸੀ ਜੰਗਬੰਦੀ ਲਾ ਲਓ ਜਾਂ ਕੁਛ ਵੀ ਲਾ ਲਓ ਇੱਕ ਕਿਸੇ ਹੋਰ ਹੀ ਮੁਕਾਮ ਦੇ ਵੱਲ ਵਧਣ ਦੀ ਸ਼ੁਰੂਆਤ ਕਰ ਚੁੱਕੇ ਆ ਜਿਹਦਾ ਕੋਈ ਪਤਾ ਨਹੀਂ ਉਹਦਾ ਅੰਤ ਕਿੱਥੇ ਹੋਣਾ। ਇਹ ਭਾਰਤ ਨੂੰ ਭਾਰਤ ਦੀ ਸਰਕਾਰ ਨੂੰ ਸੋਚਣ ਦੇ ਲਈ ਮਜਬੂਰ ਕਰੂਗਾ ਇੱਕ ਦਿਨ ਉਹਨਾਂ ਨੂੰ ਛੇਤੀ ਸਮਝ ਲੈਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ। ਇਹ ਇੱਕ ਕਿਸਮ ਦਾ ਚੈਲੰਜ ਹੈ ਇੱਕ ਕਿਸਮ ਦਾ ਹੁਣ ਸਿੱਧਾ ਹੀ ਆਪਣੇ ਆਪ ਦੇ ਵਿੱਚ ਮੈਂ ਤਾਂ ਇਹ ਕਹੂੰਗਾ ਭਾਰਤ ਦੇ ਵਾਸਤੇ ਇੱਕ ਸੰਕੇਤ ਹੈ ਅਜੇ ਵੀ ਭਾਰਤ ਦੀਆਂ ਸਰਕਾਰਾਂ ਨਹੀਂ ਸਮਝਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਵੱਡੀ ਮੈਂ ਕਹੂੰਗਾ ਤਬਦੀਲੀ ਦਾ ਸੰਕੇਤ ਹੈ ਕਿਉਂਕਿ ਜਦੋਂ ਬੰਦਾ ਆਪਣੇ ਆਪਣੇ ਸੋਚ ਲਏ ਨਾ ਇਦੋਂ ਵੱਧ ਕੀ ਹੋ ਸਕਦਾ ਇਦੋਂ ਵੱਧ ਤਾਂ ਕੁਛ ਵੀ ਨਹੀਂ ਬਿਲਕੁਲ ਫਿਰ ਬਹੁਤ ਵੱਡਾ ਕੋਈ ਤਬਦੀਲੀ ਆਉਣ ਦੇ ਆਸਾਰ ਹੁੰਦੇ ਨੇ ਉਹਦੇ ਮਗਰੋਂ ਕਿ ਬੰਦੇ ਨੂੰ ਫਿਕਰ ਨਹੀਂ ਹੁੰਦਾ ਫਿਰ ਜੋ ਹੁੰਦਾ ਹੋ ਹੀ ਜਾਵੇ ਜੀ। ਹਾਂ ਬਿਲਕੁਲ ਕਹਿਣਾ ਜੀ ਸੱਚੀ ਮੁੱਚੀ ਮਤਲਬ ਮੈਂ ਕੱਲ ਦਾ ਬੜਾ ਪਰੇਸ਼ਾਨ ਸੀ ਇਹ ਖਬਰ ਮਤਲਬ
ਮੈਨੂੰ ਪਹਿਲਾਂ ਤਾਂ ਐ ਲੱਗੀ ਜਾਂਦਾ ਸੀ ਵੀ ਮੈਂ ਪਤਾ ਨੀ ਇਹਨੂੰ ਤੁਹਾਡੇ ਨਾਲ ਸਾਂਝਾ ਕਰ ਵੀ ਸਕੂਗਾ ਜਾਂ ਮੇਰੀ ਜੀਵ ਮੇਰਾ ਸਾਥ ਦਊਗੀ ਜਾਂ ਨਹੀਂ ਦਊਗੀ, ਇਹ ਸੋਚ ਕੇ ਮੈਂ ਪਰੇਸ਼ਾਨ ਸੀ। ਪਰ ਮੈਂ ਕੋਸ਼ਿਸ਼ ਕੀਤੀ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਇਸ ਗੱਲ ਨੂੰ ਆਪਣੇ ਸੋਚਿਆਂ ਨਾਲ ਸਾਂਝਾ ਕਰਨ ਦੀ। ਸੱਚੀ ਮੁੱਚੀ ਮੈਂ ਕੱਲ੍ਹ ਦਾ ਬੜਾ ਪਰੇਸ਼ਾਨ ਸੀ ਆਪਣੇ ਆਪ ਦੇ ਵਿੱਚ ਜਿੱਥੇ ਇਤਿਹਾਸ ਨਾਲ ਵੀ ਜੁੜੇ ਹੋਏ ਆ, ਪਰੰਪਰਾ ਦੇ ਨਾਲ ਜੁੜੇ ਹੋਏ ਆ। ਕੱਲਾ ਰੇਡੀਓ ਦੇ ਉੱਤੇ ਗੱਲ ਕਰਨੀ, ਰੇਡੀਓ ਨੂੰ ਚਲਾਉਣਾ, ਅਸੀਂ ਆਪਣੇ ਵਿੱਚ ਕੋਈ ਵੱਡੀ ਮੈਂ ਕੋਈ ਵੱਡੀ ਮਹੱਤਤਾ ਨਹੀਂ ਸਮਝਦਾ ਇਸ ਚੀਜ਼ ਨੂੰ। ਇੱਕ ਮਨੁੱਖਤਾ ਦੇ ਨਾਤੇ, ਮਨੁੱਖਤਾ ਦੇ ਨਾਲ ਜੋੜੇ ਹੋਣਾ, ਇਹ ਆਪਣੇ ਆਪ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ। ਜਦੋਂ ਅਜਿਹੀਆਂ ਬੰਦੇ ਗੱਲ ਕਰਦੇ, ਇਹ ਦਿਲ ਚੋਂ ਗੱਲਾਂ ਨਿਕਲਦੀਆਂ, ਬਹੁਤ ਔਖੀਆਂ ਹੁੰਦੀਆਂ ਨੇ ਬਿਆਨ ਕਰਨੀਆਂ, ਜਿਹਨਾਂ ਬਿਆਨ ਨਹੀਂ ਕੀਤਾ ਜਾਂਦਾ। ਭਾਵੇਂ ਸਮਾਂ ਕਾਫੀ ਹੋ ਗਿਆ ਗਿੱਲ ਸਾਹਿਬ, ਕਾਫੀ ਲੰਬਾ ਸਮਾਂ ਚਾਹੀਦਾ ਇਸ ਗੱਲ ਦੇ ਉੱਤੇ, ਹਰ ਰੋਜ਼ ਬਹਿਣ ਦੇ ਉੱਤੇ ਬਹਿਣਾ ਸਖਾਲਾ ਨਹੀਂ ਹੁੰਦਾ। ਮੇਰੇ ਤਾਂ ਬਸ ਦੀ ਗੱਲ ਹੈ ਨਹੀਂ ਸੀ, ਚਲੋ ਖੈਰ ਨਹੀਂ ਵੇ। ਥੈਂਕ ਯੂ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਇਸ ਗੱਲ ਨੂੰ ਲਿਆ, ਅੱਜ ਵੱਡਾ ਮੁੱਦਾ ਸੀ। ਭੈਣ ਜੀ ਉਹਨਾਂ ਦਾ ਵੀ ਧੰਨਵਾਦ ਹੈ, ਸ਼ੁਕਰੀਆ ਉਹਨਾਂ ਦਾ, ਤੁਹਾਡੇ ਵਿਚਾਰ ਉਹਨਾਂ ਦੇ ਨਾਲ ਕਿੰਨੇ ਸਹਿਮਤ ਨੇ, ਕਿੰਨੀਆਂ ਵਧੀਆ ਗੱਲਾਂ ਉਹ ਲੈ ਕੇ ਅੱਗੇ ਆਉਂਦੇ ਨੇ, ਤੇ ਮਾਣ ਆ ਉਹਨਾਂ ਦੇ ਉੱਤੇ ਸਾਨੂੰ, ਤੇ ਜਿਵੇਂ ਕਿ ਉਹਨਾਂ ਦਾ ਨਾਂ ਵੀ ਬਹੁਤ ਵਧੀਆ, ਪਰ ਉਹਨਾਂ ਦੇ ਕੰਮਾਂ ਦਾ ਉੱਤੇ ਵੀ ਮਾਣ ਹੈ ਸਾਨੂੰ, ਤੁਹਾਨੂੰ ਦੋਹਾਂ ਨੂੰ। ਮੈਂ ਕਹਿੰਦਾ ਰੱਬ ਨੇ ਇਸ ਤਰੀਕੇ ਨਾਲ ਮਿਲਾਇਆ ਹੋਇਆ, ਤੁਹਾਡੇ ਵਿਚਾਰ ਸਾਂਝੇ ਨੇ ਤੇ ਦੁਨੀਆਂ ਨੂੰ ਸੇਧ ਦੇਣ ਵਾਲੇ ਨੇ, ਤੇ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ ਹੈ। ਸਲਾਮ ਆ ਤੁਹਾਨੂੰ ਦੋਨਾਂ ਨੂੰ, ਗਿੱਲ ਸਾਹਿਬ ਬਹੁਤ ਮਿਹਰਬਾਨੀ ਕਰਾਂਗਾ ਜੀ, ਕੋਸ਼ਿਸ਼ ਕਰਾਂਗੇ। ਕੱਲ ਵਾਲਾ ਜਿਹੜਾ ਇੱਕ ਮੁੱਦਾ ਆਪਣਾ ਰਹਿ ਗਿਆ, ਜਿਹਦੇ ਤੇ ਗੱਲ ਨਹੀਂ ਕਰ ਸਕੇ, ਜਿਹੜੀ ਦੇਸ਼ ਦੇ ਹਾਲਾਤ ਜਿਹੜੇ ਵੱਡੇ ਨੌਕਰਸ਼ਾਹ, ਦੇਸ਼ ਦੇ ਪੁਰਾਣੇ ਜਿਹੜੇ ਨੌਕਰਸ਼ਾਹ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦਾ ਜ਼ਿਕਰ ਕਰਨਾ ਵੀ ਅੱਜ ਮੈਂ ਚਾਹੁੰਦਾ ਸੀ, ਪਰ ਨਹੀਂ ਹੋ ਸਕਿਆ। ਕੋਸ਼ਿਸ਼ ਕਰਾਂਗੇ, ਕੱਲ ਪੂਰਾ ਕਰੀਏ ਜੀ। ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗੱਲ ਸਾਹਿਬ, ਧੰਨਵਾਦ ਤੁਹਾਡਾ। ਦੋਸਤੋ, ਜੀ ਨਹੀਂ ਸੀ ਕਰਦਾ ਪ੍ਰੋਗਰਾਮ ਬੰਦ ਕਰਨ, ਪਰ ਖੈਰ ਚੱਲਣਾ ਪੈਂਦਾ ਸਮੇਂ ਦੇ ਨਾਲ, ਸੋ ਦਿਓ ਇਜਾਜ਼ਤ। ਚੱਲਦੇ ਜੀ ਟਹਿਣਾ ਜੀ ਨਾਲ, ਜੁੜੇ ਰਹੋ ਰੇਡੀਓ ਚੰਨ ਪਰਦੇਸੀ ਦੇ ਨਾਲ। ਬਾਈ ਬਹੁਤ ਭੁੱਖ ਲੱਗੀ ਆ, ਆਪਾਂ ਹਾਈਵੇ 70 ਤੇ ਜਾ ਰਹੇ ਆ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ। ਬਾਈ ਉੱਥੇ ਕੀ ਖਾਸ ਹੈ ਜਾ? ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ। ਬਾਈ ਪਹਿਲਾਂ ਵਾਲੀ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ। ਨਾ ਨਾ ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ। ਚਲੋ ਬਾਈ ਚੱਲੀਏ ਫਿਰ ਆਪਾਂ। ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ, ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ ਇੰਡੀਆਨਾ, ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022 317-786-1022। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। ਆਪਣੇ ਰਕੇਸ਼ ਭਾਜੀ ਕਿੰਨੇ ਚੰਗੇ ਨੇ, ਸੁਨੀਤਾ ਭੈਣ ਜੀ ਦਾ ਕਿੰਨਾ ਧਿਆਨ ਰੱਖਦੇ ਨੇ। ਏਦਾਂ ਦਾ ਕੀ ਕਰਤਾ ਰਕੇਸ਼ ਨੇ ਜਿਹੜੇ ਤੂੰ ਉਹਦੇ ਤਾਰੀਫਾਂ ਦੇ ਪੁਲ ਬੰਨੀ ਜਾਣੀ ਹੈ। ਸੁਨੀਤਾ ਭੈਣ ਜੀ ਦੀ ਲਾਈਫ ਨੂੰ ਪੂਰੀ ਤਰ੍ਹਾਂ ਸਿਕਿਓਰ ਕਰਤਾ ਉਹਨਾਂ ਨੇ। ਉਹ ਕਿੱਦਾਂ? ਇੰਸ਼ੋਰੈਂਸ ਕਰਾ ਕੇ, ਘਰ ਦੀ, ਗੱਡੀ ਦੀ, ਹੈਲਥ ਦੀ, ਸਭ ਸਿਕਿਓਰ ਹੈ ਉਹਨਾਂ ਦੀ ਫੈਮਿਲੀ ਦਾ। ਪਰ ਇੰਸ਼ੋਰੈਂਸ ਕਰਾਈਏ ਕਿਸ ਤੋਂ? ਤੈਨੂੰ ਤਾਂ ਪਤਾ ਹੀ ਹੈ, ਟਰਮਸ ਐਂਡ ਕੰਡੀਸ਼ਨ ਵਾਲੇ ਚੱਕਰ ਚ ਪਹਿਲਾਂ ਕੁਝ ਹੋਰ ਤੇ ਸਾਹਿਬ। ਸਤਿ ਸ੍ਰੀ ਅਕਾਲ ਜੀ, ਗੁਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਹਾਂਜੀ ਬਹੁਤ ਵਧੀਆ ਜੀ, ਜਗਦੀ ਕਲਾ, ਸਤਿ ਸ੍ਰੀ ਅਕਾਲ ਜੀ।
ਕਹਿੰਦਾ ਸਾਹਿਬ ਪਤਾ ਲੱਗਿਆ ਗਰਮੀ ਬਹੁਤ ਜ਼ਿਆਦਾ ਵੱਧ ਗਈ, ਰਿਕਾਰਡ ਟੁੱਟ ਚੁੱਕੇ ਨੇ, ਸਾਰਾ ਕੁਝ ਹੋ ਗਿਆ, ਤੱਤੀਆਂ ਲੋਹਾਂ ਚੱਲ ਰਹੀਆਂ ਨੇ, ਪਰ ਰੌਲਾ ਗਰੀਬ ਲੋਕ ਕਿਉਂ ਪਾਉਂਦੇ, ਅਮੀਰਾਂ ਨੂੰ ਕਿਉਂ ਫਰਕ ਨਹੀਂ ਪੈਂਦਾ ਗਰਮੀ ਸਰਦੀ ਦਾ? ਮਤਲਬ ਅਮੀਰਾਂ ਦੇ ਕੋਲ ਗਰਮੀ ਭਜਾਉਣ ਦੇ ਲਈ ਸਾਧਨ ਬੜੇ ਹੁੰਦੇ ਆ, ਉਹਨਾਂ ਨੇ ਏਸੀ ਲਾਈ ਰੱਖਣਾ, ਉਹਨਾਂ ਨੇ ਬਾਥਰੂਮਾਂ ਚ ਵੀ ਏਸੀ, ਗੱਡੀਆਂ ਚ ਵੀ ਏਸੀ, ਰਸੋਈ ਚ ਵੀ ਏਸੀ, ਕਮਰਿਆਂ ਚ ਵੀ ਏਸੀ, ਡਰਾਇੰਗ ਰੂਮ ਚ ਵੀ ਏਸੀ, ਡਾਇਨਿੰਗ ਹਾਲ ਚ ਵੀ ਏਸੀ, ਉਹਨਾਂ ਦੇ ਹਰ ਪਾਸੇ ਏਸੀ 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 ਹੁੰਦੇ ਆ। ਜੇ ਮੰਨ ਲਓ ਬਿਜਲੀ ਚਲੀ ਜਾਵੇ ਤਾਂ ਵੱਡੇ ਵੱਡੇ ਉਹ ਟਰੈਕਟਰਾਂ ਵਾਲੇ ਇਹਨਾਂ ਦੇ ਕੋਲੇ ਖੜੇ ਹੁੰਦੇ ਆ, ਜਿਹੜੇ ਜਨਰੇਟਰ ਆ, ਹੋਰ ਬੜੇ ਸਾਧਨ ਆ ਜਾਂਦੇ ਆ। ਤੇ ਜਿਹੜਾ ਗਰੀਬ ਬੰਦਾ ਸਧਾਰਨ ਬੰਦਾ ਉਹ ਹੈਗਾ ਜੀ ਪੱਖੇ ਦੇ ਉੱਤੇ ਕੂਲਰ ਦੇ ਉੱਤੇ ਨਿਰਭਰ ਕਰਦਾ, ਤੇ ਪੱਖਾ ਤੇ ਕੂਲਰ ਆ ਜਿਹੜੇ ਉਹ ਤੱਤੀ ਹਵਾ ਚ ਪੇੜਾ ਵਰਗੀ ਛੱਡਦੇ ਆ ਗਰਮੀ ਦੇ ਵਿੱਚ। ਇਸ ਕਰਕੇ 43.5 ਡਿਗਰੀ ਟੈਂਪਰੇਚਰ ਦੇ ਵਿੱਚ ਲੋਕਾਂ ਦਾ ਤਰਾਹ ਨਿਕਲਿਆ ਪਿਆ, ਜਿਹੜੇ ਸਧਾਰਨ ਲੋਕ ਆ। ਉੱਤੋਂ ਪੰਜਾਬ ਦੇ ਵਿੱਚ 10-10, 12-12 ਘੰਟੇ ਹੁਣ ਬਿਜਲੀ ਨੀ ਆਉਂਦੀ, ਜਿਹਦੇ ਕਰਕੇ ਹੋਰ ਬੁਰਾ ਹਾਲ ਹੋਇਆ ਪਿਆ। ਸੋ ਜਲੰਧਰ ਦੇ ਵਿੱਚ ਵੀ ਤੇ ਪੰਜਾਬ ਦੇ ਬਾਕੀ ਵੱਖ ਵੱਖ ਹਿੱਸਿਆਂ ਦੇ ਵਿੱਚ ਵੀ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਆ। ਸਵੇਰ ਤੋਂ ਬਿਜਲੀ ਚਲੀ ਜਾਂਦੀ ਹੈ, ਰਾਤ ਨੂੰ ਬਿਜਲੀ ਆਉਂਦੀ ਹੈ ਥੋੜੀ ਦੇਰ ਦੇ ਲਈ, ਕਈ ਥਾਵਾਂ ਤੇ ਰਾਤ ਨੂੰ ਬਿਜਲੀ ਚਲੀ ਜਾਂਦੀ ਹੈ, ਤੜਕੇ ਤੱਕ ਬੜੀ ਮੁਸ਼ਕਿਲ ਨਾਲ ਆਉਂਦੀ ਹੈ। ਸੋ ਇਸ ਕਰਕੇ ਗਰਮੀ ਦੇ ਇਸ ਮੌਸਮ ਦੇ ਵਿੱਚ ਪਾਵਰ ਕਾਮ ਡਿਪਾਰਟਮੈਂਟ ਜਿਹੜਾ ਉਹ ਵੀ ਲੋਕਾਂ ਦਾ ਜਲੂਸ ਕੱਢ ਰਿਹਾ, ਜਿਹਦੇ ਕਰਕੇ ਸਰਕਾਰ ਦਾ ਵਿਰੋਧ ਵੀ ਹੋ ਰਿਹਾ। ਤੇ ਮੈਂ ਰਿਪੋਰਟ ਪੜ੍ਹ ਕੇ ਹਟਿਆ, ਇਸ ਹਫ਼ਤੇ ਦੇ ਵਿੱਚ ਵਿੱਚ 1.5-2 ਡਿਗਰੀ ਟੈਂਪਰੇਚਰ ਹੋਰ ਵੱਧ ਜਾਣਾ, 45 ਤੇ ਜਾਣ ਦੀ ਆਸ ਹੈ ਟੈਂਪਰੇਚਰ। ਤੇ ਜੇ ਏਦਾਂ ਹੋ ਜਾਂਦਾ ਤਾਂ ਲੋਕਾਂ ਦਾ ਹੋਰ ਵੀ ਬੁਰਾ ਹਾਲ ਹੋਊਗਾ। ਤੇ ਅਗਲੀ ਗੱਲ ਇਹ ਹੈ ਜੀ ਕਿ ਯੂਪੀ, ਮੱਧ ਪ੍ਰਦੇਸ਼, ਹਰਿਆਣਾ ਤੇ MP ਤੇ ਪੰਜਾਬ ਇਹਦੇ ਵਿੱਚ ਇਸ ਵੇਲੇ ਪੂਰੀ ਗਰਮੀ ਸਿਖਰ ਦੇ ਉੱਤੇ ਆ। ਯੂਪੀ ਦੇ ਵਿੱਚ ਤੇ ਕਈ ਥਾਵਾਂ ਦੇ ਉੱਤੇ 45 ਡਿਗਰੀ ਟੈਂਪਰੇਚਰ ਵੀ ਹੋ ਗਿਆ ਜੀ। ਜੀ ਬਿਲਕੁਲ ਬਿਲਕੁਲ। ਉਧਰ ਅਸ਼ਵਨੀ ਸ਼ਰਮਾ ਜੀ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਕੀ ਕਹਿੰਦੇ ਨੇ ਉਹ? ਦੇਖੋ ਜੀ, ਅਸ਼ਵਨੀ ਸ਼ਰਮਾ ਹੈਗੇ BJP ਦੇ ਪ੍ਰਧਾਨ, ਤੇ ਉਹਨਾਂ ਨੇ ਇਹ ਗੱਲ ਕਹੀ ਹੈ। ਉਹ ਕਹਿੰਦੇ ਜੀ ਕਿ ਜੋ ਭਗਵੰਤ ਮਾਨ ਦੀ ਸਰਕਾਰ ਆ ਇਹ ਕਹਿਣੀ ਤੇ ਕਰਨੀ ਦੀ ਪੂਰੀ ਦੀ, ਤੇ ਜੋ ਗੱਲਾਂ ਕਹਿੰਦੇ ਆ ਉਹਨਾਂ ਦੇ ਵਿੱਚ ਹਕੀਕਤ ਨਹੀਂ। ਇਹਨਾਂ ਨੇ ਕਿਹਾ ਸੀਗਾ ਜੀ ਕਿ ਅਸੀਂ ਕੱਲੀ ਕੱਲੀ ਗਰੰਟੀ ਪੂਰੀ ਕਰਦੇ ਹਾਂ, ਤੇ ਹੁਣ ਦੱਸੋ ਜੀ 1000 ਰੁਪਇਆ ਔਰਤਾਂ ਨੂੰ ਕਦੋਂ ਦੇਣਗੇ? ਤੇ ਜਿਹੜੀ ਬਿਜਲੀ ਦਾ ਮਾਮਲਾ ਉਹਦੇ ਵਿੱਚ ਇਹਨਾਂ ਦੇ ਵੱਲੋਂ ਸ਼ਰਤਾਂ ਲਾ ਲਾ ਕੇ ਮੰਗ ਟਪਾਇਆ ਜਾ ਰਿਹਾ। ਉਹ ਕਹਿੰਦੇ ਜੀ ਕਿ ਇਹ ਸਰਕਾਰ ਸਿਰਫ ਤੇ ਸਿਰਫ ਆਪਦਾ ਵਕਤ ਲੰਘਾ ਰਹੀ ਹੈ, ਵੀ ਸਾਡੇ 2 ਮਹੀਨੇ ਸੌਖੇ ਹੋਰ ਨਿਕਲ ਜਾਣ, 3 ਮਹੀਨੇ ਨਿਕਲ ਜਾਣ, ਨਹੀਂ ਨਿਕਲਦੇ। ਪਰ ਲੋਕਾਂ ਦੇ ਸਾਹਮਣੇ ਸਾਰੀ ਗੱਲ ਆ ਹੀ ਰਹੀ ਹੈ ਵੀ ਇਹ ਕਿਹੜੀ ਤੇ ਕਰਨੀ ਦੇ ਪੂਰੇ ਨਹੀਂ ਹੈਗੇ। ਸੋ ਇਸ ਤਰੀਕੇ ਨਾਲ ਉਹਨਾਂ ਨੇ ਗੱਲਾਂ ਛੇੜੀਆਂ। ਉਹ ਕਹਿੰਦੇ ਜੀ ਕਿ ਇਹ ਸੋਰੀ ਇਹਨਾਂ ਨੇ ਜਿਹੜੇ ਐਲਾਨ ਕੀਤੇ ਆ ਉਹਨਾਂ ਐਲਾਨਾਂ ਦਾ ਨੋਟੀਫਿਕੇਸ਼ਨ ਕਦੇ ਜਾਰੀ ਹੋਇਆ, ਤੇ ਜੇਕਰ ਕੁਝ ਵੀ ਨਹੀਂ ਹੋਇਆ ਤੇ ਲੋਕਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਜੀ ਕਿ ਅਸੀਂ ਕਿੱਥੇ ਖੜੇ ਹਾਂ ਤੇ ਕਿੱਥੇ ਨਹੀਂ। ਉਧਰੋਂ ਆਮ ਆਦਮੀ ਪਾਰਟੀ ਉੱਤਰ ਦੇ ਰਹੀ ਹੈ ਵਿਰੋਧੀਆਂ ਦਾ ਕਿ ਭਾਈ ਤੁਸੀਂ ਹੁਣ ਚੁੱਪ ਕਰਕੇ ਬਹਿ ਜਾਓ, 5 ਸਾਲ ਅਸੀਂ ਕਚਹਿਰੀ ਚੱਲੇ ਗਏ, ਅਸੀਂ ਲੋੜ ਮੁਤਾਬਕ ਕੰਮ ਕਰ ਰਹੇ ਹਾਂ, ਆਪਦੇ ਵੱਲੋਂ ਜਿੰਨਾ ਵਧੀਆ ਹੋ ਸਕਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਵੀ ਚੰਗਾ ਕਰਾਂਗੇ। ਤੇ ਵਿਰੋਧੀਆਂ ਨੂੰ ਸਿਰਫ ਜਿਉਂਦੇ ਰਹਿਣ ਵਾਸਤੇ ਵਿਰੋਧ ਨਹੀਂ ਕਰਨਾ ਚਾਹੀਦਾ ਜੀ। ਕਿਆ ਬਾਤ ਹੈ, ਬੜੀ ਵੱਡੀ ਗੱਲ ਹੈ। ਉਧਰ ਅੰਮ੍ਰਿਤਸਰ ਦੇ ਵਿੱਚ ਇੱਕ ਚਿੱਟਾ ਵੇਚਣ ਵਾਲੀ ਵਿਦਿਆਰਥਣ ਕਾਬੂ ਹੋਈ ਆ। ਮੈਂ ਪਹਿਲੀ ਵਾਰੀ ਇਹ ਖਬਰ ਤੁਹਾਡੇ ਵੱਲੋਂ ਭੇਜੀ ਹੈ, ਜਿਹੜੀ ਇਹ ਪੜ੍ਹ ਕੇ ਹੈਰਾਨ ਹੋ ਗਿਆ ਵੀ ਵਿਦਿਆਰਥਣ ਵੀ ਹੁਣ ਚਿੱਟਾ ਵੇਚਣ ਦੇ ਨੂੰ ਸ਼ੌਕ ਚਮਕ ਗਿਆ, ਤੇ ਜੇ ਇਹ ਕੰਮ ਹੋ ਗਿਆ ਫਿਰ ਤਾਂ ਗੱਲ ਦੂਰ ਚਲੀ ਗਈ। ਜੀ ਟਾਣਾ ਸਾਹਿਬ, ਦੇਖੋ ਇਹ ਖਬਰ ਹੈਗੀ ਜਿਹੜੀ ਬੜੀ ਮਹੱਤਵਪੂਰਨ ਆ ਵੀ ਭਾਈ ਪੰਜਾਬ ਦੇ ਵਿੱਚ ਕੁੜੀਆਂ ਖੇਡੀਆਂ ਵੀ ਕਿਵੇਂ ਚਿੱਟੇ ਦੇ ਨਾਲ ਜੁੜਦੀਆਂ। ਖਬਰਾਂ ਤਾਂ ਪਹਿਲਾਂ ਵੀ ਬੜੀ ਵਾਰ ਆਈਆਂ, ਪਰ ਇਹ ਜਿਹੜੀ ਵਿਦਿਆਰਥਣ ਇਹਦੀ ਖਬਰ ਪਹਿਲੀ ਵਾਰ ਆਈ ਹੈ। ਚੰਗੀ ਦੇਖਣ ਦੇ ਵਿੱਚ ਸੋਹਣੀ ਸੁਲੱਖੀ ਲੰਮੀ ਲੰਘੀ ਕੁੜੀ ਹੈ ਤੇ ਕੋਟ ਕਪੂਰੇ ਦੀ ਵਸਨੀਕ ਹੈ ਤੇ ਅੰਮ੍ਰਿਤਸਰ ਦੇ ਇੱਕ ਬੜੇ ਮਸ਼ਹੂਰ ਕਾਲਜ ਦੇ ਵਿੱਚ ਪੜ੍ਹਾਈ ਕਰਦੀ ਹੈ। ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੁਲਿਸ ਨੇ ਇਹਨੂੰ ਆਪਣੀ ਟਰੇਸ ਕਰਨਾ ਸ਼ੁਰੂ ਕੀਤਾ ਸੀਗਾ, ਰਡਾਰ ਦੇ ਉੱਤੇ ਸੀ। ਇਹਨੇ ਮੁੰਡਿਆਂ ਦਾ ਆਪਣਾ ਇੱਕ ਦੋਸਤਾਂ ਦਾ ਗੈਂਗ ਬਣਾਇਆ ਸੀਗਾ ਤੇ ਇਹ ਸਰਹੱਦੀ ਖੇਤਰ ਦੇ ਵਿੱਚ ਚਿੱਟੇ ਵੀ ਤਸਕਰੀ ਦੇ ਕੰਮ ਕਰਦੀ ਸੀ। ਪੁਲਿਸ ਨੇ ਇਹਨੂੰ ਹੁਣ ਕਾਫੀ ਮਾਤਰਾ ਦੇ ਵਿੱਚ ਨਸ਼ੇ ਸਮੇਤ ਕਾਬੂ ਕੀਤਾ। ਮਤਲਬ ਇਹ ਹੈ ਜੀ ਪੰਜਾਬ ਦੇ ਵਿੱਚ ਇਕੱਲੇ ਮੁੰਡੇ ਨੀ, ਪੰਜਾਬ ਦੇ ਵਿੱਚ ਕੁੜੀਆਂ ਵੀ ਇਸ ਕੰਮ ਦੇ ਵਿੱਚ ਲੱਗੀਆਂ ਹੋਈਆਂ। ਸੋ ਦੂਜੀ ਜਾਣਕਾਰੀ ਇੱਥੇ ਇਹ ਮਿਲਦੀ ਹੈ ਜੀ ਕਿ ਪੰਜਾਬ ਦੇ ਵਿੱਚ ਨਸ਼ੇ ਪਹਿਲਾਂ ਵੀ ਵਿਕਦੇ ਸੀ, ਅੱਜ ਵੀ ਵਿਕਦੇ ਆ। ਕੋਈ ਕੁਛ ਕਹੀ ਜਾਵੇ ਅਸੀਂ ਨਸ਼ੇ ਬੰਦ ਕਰਤੇ, ਅਸੀਂ ਲੱਕ ਤੋੜਤਾ, ਅਸੀਂ ਖਾਤਮੇ ਵੱਲ ਵੱਧ ਰਹੇ ਹਾਂ, ਤਸਕਰ ਭੱਜ ਗਏ ਆ, ਹੁਣ ਤਾਂ ਪੰਜਾਬ ਦੇ ਵਿੱਚ ਮਾਹੌਲ ਨੋਰਮਲ ਹੋ ਰਿਹਾ,
ਸਾਰੀਆਂ ਗੱਲਾਂ ਝੂਠੀਆਂ। ਜੇ ਇਸ ਕੁੜੀ ਦੇ ਕੋਲ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀ ਖੇਪ ਮਿਲ ਸਕਦੀ ਹੈ ਤਾਂ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵੱਧ ਫੁੱਲ ਰਿਹਾ ਇਹਦਾ ਪਤਾ ਲੱਗ ਜਾਂਦਾ। ਉਸ ਤੋਂ ਕੋਈ ਗੱਲ ਹੈ ਕਿ ਕੱਲ ਬਠਿੰਡੇ ਵੱਲ ਚੋਣਵੀ ਪਿੰਡ ਹੈ ਜਿਹੜਾ ਉੱਥੇ ਇੱਕ ਮੁੰਡਾ ਆਇਆ ਸੀਗਾ ਚਿੱਟਾ ਵੇਚਣ ਗਲੀਆਂ ਦੇ ਵਿੱਚ ਚਿੱਟਾ ਵੇਚਣ ਜਿਵੇਂ ਭਾਈ ਨੀ ਗਲੀਆਂ ਦੇ ਵਿੱਚ ਫੰਡੀ ਵੇਚਣ ਆਉਂਦੇ ਕੁਲਫੀਆਂ ਵੇਚਣ ਆਉਂਦੇ ਉਹ ਚਿੱਟਾ ਵੇਚਣ ਦਾ ਕੰਮ ਚੱਲ ਰਿਹਾ। ਉੱਥੇ ਲੋਕਾਂ ਨੇ ਇਹਨੂੰ ਫੜ ਲਿਆ ਫੜ ਕੇ ਇਹਦੇ ਪਰ ਕੌਲੀ ਵੀ ਲਾਈ ਹੈ ਤੌਲੀ ਲਾ ਕੇ ਉਹਦੇ ਪੁਲਿਸ ਦੇ ਹਵਾਲੇ ਕੀਤਾ। ਲੋਕਾਂ ਨੇ ਵੀ ਇਸ ਬੰਦੇ ਦੇ ਆਪਣੇ ਸੱਸ ਕੇਂਦਰ ਨਾਲ ਮਿਲ ਕੇ ਸਾਡਾ ਪਿੰਡ ਵਿਗਾੜਤਾ ਸਾਡਾ ਪਿੰਡ ਹੈ ਜਿਹੜਾ ਬਰਬਾਦ ਕਰਤਾ ਇਸ ਕਰਕੇ ਉਹਨੇ ਚੰਗੀ ਤੌਲੀ ਲੱਗੀ ਹੈ। ਟਾਇਲਰ ਸਾਹਿਬ ਮੈਨੂੰ ਇਹ ਵੀ ਪਤਾ ਲੱਗਾ ਜਿਹੜੀ ਖਬਰ ਤੁਸੀਂ ਭੁੱਚੋ ਮੁੰਡੇ ਵਾਲੀ ਕਰੀ ਹੈ ਉਹ ਮੁੰਡੇ ਨੇ ਇਹ ਵੀ ਮੰਨਿਆ ਕਿ ਮੈਂ ਜਿਹੜਾ ਨਸ਼ਾ ਲੈਂਦਾ ਸੀ ਉਸੇ ਪਿੰਡ ਦੀ ਇੱਕ ਜਨਾਨੀ ਸੀ ਜਿਹ ਤੋਂ ਨਸ਼ਾ ਲੈਂਦਾ ਸੀ ਅੱਗੇ ਸਪਲਾਈ ਕਰਦਾ ਸੀ ਫਿਰ ਉਹ ਵੀ ਉਸੇ ਪਿੰਡ ਦੀ ਇੱਕ ਜਨਾਨੀ ਸੀ ਜਿਵੇਂ ਇਹ ਕੁੜੀ ਦੀ ਗੱਲ ਤੁਸੀਂ ਕੀਤੀ ਹੈ। ਜੀ ਬਿਲਕੁਲ ਗੱਲ ਤਾਂ ਇਹ ਹੈ ਕਿ ਔਰਤ ਹੋਵੇ ਜਾਂ ਮਰਦ ਹੋਵੇ ਤੇ ਹੁਣ ਤਾਂ ਮੈਨੂੰ ਦੁੱਖ ਦਹਿਸ਼ਤ ਕਰਦੇ ਕਹਿੰਦੇ ਪਤਾ ਹੀ ਕੋਈ ਨੀ ਜਿਹੜਾ ਤੁਹਾਡੇ ਨਾਲ ਤੁਰ ਜਾਂਦਾ ਨਾ ਉਹ ਆਪਦੇ ਪਰਸ ਦੇ ਵਿੱਚ ਕੀ ਪਾਈ ਫਿਰਦਾ ਉਹ ਆਪਦੇ ਝੋਲੇ ਦੇ ਵਿੱਚ ਕੀ ਪਾਈ ਫਿਰਦਾ ਸੋ ਹੁਣ ਦੁੱਖ ਦਾ ਦਰਦ ਹੁੰਦਾ ਇਸ ਗੱਲ ਦੇ ਉੱਤੇ। ਹੁਣ ਉਸੇ ਪਿੰਡ ਦੀ ਔਰਤ ਦੇ ਕੋਲੋਂ ਲੈਂਦਾ ਨਸ਼ਾ ਉਸੇ ਪਿੰਡ ਦੇ ਵਿੱਚ ਜਾਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੇਚਣ ਲੱਗ ਜਾਂਦਾ ਵੀ ਕਿੰਨੇ ਬੇਖੌਫ ਹੋ ਕੇ ਸਾਰਾ ਕੰਮ ਕਰਦੇ। ਜੇਕਰ ਕਿਸੇ ਆਮ ਸਧਾਰਨ ਬੰਦੇ ਦੇ ਕੋਲੇ ਮੰਨ ਲਓ ਮਾੜਾ ਮੋਟਾ ਨਸ਼ਾ ਵੀ ਹੋਵੇ ਮੰਨ ਲਓ 1 ਗ੍ਰਾਮ ਅਫੀਮ ਹੋਵੇ ਉਹਦੇ ਆਮਦਨੀ ਲਿਆਦੀ ਹੋਵੇ ਉਹਨੇ ਤੇ ਉਹ ਇੱਕ ਤੋਂ ਦੂਜੀ ਥਾਂ ਤੱਕ ਉਹਨੂੰ ਜਾਣ ਲੱਗਾ ਜੇਬ ਦੇ ਵਿੱਚ ਪਾ ਕੇ ਤੇ 3600 ਗੱਲ ਸੋਚ ਲਵੇ ਕਿ ਫਿਰ ਰਾਜ ਪੁਲਿਸ ਨਾ ਪੈ ਜੇ। ਜਿਹੜੇ ਲੋਕ ਇਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਚਿੱਟਾ ਵੇਚੀ ਜਾਂਦੇ ਆ ਉਹ ਕਿੰਨੇ ਬੇਖੌਫ ਹੈਗੇ ਆ ਉਹਨਾਂ ਨੂੰ ਪੁਲਿਸ ਦਾ ਡਰ ਕਿਉਂ ਨੀ ਗਾ ਇਹ ਵੀ ਸਵਾਲ ਪੈਦਾ ਹੁੰਦਾ। ਪਰ ਇੱਕ ਮੈਨੂੰ ਇੱਕ ਗੱਲ ਹੋਰ ਵੀ ਲੱਗਦੀ ਹੈ ਟੰਡ ਸਾਹਿਬ ਮੈਨੂੰ ਫਿਕਰ ਪੈ ਗਿਆ ਇਸ ਚੀਜ਼ ਦਾ ਜੇ ਜਨਾਨੀਆਂ ਨਸ਼ਾ ਵੇਚਣ ਦੇ ਵਿੱਚ ਲੱਗੀਆਂ ਹੋਣ ਭਾਵੇਂ ਕਿਸੇ ਕਾਲਜ ਦੀ ਸਟੂਡੈਂਟ ਹੈ ਸਕੂਲ ਦੀ ਸਟੂਡੈਂਟ ਹੈ ਜੋ ਵੀ ਹੈ ਜਾਂ ਇੱਕ ਜਨਾਨੀ ਪਿੰਡ ਦੀ ਕੋਈ ਮੋਹਤਬਰ ਹੈ ਜੋ ਮੇਮਰ ਨਸ਼ਾ ਵੇਚਦੀ ਹੈ ਕੱਲ ਨੂੰ ਜਨਾਨੀਆਂ ਨੂੰ ਧੀਆਂ ਭੈਣ ਨੂੰ ਨਸ਼ਿਆਂ ਤੇ ਲਾ ਲਿਆ ਫਿਰ ਕੀ ਬਣੂਗਾ ਸਾਡੇ ਪੰਜਾਬ ਦਾ। ਹਾਂ ਬਿਲਕੁਲ ਜੀ ਇਹ ਤਾਂ ਗੱਲ ਸੋਚਣ ਵਿਚਾਰਨ ਵਾਲੀ ਹੈ ਇਹ ਪਹਿਲੀ ਵਾਰ ਨੀ ਹੋ ਰਿਹਾ ਇਸ ਤੋਂ ਪਹਿਲਾਂ ਕਿੰਨੀਆਂ ਕੁੜੀਆਂ ਇਸ ਤਰੀਕੇ ਨਾਲ ਸਾਹਮਣੇ ਆਈਆਂ ਹੁਣ ਚੰਗੀ ਤਰ੍ਹਾਂ ਚੇਤੇ ਆ ਕੁਝ ਕੁ ਸਾਲ ਪਹਿਲਾਂ ਦੀ ਗੱਲ ਆ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ 2-3 ਕੁੜੀਆਂ ਆਈਆਂ ਸੀ ਮੈਂ ਵੀ ਉੱਥੇ ਗਿਆ ਸੀ ਉਹਨਾਂ ਨੇ ਆਪਣਾ ਮੂੰਹ ਚੁੰਨੀਆਂ ਦੇ ਨਾਲ ਵੱਢ ਕੇ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਗੱਲ ਦੱਸੀ ਸੀ ਕਿ ਪੰਜਾਬ ਪੁਲਿਸ ਦੇ ਫਲਾਣੇ ਫਲਾਣੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਸਾਨੂੰ ਮਿਸਯੂਜ ਵੀ ਕੀਤਾ ਸਾਨੂੰ ਚਿੱਟੇ ਤੇ ਲਾਤਾ ਸਾਨੂੰ ਚਿੱਟਾ ਵਕਵਾਉਂਦੇ ਵੀ ਆ ਸਾਡੇ ਕੋਲ ਗਲਤ ਕੰਮ ਵੀ ਕਰਾਉਂਦੇ ਆ ਤੇ ਇਸ ਕਰਕੇ ਸਾਡੀ ਜ਼ਿੰਦਗੀ ਤੇ ਸਾਡੀ ਇੱਜ਼ਤ ਬਚਾਈ ਜਾਵੇ। ਉਦੋਂ ਖਬਰ ਬੜੀ ਚਰਚਾ ਦੇ ਵਿੱਚ ਰਹੀ ਬਾਅਦ ਦੇ ਵਿੱਚ ਗੱਲ ਆਈ ਗਈ ਹੋਗੀ ਪੰਜਾਬ ਦੇ ਵਿੱਚ ਆਹ ਕੁਝ ਚੱਲ ਰਿਹਾ ਇਹ ਕੁਝ ਅਸੀਂ ਸੋਚਦੇ ਹੁੰਦੇ ਸੀ ਵੀ ਸਿਰਫ ਫਿਲਮਾਂ ਦੇ ਵਿੱਚ ਆ ਕਿ ਫਿਲਮਾਂ ਸਕ੍ਰਿਪਟਡ ਹੁੰਦੀਆਂ ਪਰ ਪੰਜਾਬ ਦੇ ਵਿੱਚ ਸੱਚੀ ਮੁੱਚੀ ਆਹ ਕੁਝ ਚੱਲ ਪਿਆ ਹੋਣਗੀ। ਕਿਆ ਬਾਤ ਉਦੋਂ ਪੰਜਾਬ ਵਿਧਾਨ ਸਭਾ ਚ ਭਰਤੀਆਂ ਦੀ ਹੋਊਗੀ ਜਾਂਚ ਸਾਬਕਾ ਸਪੀਕਰ ਤੇ ਸਾਬਕਾ ਮੰਤਰੀਆਂ ਤੇ ਦੇ ਚਹੇਤਿਆਂ ਨੂੰ ਨੌਕਰੀਆਂ ਦੇਣ ਦੇ ਦੋਸ਼ ਲੱਗੇ ਨੇ ਇਹ ਕਿੱਥੇ ਜਾਊਗੀ ਗੱਲ ਹੁਣ ਹਟਾਣਾ ਸਾਹਿਬ। ਦੇਖੋ ਜੀ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਸੀ ਤੇ ਕਾਂਗਰਸੀ ਸਰਕਾਰ ਸੀ ਉਦੋਂ ਹਰਜੋਤ ਸਿੰਘ ਬੈਂਸ ਜਿਹੜੇ ਕਿ ਹੁਣ ਜੇਲ੍ਹ ਮੰਤਰੀ ਹੈ ਉਹਨਾਂ ਨੇ ਇੱਕ ਮੁੱਦਾ ਚੁੱਕਿਆ ਸੀ ਉਹ ਕਹੇ ਸੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਭਰਤੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਗੜਬੜੀਆਂ ਹੋਈਆਂ ਇਹਨਾਂ ਭਰਤੀਆਂ ਦੇ ਵਿੱਚ ਨਿੱਜ ਪਜਾਏ ਗਏ ਆ ਜੇ ਵਿਧਾਨ ਸਭਾ ਦੇ ਵਿੱਚ ਵੀ ਇੱਦਾਂ ਇੱਕ ਭਰਤੀ ਹੁੰਦੀ ਹੈ ਤੇ ਫਿਰ ਬਾਕੀ ਥਾਵਾਂ ਦੇ ਉੱਤੇ ਕਿਵੇਂ ਹੋਊਗੀ। ਉਹਨਾਂ ਨੇ ਕਹਿੰਦੇ ਗੱਲ ਕਹੀ ਸੀ ਕਿ ਜਿਹੜਾ ਫਲਾਣਾ ਵਿਧਾਨ ਸਭਾ ਦੇ ਵਿੱਚ ਨੌਕਰੀ ਕਰਨ ਵਾਲਾ ਬੰਦਾ ਇਹ ਹੈਗਾ ਜੀ ਸਪੀਕਰ ਜਿਹੜੇ ਰਾਣਾ ਕੇ ਪੀ ਸਿੰਘ ਦੇ ਰਿਸ਼ਤੇਦਾਰ ਦਾ ਮੁੰਡਾ ਜਿਹੜਾ ਫਲਾਣਾ ਬੰਦਾ ਇਹ ਹੈਗਾ ਜੀ ਫਲਾਣੇ ਵਿਧਾਇਕ ਦਾ ਮੁੰਡਾ ਜਿਹੜਾ ਫਲਾਣਾ ਹੈਗਾ ਇਹ ਹੈਗਾ ਜੀ ਫਲਾਣੇ ਵਿਧਾਇਕ ਜਾਂ ਫਲਾਣੇ ਮੰਤਰੀ ਦੀ ਰਿਸ਼ਤੇਦਾਰੀ ਦੇ ਵਿੱਚ ਕੀ ਹੈਗਾ ਪੁੱਤ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਦਰਜਨਾਂ ਨੌਕਰੀਆਂ ਦਰਜਨਾਂ ਭਰਤੀਆਂ ਦਾ ਪਰਦਾ ਫਾਸ਼ ਉਹਨਾਂ ਨੇ ਕੀਤਾ ਸੀ ਤੇ ਹੁਣ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਮੁੱਦਾ ਚੁੱਕਿਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਹੁਤ ਗਲਤ ਹੋਇਆ ਪਿਛਲੇ 5 ਵਰ੍ਹਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਰਾਜ ਦੇ ਵਿੱਚ ਜਿਹੜੀਆਂ ਵੀ ਵਿਧਾਨ ਸਭਾ ਦੇ ਵਿੱਚ ਭਰਤੀਆਂ ਹੋਈਆਂ ਉਹਨਾਂ ਦੀ ਅਸੀਂ ਮੁੜ ਕੇ ਪੜਤਾਲ ਕਰਾਂਗੇ ਚੰਗੀ ਤਰ੍ਹਾਂ ਪੜਤਾਲ ਕਰਾਂਗੇ ਜੇਕਰ ਕੋਈ ਵੀ ਕਸੂਰਵਾਰ ਪਾਇਆ ਜਾਂਦਾ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ ਤੇ ਨਾਲ ਹੀ ਉਹਨਾਂ ਨੇ ਗੱਲ ਕਹੀ ਕਿ ਵਿਧਾਨ ਸਭਾ ਲੋਕਾਂ ਦੀ ਨਜ਼ਰ ਦੇ ਵਿੱਚ ਮੰਦਰ ਵਰਗਾ
ਲੋਕਾਂ ਦੀ ਨਜ਼ਰ ਦੇ ਵਿੱਚ ਆਸਥਾ ਦੇ ਕੇਂਦਰ ਵਰਗਾ, ਪਰ ਜੇਕਰ ਅਸੀਂ ਇੱਥੇ ਵੀ ਭ੍ਰਿਸ਼ਟਾਚਾਰ ਫੈਲਾਉਂਦੇ ਹਾਂ ਤਾਂ ਇਸ ਤੋਂ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ? ਤੇ ਇਹ ਹੁਣ ਪੁਲਿਸ ਦੀ ਪੜਤਾਲ ਦਾ ਵਿਸ਼ਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਉਹ ਇਨਕੁਆਇਰੀ ਨੂੰ ਸਿਰੇ ਲਾਉਂਦੇ ਆ ਤੇ ਕੌਣ ਕੌਣ ਇਹਦੇ ਵਿੱਚ ਗਲਤ ਸਾਬਤ ਹੁੰਦੇ ਆ। ਅਗਲੀ ਗੱਲ ਇਹ ਕਿ ਆਮ ਆਦਮੀ ਪਾਰਟੀ ਦਾ ਇਹ ਉਦਮ ਚਲਕਣਾ ਕਿ ਭਾਈ ਇਹਨਾਂ ਦੇ ਵੱਲੋਂ ਪੜਤਾਲ ਕੀਤੀ ਜਾਵੇ, ਪਰ ਪੜਤਾਲ ਜਿਵੇਂ ਫਿਰ ਕਰ ਲਈ ਜਾਵੇ ਉਹਦਾ ਹੁਣ ਢਾਈ ਤਿੰਨ ਸਾਲ ਇਸ ਕੰਮ ਤੇ ਨਿਕਲ ਜਾਣਗੇ। ਬਿਲਕੁਲ ਟੈਨਰ ਸਾਹਿਬ, ਸਰਕਾਰ ਨੇ ਅਭੀਪੁਰ ਦੀ 90-39 ਏਕੜ ਜ਼ਮੀਨ ਤੋਂ ਨਜਾਇਜ਼ ਜਿਹੜਾ ਕਬਜ਼ਾ ਉਹ ਹਟਾਇਆ। ਸਿਸਮਾ ਫਾਰਮ ਦੇ ਨਾਲ ਲੱਗਦੀ ਹੈ, ਸਿਸਮਾ ਦੇ ਵਿੱਚ ਹੈ ਇਹ। ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? ਕੁਲਦੀਪ ਸਿੰਘ ਧਾਲੀਵਾਲ ਸਾਡੇ ਮੇਰੇ ਖਿਆਲ ਉਹ ਪੰਚਾਇਤ ਮੰਤਰੀ ਨੇ, ਕੈਬਨਿਟ ਮੰਤਰੀ ਨੇ, ਉਹ ਦੇਖ ਰੇਖ ਦੇ ਹੇਠ ਇਹ ਸਾਰੀ ਕਾਰਵਾਈ ਜਿਹੜੀ ਹੋਈ ਹੈ, ਗੱਲ ਬਹੁਤ ਵਧੀਆ ਹੈ। ਇਹ ਕਿੱਥੇ ਤੱਕ ਵੱਧ ਸਕਦੀ ਅੱਗੇ ਨੂੰ ਇਹ? ਦੇਖੋ ਜੀ, ਇਹ ਕੁਲਦੀਪ ਸਿੰਘ ਧਾਲੀਵਾਲ ਦਾ ਕੁਛ ਲੱਖਣਾ ਉਦਮ ਸਮਾਜਸੇਵੀ ਮੰਨਦੀ ਹੈ, ਸਿਫਤ ਕਰਮੀ ਮੰਨਦੀ ਹੈ। ਕੁਲਦੀਪ ਸਿੰਘ ਧਾਲੀਵਾਲ ਹੁਣੇ ਹੁਣੇ ਜਿੱਤੇ ਆ ਤੇ ਉਹਨਾਂ ਤੋਂ ਬਾਅਦ ਤੇ ਉਹਨਾਂ ਦੇ ਕੋਲ ਅਹੁਦਾ ਹੁਣ ਹੈਗਾ ਜੀ, ਵਿਭਾਗ ਹੈਗਾ ਪੰਚਾਇਤ ਮਹਿਕਮੇ ਵਾਲਾ, ਦੋ ਪੰਜਾਬ ਦੇ ਨਵੇਂ ਪੰਚਾਇਤ ਮੰਤਰੀ ਹੈ। ਪਿੱਛੇ ਜੇ ਉਹਨਾਂ ਨੇ ਇਹ ਗੱਲ ਕਹੀ ਸੀ ਕੁਛ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ 50,000 ਏਕੜ ਜ਼ਮੀਨ ਪੰਚਾਇਤਾਂ ਦੀ ਕਬਜ਼ੇ ਹੇਠ ਆ ਜਿਹੜੀ ਉਹਦੇ ਅਸੀਂ ਕਬਜ਼ੇ ਛੁਡਵਾਉਣੇ ਆ। ਇੱਕ ਮਹੀਨੇ ਦੇ ਵਿੱਚ ਅਸੀਂ 5,000 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਕਰਾਂਗੇ। ਇਹ ਕੋਈ ਗੱਲ ਸੱਚੀ ਹੈ, ਪੁਰਾਣਾ ਸਾਹਿਬ ਲੋਕਾਂ ਦੇ ਕਬਜ਼ੇ ਬਹੁਤ ਕੀਤੇ ਆ, ਜਿਹੜੇ ਹੱਜੇ ਪੁੱਜੇ ਲੋਕ ਆ ਨਾ ਉਹਨਾਂ ਨੇ ਵੀ ਕਬਜ਼ੇ ਕੀਤੇ ਆ, ਅਸਰ ਰਸੂਖ ਵਾਲੇ ਲੋਕਾਂ ਨੇ। ਕੋਈ ਇੱਥੇ ਰੂੜੀ ਲਵਾਈ ਬੈਠਾ, ਕੋਈ ਇੱਥੇ ਪੱਕ ਜੋਤ ਪਵਾਈ ਜਾਂਦਾ, ਕਿਸੇ ਨੇ ਵਲਗਣ ਕਰਕੇ ਆਪਦੇ ਘਰ ਚ ਸਾਨੂੰ ਕਰਨੀ ਹੈ ਜ਼ਮੀਨ, ਕੋਈ ਇੱਥੇ ਜਿਹੜੇ ਸੰਦ ਪੈਦਾ ਪੜਾ ਕਰਦੇ ਨੇ ਜਾਂ ਪਸ਼ੂ ਬਲਣ ਕਰੀ ਉਹਨੂੰ ਵਰਤੀ ਜਾਂਦਾ, ਇਹ ਜ਼ਮੀਨ ਕੋਈ ਛੱਡ ਕੇ ਰਾਜੀ ਹੈ ਹੀ ਨੀ। ਕੋਈ ਇੱਥੇ ਖੇਤੀਬਾੜੀ ਵੀ ਕਰੀ ਜਾਂਦਾ। ਤੇ ਉਸ ਤੋਂ ਅਗਲੀ ਗੱਲ ਇਹ ਵੀ ਕੱਲ ਪੰਚਾਇਤ ਮੰਤਰੀ ਨੇ ਬੜਾ ਦਰਿਆਦਲੀ ਵਾਲਾ ਕੰਮ ਕੀਤਾ, ਬੜਾ ਵੱਡਾ ਕੰਮ ਕੀਤਾ। ਕੈਪਟਨ ਵਿਕਰਮ ਸਿੰਘ ਹੈ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਇਸ ਜ਼ਮੀਨ ਨੂੰ ਵਾਹ ਰਹੇ ਸੀ, ਕਬਜ਼ਾ ਕਰੀ ਬੈਠੇ ਸੀਗੇ ਸੁਸਮਾ ਦੇ ਵਿੱਚ 29 ਏਕੜ ਜ਼ਮੀਨ ਦੇ ਉੱਤੇ। ਕੱਲ ਕੁਲਦੀਪ ਸਿੰਘ ਧਾਲੀਵਾਲ ਆਪਣੇ ਨਾਲ ਡਾਇਰੈਕਟਰ, ਆਪਣੇ ਨਾਲ ਪੁਲਿਸ ਅਧਿਕਾਰੀ, ਆਪਣੇ ਨਾਲ ਦਸਤਾਵੇਜ਼ ਲੈ ਕੇ ਉੱਥੇ ਪਹੁੰਚੇ ਤੇ ਹਾਜ਼ਰੀ ਦੇ ਵਿੱਚ ਵੱਟ ਦੇ ਉੱਤੇ ਖੜ ਕੇ ਤੇ ਕਿਹਾ ਵੀ ਚਲੋ ਹੁਣ ਟਰੈਕਟਰ ਚਲਾਓ ਤੇ ਕਰਜ਼ਾ ਲਓ, ਤੇ ਹੁਣ ਟਰੈਕਟਰ ਚਲਾਇਆ ਤੇ ਕਰਜ਼ਾ ਲੈ ਲਿਆ। ਉਸ ਤੋਂ ਅਗਲੀ ਗੱਲ ਇਹ ਵੀ ਕੱਲ ਕੋਈ ਉੱਥੇ ਦੌੜੇ ਨੀ ਗਾ, ਸਾਰੇ ਜਿਹੜੇ ਇਸ ਗੱਲੋਂ ਹੈਰਾਨ ਸੀ ਵੀ ਇਉਂ ਵੀ ਹੋ ਜਾਂਦਾ। ਸੋ ਪੰਜਾਬ ਦੇ ਵਿੱਚ ਬਹੁਤ ਸਾਰੀ ਜ਼ਮੀਨ ਹੈ ਜਿਹੜੀ ਕਿ ਇਸ ਵੇਲੇ ਇਸੇ ਤਰੀਕੇ ਦੇ ਨਾਲ ਵਾਪਸ ਲੈਣ ਦੀ ਲੋੜ ਆ। ਇਹ ਜਿਹੜੀ ਕੱਲ ਜ਼ਮੀਨ 32 ਏਕੜ ਵਾਪਸ ਲਈ ਹੈ, ਕਬਜ਼ਾ ਛੁਡਵਾਇਆ, ਇੱਥੇ ਇੱਕ ਕਿੱਲੇ ਦੀ ਕੀਮਤ 4 ਤੋਂ ਲੈ ਕੇ 5 ਕਰੋੜ ਰੁਪਈਆ। ਜੇ ਮੰਨ ਲਓ 5 ਕਰੋੜ ਰੁਪਈਆ ਹੋਵੇ ਤਾਂ 125 ਕਰੋੜ ਰੁਪਈਏ ਦੀ ਜ਼ਮੀਨ ਹੈ ਇਹ, ਘੱਟੋ ਘੱਟ 125 ਕਰੋੜ ਰੁਪਈਏ ਦੀ। ਤੇ ਉਸ ਤੋਂ ਅਗਲੀ ਗੱਲ ਇਹ ਹੈ ਬਈ ਇਹ ਅੱਜ ਤੱਕ ਕਿਸੇ ਪੰਚਾਇਤ ਮੰਤਰੀ ਦੇ ਵੱਲੋਂ ਏਦਾਂ ਕੀਤਾ ਨਹੀਂ ਗਿਆ ਵੀ ਆਪਣੀ ਹਾਜ਼ਰੀ ਦੇ ਵਿੱਚ ਕਬਜ਼ਾ ਛੁਡਵਾਇਆ ਜਾਵੇ। ਸੋ ਬਾਕੀ ਵੀ ਕਬਜ਼ੇ ਛੁਡਵਾਉਣੇ ਚਾਹੀਦੇ ਆ, ਲੋਕ ਚੱਲਦੇ ਨੀ ਜੀ। ਮੈਂ ਨਾ ਲੋਕਾਂ ਦੇ ਉੱਤੇ ਬੜਾ ਹੈਰਾਨ ਹੁੰਦਾ ਤੁਹਾਡਾ ਸਾਹਿਬ ਵੀ ਲੋਕ ਕੁੰਡੀ ਲਾਉਣੋ, ਧੱਕਾ ਕਰਨੋ ਬਾਗ ਨੀ ਆਉਂਦੇ। ਬੜੇ ਲੋਕ ਆ ਜਿਹੜੇ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕਰੀ ਬੈਠੇ ਆ, ਬੜੇ ਲੋਕ ਆ ਜਿਹੜੇ ਕਿ ਪਹੀ ਤੇ ਕਬਜ਼ਾ ਕਰ ਲੈਂਦੇ ਆ, ਬੜੇ ਲੋਕ ਆ ਜਿਹੜੇ ਦੂਜੇ ਦੀ ਵੱਟ ਨੂੰ ਐਵੇਂ ਛਾਂਗੀ ਜਾਣਗੇ ਤੇ ਮਰਦੇ ਫੇਰ ਵੀ ਭੁੱਖੇ ਹੋਏ। ਇਹ ਵੀ ਭਾਈ ਬਹੁਤ ਰੱਜ ਗਏ। ਇਹ ਆੜਤਾਂ ਦੇ ਵਿੱਚ ਵੀ ਸੁਧਾਰ ਹੋਣਾ ਚਾਹੀਦਾ, ਨਾਲੇ ਮਾਰੂ ਮਾਰੂ ਕਰੀ ਜਾਂਦੇ ਆ, ਨਾਲੇ ਨੈਤਿਕ ਤੌਰ ਦੇ ਉੱਤੇ ਗਿਰਾਵਟ ਦੇ ਵੱਲ ਵੱਧਦੇ ਆ। ਵੀ ਆਪਾਂ ਨੂੰ ਇਖਲਾਕੀ ਤੌਰ ਦੇ ਉੱਤੇ ਚੰਗੇ ਹੋਣਾ ਚਾਹੀਦਾ ਜੀ। ਕੱਲ ਪਰਸੋਂ ਦੀਆਂ ਖਬਰਾਂ ਸੀ, ਆਪਾਂ ਨੇ ਸਾਂਝੀਆਂ ਕੀਤੀਆਂ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਭੇਜਤਾ ਮੌਕੇ ਦੀ ਸਰਕਾਰ ਨੇ, ਭਾਈ ਹੁਣ ਗੱਡੀ ਵਾਪਸ ਕਰ ਦੇ, ਤੇ ਕਮਰਾ ਵੀ ਤਾਂ ਉਹਨਾਂ ਨੇ ਛੱਡੇ ਦਿੱਤਾ ਸੀ, ਗੱਡੀ ਵਾਪਸ ਕਰ ਦੋ, ਹੁਣ ਤੁਹਾਨੂੰ ਗੱਡੀ ਦੀ ਲੋੜ ਨਹੀਂ ਹੈਗੀ। ਸੁਖਜਿੰਦਰ ਸਿੰਘ ਰੰਧਾਵਾ ਭੜਕੇ ਨੇ, ਬੜੇ ਤੱਤੇ ਹੋਏ ਨੇ, ਕਹਿੰਦੇ ਮੈਨੂੰ ਨੋਟਿਸ ਕਿਉਂ ਭੇਜਿਆ, ਗੱਡੀ ਤਾਂ ਮੈਂ ਆਪੇ ਦੇ ਦੇਣੀ ਸੀ ਜੀ। ਦੇਖੋ ਜੀ, ਹੁਣ ਤੱਕ ਕਈ ਮੰਤਰੀਆਂ ਤੇ ਕਈ ਵਿਧਾਇਕਾਂ ਦੇ ਕੋਲੋਂ, ਸਾਬਕਾ ਦੇ ਕੋਲੋਂ ਉਹਨਾਂ ਦੇ ਫਲੈਟ, ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੀਆਂ ਗੱਡੀਆਂ ਵਾਪਸ ਲਈਆਂ ਸੂਬੇ ਦੀ ਹੁਣ ਵਾਲੀ ਸਰਕਾਰ ਨੇ। ਪਰ ਵੱਡੇ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਤੇ ਕੁਝ ਕੁ ਹੋਰ ਨੇਤਾਵਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਆਪਣੇ ਸਰਕਾਰੀ ਫਲੈਟ ਵਿਹਲੇ ਕਰੋ, ਤੁਹਾਡੀ ਥਾਂ ਦੇ ਉੱਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਇਹ ਫਲੈਟ ਸੌਂਪਣੇ ਆ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਇਨੋਵਾ ਕਾਰ ਤਾਂ ਵਾਪਸ ਕਰਤੀ ਹੈ,
ਕਿਉਂਕਿ ਉਹਨਾਂ ਨੂੰ ਵੀ ਨੋਟਿਸ ਕੱਢਿਆ ਗਿਆ ਸੀ ਵੀ ਤੁਸੀਂ ਹੁਣ ਮੰਤਰੀ ਤਾਂ ਹੈ ਨੀ ਜੇ ਤੇ ਭਾਈ ਆਪਦੀ ਇਨੋਵਾ ਗੱਡੀ ਵਾਪਸ ਕਰੋ। ਉਹਨਾਂ ਨੇ ਇਨੋਵਾ ਕਾਰ ਤਾਂ ਵਾਪਸ ਕਰਤੀ, ਉਹ ਕਹਿੰਦੇ ਵੀ ਇਹ ਬਦਨਾਮ ਕਰਨ ਦੀ ਕੀ ਲੋੜ ਸੀ ਤੁਸੀਂ ਮੈਨੂੰ ਵੈਸੇ ਕਹਿ ਦਿੰਦੇ। ਤੇ ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਹੈਗੇ ਲਾਲਜੀਤ ਸਿੰਘ ਭੁੱਲਰ, ਉਹ ਕਹਿੰਦੇ ਵੀ 2 ਮਹੀਨੇ ਹੋ ਗਏ ਸਰਕਾਰ ਬਣੀ, ਤੁਸੀਂ ਪਹਿਲਾਂ ਆਪੇ ਹੀ ਜਮਾ ਕਰਵਾ ਦਿੰਦੇ, ਸਾਨੂੰ ਕਹਿਣ ਦੀ ਲੋੜ ਹੀ ਨਾ ਪੈਂਦੀ। ਪਰ ਗੱਲ ਇਹ ਕਿ ਨੈਤਿਕ ਆਧਾਰ ਦੇ ਉੱਤੇ ਜਦੋਂ ਤੁਹਾਡੇ ਕੋਲ ਸੰਵਿਧਾਨਕ ਅਹੁਦਾ ਨਹੀਂ ਰਿਹਾ ਜਾਂ ਤੁਹਾਡੇ ਕੋਲ ਮੰਤਰੀ ਅਹੁਦਾ ਨਹੀਂ ਰਿਹਾ, ਤੁਸੀਂ ਆਪਦੀਆਂ ਗੱਡੀਆਂ, ਆਪਦੀ ਜ਼ਮੀਨ, ਆਪਦਾ ਜੋ ਵੀ ਕਮਰਾ ਬਣਦਾ, ਤੁਸੀਂ ਕੋਈ ਘਰ ਬਣਦਾ, ਬੰਗਲਾ ਬਣਦਾ, ਫਲੈਟ ਬਣਦਾ, ਉਹ ਸਾਰਾ ਕੁਝ ਵਾਪਸ ਕਰ ਦੋ ਸਰਕਾਰੀ ਕਿਸੇ ਹੋਰ ਦੇ ਕੰਮ ਆਵੇ। ਪਰ ਜੀ ਨੀ ਕਰਦਾ ਕਿ ਬੀਬੀ ਰਵਿੰਦਰ ਕੌਰ ਭੱਠਲ ਦੀ ਖ਼ਬਰ ਆਪਾਂ ਪੜ੍ਹਦੇ ਰਹੇ ਹਾਂ, 3 ਸਾਲ ਤੱਕ ਉਹਨਾਂ ਨੇ ਸਰਕਾਰੀ ਕੋਠੀ ਵਿਹੜੀ ਨਹੀਂ ਸੀ ਕੀਤੀ, ਉਹਦਾ ਕਿਰਾਇਆ ਕਿੰਨਾ ਬਣ ਗਿਆ ਸੀ, ਬਾਅਦ ਦੇ ਵਿੱਚ ਕੈਪਟਨ ਹੋਰਾਂ ਨੇ ਸਾਰਾ ਕਿਰਾਇਆ ਆਪਦੇ ਕੋਲ ਦਿੱਤਾ ਸੀਗਾ ਤੇ ਉਹ ਮਾਫ਼ ਹੋ ਗਿਆ ਸੀਗਾ ਬੀਬੀ ਭੱਠਲ ਦਾ, ਤੇ ਏਦਾਂ ਦੇ ਕੰਮ ਵੀ ਚੱਲਦੇ ਰਹੇ ਹਾਂ। ਆ ਵੱਡੇ ਬਾਦਲ ਸਾਹਿਬ ਆਪਣਾ ਫਲੈਟ ਨੀ ਛੱਡਦੇ ਐਮ ਐਲ ਏ ਵਾਲਾ, ਹਾਲਾਂਕਿ 3-4 ਕੋਠੀਆਂ ਚੰਡੀਗੜ੍ਹ ਚ ਲਈ ਬੈਠੇ ਨੇ, ਹੋਰ ਵੀ ਆਲੇ ਦੁਆਲੇ ਬਹੁਤ ਕੁਛ ਹੈ, ਇਹਨਾਂ ਕੋਲ ਤੁਰਨ ਦੀ ਇਹਨਾਂ ਚ ਹਿੰਮਤ ਨੀ, ਜਾ ਸਕਦੇ ਨੀ, ਹਰਿਆਣੇ ਵਾਲੇ ਫਾਰਮ ਦੇ ਵਿਚ ਜਾ ਕੇ ਉੱਥੇ ਲੱਸੀ ਲੁੱਸੀ ਪੀਂਦੇ ਨੇ, ਫਿਰ ਵੀ ਆਪਣਾ ਐਮ ਐਲ ਏ ਫਲੈਟ ਨੀ ਛੱਡ ਰਹੇ ਇਹਨਾਂ ਦੀ, ਜਿਹਨੂੰ ਇਹ ਕਹਿ ਦਈਏ ਨਾ ਵੀ ਭੁੱਖਿਆ ਭੁੱਖ ਨਾ ਉਤਰੇ ਚਾਹੇ ਲੱਦਾ ਪੂਰੀਆਂ ਭਾਰ, ਉਹੀ ਕੰਮ ਹੈ ਜੀ। ਬਿਲਕੁਲ ਜੀ, ਬੰਦੇ ਨੂੰ ਆਪਦਾ ਮੈਂ ਸੋਚਦਾ ਕਿ ਜ਼ਿੰਮੇਵਾਰੀ ਨਿਭਾ ਕੇ ਤੇ ਆਪੇ ਹੀ ਛੱਡ ਦੇਣੀ ਚਾਹੀਦੀ ਹੈ ਜੀ, ਵੀ ਭਾਈ ਹੁਣ ਮੈਂ ਇਹਦੇ ਸਮਰੱਥ ਨਹੀਂ, ਮੈਂ ਇਹਦੇ ਕਾਬਲ ਨਹੀਂ, ਜਿਹੜੇ ਹੈਗੇ ਆ ਉਹਨਾਂ ਨੂੰ ਦੇ ਦਿਓ ਜਿਹੜੇ ਕਿ ਮੇਰੀ ਥਾਂ ਦੇ ਉੱਤੇ ਡਿਜ਼ਰਵ ਕਰਦੇ ਆ। ਪਰ ਨਹੀਂ, ਏਦਾਂ ਹੁੰਦਾ ਨੀ, ਪਤਾ ਨੀ ਕਿਉਂ, ਇਹ ਹੈ ਤਾਂ ਵੈਸੇ ਇਕੱਲੇ ਭਾਰਤ ਦੇ ਵਿੱਚ ਹੀ ਤੇ ਹੋਰ ਤਾਂ ਦੁਨੀਆਂ ਦੇ ਕਿਸੇ ਹਿੱਸੇ ਦੇ ਵਿੱਚ ਇਹਦੀਆਂ ਗੱਲਾਂ ਹੈ ਵੀ ਨੀ, ਪਰ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ। ਮੈਂ ਕੱਲ ਵੀ ਗੱਲ ਕਹੀ ਸੀ ਵੀ ਪੰਜਾਬ ਦੇ ਕਈ ਨੇਤਾ ਇਹੋ ਜਿਹੇ ਆ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ 2-2-3 ਕੋਠੀਆਂ ਕਿਰਾਏ ਤੇ ਦਿੱਤੀਆਂ ਹੋਈਆਂ, ਉਹ ਆਵਦਨ ਕੋਠੀਆਂ ਨੂੰ ਕਿਰਾਏ ਤੇ ਦੇ ਕੇ ਤੇ ਫਿਰ ਵੀ ਸਰਕਾਰੀ ਕੋਠੀਆਂ ਦੇ ਵਿੱਚ ਰਹਿੰਦੇ ਆ, ਜਾਂ ਸਰਕਾਰੀ ਕੋਠੀਆਂ ਦਾ ਕਰਜ਼ਾ ਨੀ ਛੱਡਦੇ ਵੀ ਚਲੋ ਕੋਈ ਗੱਲ ਨੀ, ਉਧਰੋਂ ਕਿਰਾਇਆ ਆਈ ਜਾਂਦਾ, ਇਧਰ ਮੌਜ ਨਾਲ ਰਹਿੰਦੇ ਆ ਜੀ। ਬਿਲਕੁਲ ਬਿਲਕੁਲ, ਉਧਰ ਕਹਿੰਦੇ ਹੁਣ ਦਿੱਲੀ ਏਅਰਪੋਰਟ ਤੇ ਜਾਣਗੀਆਂ ਪੰਜਾਬ ਸਰਕਾਰ, ਪੰਜਾਬ ਦੀਆਂ ਸਰਕਾਰੀ ਬੱਸਾਂ। ਬਿਲਕੁਲ, ਦੇਖੋ ਹੁਣ ਤੱਕ ਤਾਂ ਜਾਣਗੀਆਂ ਨੀ ਸੀ, ਹੁਣ ਜਾਣਗੀਆਂ, ਜਦੋਂ ਜਾਣਗੀਆਂ ਤੇ ਵਿੱਚੋਂ ਇਹਦਾ ਕੀ ਨਤੀਜਾ ਨਿਕਲ ਕੇ ਸਾਹਮਣੇ ਆਊਗਾ ਤੇ ਇਹ ਹੁਣ ਸਮਾਂ ਦੱਸੂਗਾ। ਪਰ ਗੱਲ ਇਹ ਜੀ ਕਿ ਹੁਣ ਤੱਕ ਇਹਨਾਂ ਬੱਸਾਂ ਦੇ ਨਾਂ ਦੇ ਉੱਤੇ ਵੀ ਬੜੀ ਰਾਜਨੀਤੀ ਹੁੰਦੀ ਰਹੀ ਹੈ, ਕਿਉਂਕਿ ਜਿਹੜੀ ਸੱਤਾਧਾਰੀ ਧਿਰ ਆ ਕਾਂਗਰਸ ਦੀ ਪਿਛਲੀ, ਉਹ ਕਹਿੰਦੇ ਸੀ ਵੀ ਨਹੀਂ ਏਦਾਂ ਦੀ ਗੱਲ ਕੋਈ ਨੀ ਜੀ, ਤਾਂ ਵਿਰੋਧੀ ਪਾਰਟੀਆਂ ਗੱਲ ਕਹਿ ਰਹੀਆਂ ਸੀ ਵੀ ਭਾਈ ਬਾਦਲਾਂ ਦੀਆਂ ਬੱਸਾਂ ਨੇ ਉੱਤੇ ਮਿਹਰਬਾਨ ਕਾਂਗਰਸ ਦੀ ਬਹੁਤ ਆ, ਕਿਉਂਕਿ ਅੱਜ ਵੀ ਜੇ ਆਪਾਂ ਗੱਲ ਕਰੀਏ ਇਕੱਲੀਆਂ ਇੰਡੋ ਕਨੇਡੀਅਨ ਬੱਸਾਂ ਹੀ ਜਾਂਦੀਆਂ ਇੱਥੇ ਸੁਖਬੀਰ ਬਾਦਲ ਦੀ ਕੰਪਨੀ ਵਾਲੀਆਂ ਬੱਸਾਂ ਜਾਂਦੀਆਂ ਏਅਰਪੋਰਟ ਤੇ, ਹੋਰ ਕੋਈ ਵੀ ਬੱਸ ਸਰਵਿਸ ਉੱਥੇ ਨਹੀਂ ਪਹੁੰਚਦੀ, ਪੰਜਾਬ ਦੀ ਨਾ ਸਰਕਾਰੀ ਨਾ ਪ੍ਰਾਈਵੇਟ, ਤੇ ਇਹ ਇੰਡੋ ਕਨੇਡੀਅਨ ਵਾਲੇ ਮਨ ਚਾਹੇ ਪੈਸੇ ਲੈਂਦੇ। ਜੇ ਤੁਸੀਂ ਜਲੰਧਰ ਜਾਣਾ ਹੋਵੇ ਇੱਕ ਬੰਦੇ ਦੇ ਏਅਰਪੋਰਟ ਦੇ ਉੱਤੇ, ਤਾਂ ਇਹ ਇੱਕ ਪਾਸੇ ਦਾ 3,000 ਰੁਪਈਆ ਲੈਂਦੇ ਆ, ਹੁਣ ਸ਼ਹਿਰ ਵੱਧ ਵੀ ਗਿਆ ਹੋਵੇ। ਪਰ ਦੂਜੀ ਗੱਲ ਇਹ ਵੀ ਕਿ ਪੰਜਾਬ ਦੇ ਜਿਹੜੇ ਨਵੇਂ ਟਰਾਂਸਪੋਰਟ ਮੰਤਰੀ ਆ ਲਾਲਜੀਤ ਸਿੰਘ ਭੁੱਲਰ, ਉਹਨਾਂ ਨੇ ਕਿਹਾ ਵੀ ਕਿ ਦਿੱਲੀ ਦੇ ਵਿੱਚ ਵੀ ਆਪਣੀ ਸਰਕਾਰ ਹੈ, ਪੰਜਾਬ ਚ ਵੀ ਆਪਣੀ ਸਰਕਾਰ ਹੈ, ਹੁਣ ਕੋਈ ਦਿੱਕਤ ਨਹੀਂ, ਹੁਣ ਸਰਕਾਰੀ ਬੱਸਾਂ ਏਅਰਪੋਰਟ ਜਾਇਆ ਕਰਨਗੀਆਂ। ਉਹ ਕਹਿੰਦੇ ਜੀ ਕਿ ਹੁਣ ਅਸੀਂ ਸਾਰੀਆਂ ਮੀਟਿੰਗਾਂ ਕਰ ਲਈਆਂ, ਦਿੱਲੀ ਦੇ ਟਰਾਂਸਪੋਰਟ ਅਧਿਕਾਰੀਆਂ ਦੇ ਨਾਲ ਅਸੀਂ ਗੱਲਬਾਤ ਕਰ ਲਈ ਹੈ, ਮੀਟਿੰਗ ਦੇ ਵਿੱਚ ਉਹਨਾਂ ਨੇ ਸਾਰੇ ਗੱਲਾਂ ਕਲੀਅਰ ਕਰਤੀਆਂ ਤੇ ਬਹੁਤ ਜਲਦ ਪੰਜਾਬ ਦੀਆਂ ਸਰਕਾਰੀ ਬੱਸਾਂ ਰੋਡਵੇਜ਼ ਦੀਆਂ ਜਿਹੜੀਆਂ ਇਹ ਪਹੁੰਚਿਆ ਕਰਨਗੀਆਂ ਏਅਰਪੋਰਟ ਤੱਕ। ਸੋ ਚੰਗੀ ਗੱਲ ਹੈ ਜੀ, ਜੇਕਰ ਏਦਾਂ ਹੋਵੇ ਤਾਂ ਮੋਨੋਪੋਲੀ ਕਿਸੇ ਦੀ ਕਿਉਂ ਰਹਿਣ ਦੇਣੀ ਹੈ ਇੱਕ ਦੀ। ਸੋ ਇਹ ਹੈ ਵੀ ਕਿ ਏਸੀ ਬੱਸਾਂ ਜਿਹੜੀਆਂ ਉਹ ਜਾਇਆ ਕਰਨਗੀਆਂ ਹੁਣ ਤੇ ਏਅਰਪੋਰਟ ਤੱਕ, ਜੇ ਅੱਧੇ ਭਾਰਤੀ ਵੀ ਲੈ ਕੇ ਜਾਇਆ ਕਰਨਗੇ 3,000 ਲੈਂਦੇ ਇੰਡੋ ਕਨੇਡੀਅਨ ਵਾਲੇ, ਇਹ ਮੰਨ ਲਓ 1500 ਤੇ ਵੀ ਜਾਣ ਲੱਗ ਜਾਣ ਤੇ ਲੋਕਾਂ ਦਾ ਕਿੰਨਾ ਵੱਡਾ ਫਾਇਦਾ ਹੋਊਗਾ, ਨਾਲੇ ਏਅਰਪੋਰਟ ਤੱਕ ਜਾਣ ਕਰਕੇ ਰੋਡਵੇਜ਼ ਨੂੰ ਲਾਭ ਹੋਊਗਾ। ਪਰ ਇਹ ਹੁਣ ਜਲਦੀ ਸ਼ੁਰੂ ਹੋਊਗਾ ਤਾਂ ਹਾਲੇ ਕੁਝ ਮਹੀਨੇ ਲੱਗਣਗੇ, ਇਹ ਵਕਤ ਦੱਸੂਗਾ। ਪਰ ਪੰਜਾਬ ਦੀ ਸਰਕਾਰ ਦੀ ਪੂਰੀ ਇੱਛਾ ਵੀ ਭਾਈ ਹੁਣ ਕੱਲੀ ਇਸ ਕੰਪਨੀ ਦੀ ਸਰਕਾਰੀ ਬੱਸਾਂ ਨੂੰ ਉੱਥੇ ਪਹੁੰਚਿਆ ਕਰਨੀ ਜੀ। ਉੱਧਰ ਪ੍ਰਧਾਨ ਮੰਤਰੀ ਕਹਿੰਦੇ ਜਿਹੜੇ ਸੂਬੇ ਨੇ ਭਾਰਤ ਦੇ ਉਹ ਵੈਟ ਘਟਾਉਣ, ਉਹਦੇ ਨਾਲ ਤੇਲ ਸਸਤਾ ਹੋ ਜਾਊਗਾ। ਦੇਖੋ ਗੱਲ ਤਾਂ ਇਹ ਨੀ ਕਿ ਕੱਲੀ ਰਾਏ ਦੇਣ ਵਾਲੀ ਗੱਲ ਆ, ਆਪਾਂ ਕਹਿੰਦੇ ਵੀ ਵੈਟ ਘਟਾਓ ਤੇ ਬਿਲਕੁਲ ਠੀਕ ਹੈ ਜੀ, ਇਹ ਕਹਿਣਾ ਚਾਹੀਦਾ। ਪਰ ਨਾਲ ਨਾਲ ਇਹ ਵੀ ਇਹਦੀ ਕਿ ਆਪਾਂ ਵੀ ਆਪਦੇ ਹਿੱਸੇ ਦਾ ਟੈਕਸ ਘਟਾਈਏ। ਜਿਹੜਾ ਇਹ ਤੇਲ ਆ ਇਹਦੇ ਤੇ ਕੇਂਦਰ ਦੇ ਟੈਕਸ ਵੱਖਰੇ ਪੈਂਦੇ, ਸੂਬਿਆਂ ਦੇ ਟੈਕਸ ਵੱਖਰੇ ਪੈਂਦੇ ਆ, ਕੋਈ ਐਕਸਾਈਜ਼ ਟੈਕਸ ਆ, ਕੋਈ ਵੈਟ ਆ, ਕੋਈ ਫਲਾਨਾ, ਕੋਈ ਟੀਵੜਾ, ਕੁਛ ਨਾ ਕੁਛ ਏਦਾਂ ਹੈਗਾ।
ਪਰ ਗੱਲ ਇਹਦੀ ਕਿ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਤੁਸੀਂ ਭਾਈ ਆਪਣੇ ਹਿੱਸੇ ਦਾ ਵੈਟ ਘਟਾਓ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਹੁਣ ਇਉਂ ਕੱਲੀ ਰਾਏ ਕੀ ਨੀ ਮੰਨਣੀ ਇਹਦੀ, ਸੂਬਿਆਂ ਦੇ ਮੁੱਖ ਮੰਤਰੀ ਕਹਿੰਦੇ ਕਿ ਤੁਸੀਂ ਆਪਦੇ ਵੱਲੋਂ ਟੈਕਸ ਘਟਾ ਦਿਓ, ਇਹ ਕਹਿੰਦੇ ਜੀ ਮੈਂ ਤੁਸੀਂ ਆਪਣੇ ਵੱਲੋਂ ਘਟਾ ਦਿਓ, ਇਹ ਲੋਕਾਂ ਦਾ ਕਸੂਰ ਕੀ ਹੈ, ਲੋਕ ਉੱਥੇ ਦੇ ਉੱਥੇ। ਸੋ ਇਸ ਵਕਤ ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀ ਕੀਮਤ ਘਟੀ ਆ, ਵਧੀ ਨਹੀਂ, ਪਹਿਲਾਂ ਇਹ $114 ਪ੍ਰਤੀ ਬੈਰਲ ਸੀ, ਹੁਣ $102 ਪ੍ਰਤੀ ਬੈਰਲ ਤੇ ਆ ਗਈ ਹੈ। ਜੇ $114 ਸੀ ਜਦੋਂ ਉਦੋਂ ਭਾਰਤ ਦੇ ਵਿੱਚ ਤੇਲ ਦੀ ਕੀਮਤ ਵਧਦੀ ਸੀ, ਕਹਿੰਦੇ ਸਾਡੀ ਮਜਬੂਰੀ ਹੈ, ਤੇ ਹੁਣ ਜਦੋਂ ਘੱਟ ਰਹੀ ਹੈ ਕੀਮਤ ਫਿਰ ਘੱਟ ਕੇ ਨਹੀਂ ਰਿਹਾ ਭਾਅ ਭਾਰਤ ਦੇ ਵਿੱਚ। ਸੋ ਹੁਣ ਕਿਹਾ ਜਾਂਦਾ ਜੀ ਕਿ ਤੁਸੀਂ ਵੈਟ ਘਟਾਓ, ਤੁਸੀਂ ਐਂ ਕਰ ਲਓ, ਤੁਸੀਂ ਫਲਾਣਾ ਕਰ ਲਓ, ਇਸ ਗੱਲ ਦੇ ਉੱਤੇ ਕੋਈ ਆ ਨਹੀਂ ਰਿਹਾ ਵੀ ਭਾਈ ਜੇਕਰ ਤੇਲ ਦੀ ਕੀਮਤ ਘੱਟ ਰਹੀ ਹੈ ਅੰਤਰਰਾਸ਼ਟਰੀ ਬਾਜ਼ਾਰ ਚ, ਤੇ ਫਿਰ ਆਪਾਂ ਕਿਹੜੀ ਗੱਲ ਵਧਾਈ ਜਾਂਦੇ ਹਾਂ, ਆਪਾਂ ਕਿਉਂ ਨੀ ਘਟਾਉਂਦੇ। ਉਸ ਤੋਂ ਅਗਲੀ ਗੱਲ ਇਹ ਵੀ ਕਿ ਇੱਥੇ ਜਿਹਦਾ ਜਿਹੜਾ ਸੂਤ ਲੱਗਦਾ ਉਹ ਲਾਈ ਬੈਠਾ, ਜੇ ਕਿਤੇ ਚੋਣਾਂ ਹੁੰਦੀਆਂ ਚਾਰ ਮਹੀਨਿਆਂ ਬਾਅਦ ਦੋ ਚਾਰ ਸੂਬਿਆਂ ਦੇ ਵਿੱਚ, ਤੇ ਇਹ ਤੇਲ ਦੀਆਂ ਕੀਮਤਾਂ 10-15 ਰੁਪਏ ਥੱਲੇ ਆ ਜਾਣੀਆਂ ਸੀ, ਜਿਹੜਾ ਨਤੀਜੇ ਆ ਜਾਂਦੇ ਤੇ ਫਿਰ ਮਹਿੰਗਾ ਹੋ ਜਾਂਦਾ ਸੀ। ਭਾਰਤ ਦੇ ਵਿੱਚ ਤਾਂ ਡਰਾਮੇ ਬਾਜ਼ੀ ਹੈ। ਵੈਸੇ ਮੈਨੂੰ ਪਤਾ ਇਹ ਲੱਗਿਆ ਟਾਣਾ ਸਾਹਿਬ, ਆਉਣ ਵਾਲੇ ਜਿਹੜੇ ਮਹੀਨੇ ਨੇ ਦਸੰਬਰ ਤੱਕ ਬਹੁਤ ਹੀ ਨਿਵੇਂ ਪੱਧਰ ਤੇ ਆਰਥਿਕ ਹਾਲਤ ਚੱਲੀ ਜਾਣੀ ਹੈ ਦੁਨੀਆਂ ਭਰ ਦੇ ਕਈ ਕੰਟਰੀਆਂ ਦੀ, ਕਈ ਪਾਸਿਓਂ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ, ਮਹਾਮਾਰੀ ਕਈ ਪਾਸਿਓਂ ਆ ਰਹੀ ਹੈ, ਯੂਕਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਹੈ ਉਹ ਵੀ ਇਹਦਾ ਇੱਕ ਵੱਡਾ ਹਿੱਸਾ ਹੈ। ਹੁਣ ਪੰਜਾਬ ਦੇ ਵਿੱਚ ਬਿਜਲੀ ਸੰਕਟ ਬੇਕਾਬੂ ਹੋਣ ਲੱਗ ਪਿਆ, ਗਰਮੀ ਨੇ ਲੋਕਾਂ ਦੀਆਂ ਜੀਭਾਂ ਘਟਾਤੀਆਂ ਤੇ ਬਿਜਲੀ ਦੀ ਮੰਗ ਜਿਹੜੀ ਹੈ ਉਹ ਵੱਧ ਹੋਣੀ ਚਾਹੀਦੀ ਹੈ, ਇਹ ਵੀ ਹੋ ਰਹੀ ਹੈ, ਪਰ ਕੀ ਕਹੋਗੇ ਇਹਦੇ ਬਾਰੇ ਤੁਸੀਂ? ਦੇਖੋ ਜੀ, ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸੂਬੇ ਦੇ ਵਿੱਚ ਸੰਕਟ ਹੈ ਜਿਹੜਾ ਵੀ ਪੈਦਾ ਹੁੰਦਾ ਜਾਂ ਕਿਸੇ ਵੀ ਦੇਸ਼ ਦੇ ਵਿੱਚ, ਉਹਨੂੰ ਸੁਹਿਰਦਤਾ ਦੇ ਨਾਲ, ਸਿਆਣਪ ਦੇ ਨਾਲ ਟਾਲਿਆ ਜਾ ਸਕਦਾ। ਪਰ ਸਾਡੇ ਇੱਥੇ ਤਮਾਸ਼ਬੀਨ ਆ, ਤਮਾਸ਼ਾ ਚੱਲਦਾ, ਤਮਾਸ਼ਾ ਵਿਖਦਾ ਵੀ ਲੋਕ ਮਰਦੇ ਸਾਨੂੰ ਕੀ ਫਰਕ ਪੈਂਦਾ, ਲੋਕ ਵਿਰ ਵਿਰ ਕਰਦੇ ਸਾਨੂੰ ਕੀ ਫਰਕ ਪੈਂਦਾ। ਹੈ ਕਿਸੇ ਦੇਸ਼ ਦੇ ਵਿੱਚ ਇਹੋ ਜਿਹੀ ਸਰਕਾਰ ਵੀ ਜਿੱਥੇ ਹੈਲੀਕਾਪਟਰ ਦੇ ਰਾਹੀਂ ਮੰਤਰੀ ਦੇ ਲੰਘਣਾ ਹੋਵੇ ਤੇ ਥੱਲੇ ਪੁਲਿਸ ਵਾਲੇ ਡਾਂਗਾ ਲੈ ਕੇ ਖੜੇ ਹੋਣ? ਯਾਰ ਜਦੋਂ ਤੁਸੀਂ ਹਵਾ ਦੇ ਵਿੱਚ ਨਹੀਂ ਲੰਘ ਜਾਣਾ ਤੇ ਡਾਂਗਾ ਲੈ ਇਹਦੇ ਵਿੱਚ ਕੀ ਕੰਮ? ਸੋ ਇਹ ਭਾਰਤ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਨਮੂਨੇ, ਇਹ ਹੋਰ ਕਿਤੇ ਹੈ ਨਹੀਂ। ਸੋ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਮੰਦੀ ਆ ਜਿਹੜੀ ਉਹ ਛਾ ਜਾਣੀ ਹੈ। ਜੇ ਮੰਨ ਲਓ ਕੋਰੋਨਾ ਮਹਾਮਾਰੀ ਫਿਰ ਵੱਧਦੀ ਆ, ਇਹਦੇ ਨਾਲ ਫਿਰ ਇੱਕ ਵਾਰੀ ਆਰਥਿਕ ਤੌਰ ਤੇ ਲੱਕ ਟੁੱਟ ਜਾਣਾ, ਤੇ ਇਸ ਗੱਲ ਦੀ ਸੰਭਾਵਨਾ ਬਣ ਰਹੀ ਹੈ ਕਿ ਭਾਈ ਇੱਕ ਵਾਰ ਫਿਰ ਕੋਰੋਨਾ ਮਹਾਮਾਰੀ ਵਧੂਗੀ। ਤੇ ਵੈਸੇ ਹੁਣ ਮੀਟਕਾਂ ਮੂਟਕਾਂ ਦਾ ਦੌਰ ਵੀ ਚੱਲ ਰਿਹਾ, ਪਰ ਸਭ ਕੁਝ ਠੀਕ ਰਵੇ ਦੀ ਕਾਮਨਾ ਕਰਦੇ ਹਾਂ। ਦੁੱਖ ਹੁੰਦਾ ਵੀ ਬਾਹਰਲੇ ਦੇਸ਼ਾਂ ਦੇ ਮੁਕਾਬਲੇ ਤੱਕ ਸਾਡੇ ਦੇਸ਼ ਦੀਆਂ ਸਰਕਾਰਾਂ ਕੀ ਕੰਮ ਕਰਦੀਆਂ, ਆਸ ਤਾਂ ਇਸ ਗੱਲ ਦੀ ਕਰਦੇ ਵੀ ਸ਼ਾਇਦ ਇਹ ਬਹੁਤ ਚੰਗਾ ਕੰਮ ਕਰ ਰਹੀਆਂ, ਪਰ ਇਹ ਚੰਗੇ ਤੋਂ ਬਿਲਕੁਲ ਉਲਟ ਕਰਦੀਆਂ। ਸੋ ਦੇਖੋ ਕਦੇ ਇਹੋ ਜਿਹਾ ਮੌਕਾ ਸ਼ਾਇਦ ਆਵੇ ਜ਼ਿੰਦਗੀ ਦੇ ਵਿੱਚ ਸਾਡੇ ਜਾਂਦੇ ਜਾਂਦੇ ਵੀ ਭਾਈ ਸਾਡੇ ਦੇਸ਼ ਦੀਆਂ ਸਰਕਾਰਾਂ ਵੀ ਬਾਹਰਲੇ ਮੁਲਕ ਨੂੰ ਸੁੱਟਣ ਲੱਗ ਪਈਆਂ। ਜੀ ਟਾਣਾ ਸਾਹਿਬ, ਸਮਾਂ ਹੋਰ ਅੱਗੇ ਵਧਣ ਦਾ ਇਜਾਜ਼ਤ ਤਾਂ ਨਹੀਂ ਦਿੰਦਾ, ਪਰ ਜਾਂਦੇ ਜਾਂਦੇ ਕੀ ਵਿਚਾਰ ਆਪਣੇ ਸਰੋਤਿਆਂ ਨਾਲ ਦੱਸੋਗੇ ਤੁਸੀਂ? ਦੇਖੋ ਗੱਲ ਇਹ ਵੀ ਕਿ ਇਸ ਵੇਲੇ ਨਾ ਆਪੋ ਧਾਪੀ ਪਈ ਹੋਈ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮੈਨੂੰ ਕਦੇ ਕਦੇ ਇਹੋ ਲੱਗਦਾ ਵੀ ਡੰਗ ਜਾਂ ਟਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿੰਨੀ ਦੇਰ ਤੱਕ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਐਲਾਨ ਕਰੂਗੀ ਵੀ ਭਾਈ ਰਿਸ਼ਵਤ ਖਤਮ ਕਰ ਦਿਆਂਗੇ, ਅਸੀਂ ਆਹ ਕਰਾਂਗੇ, ਇਹਨਾਂ ਗੱਲਾਂ ਦੇ ਉੱਤੇ ਇਨਵੈਸਟਮੈਂਟ ਵੀ ਹੁੰਦੀ, ਇਹ ਗੱਲਾਂ ਇਖਲਾਕ ਨਾਲ ਜੁੜੀਆਂ, ਇਹ ਗੱਲਾਂ ਸਭ ਚੰਗੀਆਂ ਲੱਗਦੀਆਂ। ਜਦੋਂ ਤੱਕ ਤਾਂ ਇਹ ਗੱਲਾਂ ਕਹੋਗੇ ਜੀ ਕਿ ਅਸੀਂ ਸੜਕਾਂ ਚੌੜੀਆਂ ਰੱਖਾਂਗੇ, ਕਬਜ਼ੇ ਹੋਣ ਨਹੀਂ ਦੇਵਾਂਗੇ, ਅਸੀਂ ਆਹ ਵੀ ਹੋਣ ਦੇਵਾਂਗੇ, ਉਨੀ ਦੇਰ ਤੱਕ ਠੀਕ ਆ। ਪਰ ਜਦੋਂ ਪੈਸੇ ਖਰਚਣ ਦੀ ਗੱਲ ਆ ਗਈ ਵੀ ਭਾਈ ਬਜਟ ਚਾਹੀਦਾ, ਵੀ ਬਜਟ ਦੇ ਲਈ ਆਪਾਂ ਨੂੰ 200 ਕਰੋੜ ਰੁਪਇਆ ਇੱਥੇ ਲਾਉਣਾ, 2000 ਕਰੋੜ ਰੁਪਇਆ ਇੱਥੇ ਲਾਉਣਾ, ਉਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਕਤ ਵੱਧ ਆਉਂਦੀ, ਕਿਉਂਕਿ ਬਿਨਾਂ ਬਜਟ ਤੋਂ ਕੁਛ ਹੋਣਾ ਨਹੀਂ, ਤੇ ਜਿਹੜੀਆਂ ਇਹ ਗੱਲਾਂ ਜਿਹੜੀਆਂ ਐਲਾਨ ਲਵਾਂ ਇਹਨਾਂ ਨੇ ਬਹੁਤਾ ਟਾਈਮ ਕੱਢਣਾ ਨਹੀਂ। ਸੋ ਪੰਜਾਬ ਦੇ ਵਿੱਚ ਬਿਜਲੀ ਦੇ ਕੱਟਾਂ ਦਾ ਇੰਨੇ ਵੱਡੇ ਪੱਧਰ ਤੇ ਲੱਗਣਾ, ਪੰਜਾਬ ਦੇ ਵਿੱਚ ਤੇਲ ਤੇ ਵੈਟ ਨਾ ਘਟਾ ਸਕਣਾ, ਤੇ ਸਾਰੇ ਜਦੋਂ ਪੰਜਾਬ ਦੇ ਵਿੱਚ 1000-1000 ਰੁਪਇਆ ਔਰਤਾਂ ਨੂੰ ਦੇਣ ਦੀ ਗੱਲ ਆਈ, ਤੇ ਫਿਰ ਬਹੁਤ ਨੁਕਸਾਨ ਹੋਣਾ, ਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਾ ਘੇਰਾ ਪੈਣਾ। ਜੀ ਟਾਇਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਫਿਰ ਮਿਲਣ ਦੇ ਬਾਅਦ ਸਤਿ ਸ੍ਰੀ ਅਕਾਲ, ਸ਼ੁਕਰੀਆ। ਸੋ ਦੋਸਤੋ, ਇਹ ਸੀ ਸਰਦਾਰ ਸੁਬੰਤ ਸਿੰਘ ਜੀ ਟਹਿਣਾ, ਜਲੰਧਰ ਤੋਂ ਜੁੜੇ ਸੀ ਖ਼ਬਰਾਂ ਦੀ ਖ਼ਬਰਸਾਰ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਉਂਦਾ ਹੋਊਗਾ।
ਅਗਰ ਫਿਰ ਵੀ ਤੁਹਾਨੂੰ ਕਿਸੇ ਕਿਸਮ ਦੀ ਕੋਈ ਘਾਟ ਮਹਿਸੂਸ ਹੁੰਦੀ ਹੈ ਜ਼ਰੂਰ ਦੱਸ ਸਕਦੇ ਹੋ। ਦਿਓ ਇਜਾਜ਼ਤ, ਫਿਰ ਮਿਲਣ ਦੇ ਬਾਅਦ ਨਾਲ। ਸਤਿ ਸ੍ਰੀ ਅਕਾਲ ਦੋਸਤ।